ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਬੱਚੇ ਸਕਸੈਸ ਟਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬੱਚੇ ਆਪਣਾ ਕਰੀਬ 2 ਟਾਈ ਹਫ਼ਤੇ ਦਾ ਸਮਾਂ ਹੋ ਗਿਆ ਜਦੋਂ ਦੀ ਆਪਾਂ ਆਪਣੇ ਇਸ YouTube ਚੈਨਲ ਤੇ ਪੰਜਾਬ ਸਿਲੈਕਸ਼ਨ ਗਾਈਡ ਦੀ ਸੀਰੀਜ਼ ਚਲਾਈ ਹੋਈ ਆ ਜੀਦੇ ਵਿੱਚ ਕੇ ਆਪਣੇ ਅਗਲੇ ਸਮੇਂ ਚ ਪੰਜਾਬ ਦੇ ਜਿੰਨੇ ਐਗਜ਼ਾਮਸ ਹੋਣੇ ਨੇ ਆਪਾਂ ਲਗਭਗ ਰੋਜ਼ ਗੱਲ ਕਰਦੇ ਆ ਕਿ ਸਾਡਾ ਕੋਆਪਰੇਟਿਵ ਇਨਸਪੈਕਟਰ ਦਾ ਐਗਜ਼ਾਮ ਹੈ ਉਹਦੀ ਡੇਟ ਅਨਾਉਂਸ ਹੋ ਚੁੱਕੀ ਹੈ ਇਸ ਤੋਂ ਬਿਨਾ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ ਅੱਗੇ ਪਿੱਛੇ ਉਹਦਾ ਐਗਜ਼ਾਮ ਵੀ ਦੇਖਾਂਗੇ ਕੁਝ ਸਾਡੇ ਪੀਟ੍ਰੀਪਲਸ ਬੀ ਨੇ ਐਗਜ਼ਾਮ ਕੰਡਕਟ ਕਰਨੇ ਆ ਜਿਹਦੇ ਵਿੱਚ ਐਕਸਾਈਜ਼ ਇਨਸਪੈਕਟਰ ਸਾਡਾ ਸਭ ਤੋਂ ਇੰਪੋਰਟੈਂਟ ਐਗਜ਼ਾਮ ਹੈ ਵੀਡੀਓ ਦਾ ਐਗਜ਼ਾਮ ਹੈ ਪੀਟ੍ਰੀਪਲਸ ਬੀ ਦੀਆ ਕਲਰਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ ਪੰਜਾਬ ਪੁਲਿਸ ਸਬ ਇਨਸਪੈਕਟਰ ਦਾ ਪੇਪਰ ਜੋ ਪਿਛਲੇ ਸ ਟਵਾਰੀ ਬਾਰੇ ਕਿਹਾ ਜਾ ਰਿਹਾ ਹੈ ਕਿ 800 ਪਰ ਤੇ ਨਿਕਲਣ ਗਿਆ ਤਾਂ ਅਗਲੇ ਸਮੇਂ ਦੇ ਵਿੱਚ ਉਹਦਾ ਐਗਜ਼ਾਮ ਵੀ ਦੇਖਾਂਗੇ ਤਾਂ ਤਮਾਮ ਜਿਹੜੇ ਐਗਜ਼ਾਮਸ ਬੱਚੇ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਇਹਨਾਂ ਨੂੰ ਧਿਆਨ ਚ ਰੱਖ ਕੇ ਇੱਕ ਤਾਂ ਆਪਾਂ ਸਕਸੈਸ ਟਰੀ ਦੇ ਉੱਤੇ ਪੂਰਾ ਦਾ ਪੂਰਾ ਸਿਲੇਬਸ ਕਵਰ ਕਰਨ ਦੇ ਲਈ ਮਾਸਟਰ ਕੋਰਸ ਦਾ ਬੈਚ ਚਲਾਇਆ ਹੋਇਆ ਤਾਂ ਜਿਹੜੇ ਬੱਚਿਆਂ ਨੂੰ ਲੱਗਦਾ ਹੈ ਕਿ ਸਿਲੇਬਸ ਕਰਨ ਦੀ ਲੋੜ ਹੈ ਉਹ ਮਾਸਟਰ ਕੋਰਸ ਦੇ ਬੈਚ ਦੇ ਵਿੱਚ انرੋਲ ਹੋ ਸਕਦੇ ਨੇ ਤੇ ਬਾਕੀ ਬੱਚਿਆਂ ਦੇ ਲਈ ਜਿਹੜੇ ਆਪਣੇ ਇੱਥੋਂ ਦੇ ਸਟੂਡੈਂਟ ਨੇ ਜਾਂ ਓਵਰঅল ਪੰਜਾਬ ਦੇ ਸਟੂਡੈਂਟਸ ਜਿਹੜੇ ਐਗਜ਼ਾਮਸ ਦੀ ਤਿਆਰੀ ਕਰਦੇ ਆ ਜਿਨ੍ਹਾਂ ਨੇ ਇੱਕ ਵਾਰ ਆਪਣਾ ਸਿਲੇਬਸ ਤੇ ਹੁਣ ਅੱਗੇ ਉਹ ਸਿਲੇਬਸ ਨੂੰ ਪ੍ਰੈਕਟਿਸ ਕਰਨੀ ਆ ਉਹਦੀ ਰਿਵੀਜ਼ਨ ਕਰਨੀ ਹੈ ਤੇ ਖਾਸ ਕਰਕੇ ਜੋ ਸਾਡਾ ਨੈਬ ਦੇ ਪੇਪਰ ਚ ਤਜਰਬਾ ਹੋਇਆ ਸੀ ਕਿ ਸਾਰਾ ਸਿਲੇਬਸ ਪੜਨ ਦੇ ਬਾਵਜੂਦ ਵੀ ਚਾਰ ਸਵਾਲਾਂ ਨੇ ਸਾਨੂੰ ਤੰਗ ਕੀਤਾ ਤਾਂ ਅਗਲੇ ਸਮੇਂ ਦੇ ਵਿੱਚ ਇਹ ਸਮੱਸਿਆ ਨਾ ਆਵੇ ਸਾਨੂੰ ਪੇਪਰ ਦੇ ਵਿੱਚ ਕੋਈ ਸਵਾਲ ਨਾ ਤੰਗ ਕਰੇ ਘੱਟੋ ਘੱਟ ਪੜੇ ਹੋਏ ਸਿਲੇਬਸ ਚ ਕੋਈ ਚੀਜ਼ ਤੰਗ ਨਾ ਕਰੇ ਤਾਂ ਉਹਨੂੰ ਧਿਆਨ ਚ ਰੱਖ ਕੇ ਆਪਾਂ ਸਿਲੈਕਸ਼ਨ ਗਾਈਡ ਦੀ ਸੀਰੀਜ਼ ਚਲਾਈ ਜਿਹਦੇ ਵਿੱਚ ਕਿ ਪੂਰੇ ਸਿਲੇਬਸ ਦੀ ਪ੍ਰੈਕਟਿਸ ਪਲੱਸ ਉਸ ਲੈਵਲ ਦੇ ਸਵਾਲ ਕਰਨੇ ਜਿਹੜਾ ਅੱਜ ਕੱਲ ਪੇਪਰ ਦੇ ਵਿੱਚ ਲੈਵਲ ਦੇਖ ਰਹੇ ਆ ਤਾਂ ਉਸ ਲੈਵਲ ਨੂੰ ਮੀਟ ਕਰਨ ਦੇ ਲਈ ਤੇ ਕੁਝ ਚੰਗੇ ਕੁਐਸਚਨਸ ਕਰਨ ਦੇ ਲਈ ਆਪਾਂ ਸਾਰੇ ਸਬਜੈਕਟਸ ਨੂੰ ਇਸ ਗਾਈਡ ਇਸ ਸਿਲੈਕਸ਼ਨ ਗਾਈਡ ਦੀ ਸੀਰੀਜ਼ ਦੇ ਵਿੱਚ ਕਵਰ ਕਰ ਰਹੇ ਆ ਤਾਂ ਇਹਦੇ ਵਿੱਚ ਅੱਜ ਆਪਣੀ ਮੈਥ ਦੀ 5ਵੀਂ ਕਲਾਸ ਆ ਮੈਂ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਸਿੰਪਲ ਇੰਟਰਸਟ ਤੋਂ ਬਾਅਦ ਅਗਲੀ ਕਲਾਸ ਆਪਾਂ ਕੰਪਾਊਂਡ ਇੰਟਰਸਟ ਦੀ ਕਰਾਂਗੇ ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਕੰਪਾਊਂਡ ਇੰਟਰਸਟ ਦੇ ਕੁਐਸਚਨਸ ਕਰਾਂਗੇ ਤਾ ਦੋ ਗੱਲਾਂ ਨੇ ਇੱਕ ਤਾਂ ਸਾਰੇ ਬੱਚਿਆਂ ਨੂੰ ਬੇਨਤੀ ਹੈ ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਬਾਈ ਬਣ ਕੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਦੂਜੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਅੱਜ ਦੇ ਸੈਸ਼ਨ ਦੇ ਵਿੱਚ ਜਿਹੜੇ ਵੀ 20 25 ਕੁਐਸਚਨ ਆਪਾਂ ਕਰਾਂਗੇ ਪਹਿਲੇ ਦੋ ਕੁਐਸਚਨ ਮੈਂ ਥੋੜੇ ਜਿਹਾ ਸੌਖੇ ਲੈ ਕੇ ਆਇਆ ਕੋਈ ਕੁਐਸਚਨ ਸੌਖਾ ਨਹੀਂ ਹੋਊਗਾ ਤੁਹਾਡੇ ਲਈ ਤਾਂ ਉਹ ਪਹਿਲੇ ਦੋ ਕੁਐਸਚਨ ਵੀ ਸੌਖੇ ਬਿਲਕੁਲ ਅਖੀਰ ਤੇ ਐਡ ਕੀਤੇ ਆ ਕਿ ਅਗਲੇ ਕੁਝ ਟਿਪੀਕਲ ਕੁਐਸਚਨਸ ਦਾ ਬੇਸ ਸਮਝਾਉਣ ਦੇ ਲਈ ਮੈਂ ਪਹਿਲੇ ਦੋ ਕੁਐਸਚਨ ਥੋੜੇ ਜਿਹਾ ਆਸਾਨ ਲੈ ਕੇ ਆਇਆ ਇਸ ਤੋਂ ਬਾਅਦ ਥੋੜੇ ਜਿਆਦਾ ਚੰਗੇ ਲੈਵਲ ਦੇ ਕੁਐਸਚਨ ਦੇਖੋਗੇ ਤਾਂ ਉਮੀਦ ਕਰਦੇ ਆ ਕਿ ਯਾਰ ਕੱਲ ਨੂੰ ਕਿਸੇ ਵੀ ਪੇਪਰ ਦੇ ਵਿੱਚ ਜੇ ਕੰਪਾਊਂਡ ਇੰਟਰਸਟ ਚ ਕੋਈ ਓਖਾ ਕੁਐਸਚਨ ਆ ਗਿਆ ਘੱਟੋ ਘੱਟ ਅੱਜ ਦੇ ਪੜੇ ਹੋਏ ਦੇ ਵਿੱਚੋਂ ਹੀ ਆਊਗਾ ਇਹਦੇ ਆਲੇ ਦੁਆਲੇ ਆਊਗਾ ਤਾਂ ਅੱਜ ਦਾ ਬੱਚੇ ਆਪਾਂ ਸੈਸ਼ਨ ਸਟਾਰਟ ਕਰਦੇ ਆਂਗੇ ਤਾਂ ਆਪਣਾ ਪਹਿਲਾ ਕੁਐਸਚਨ ਕੀ ਹੈ ਬੱਚੇ ਸਕਰੀਨ ਤੇ ਦੇਖੋ ਅ ਸਮ ਆਫ ਰੁਪੀ 15000 ਅਮਾਉਂਟਸ ਟੂ 25920 ਇਨ 3 ইয়ারਜ਼ ਐਟ ਸੀਆਈ ਫਾਈਂਡ ਦਾ ਰੇਟ ਆਫ ਇੰਟਰਸਟ ਮੈਂ ਕਿਹਾ ਸੀ ਕਿ ਪਹਿਲੇ ਦੋ ਕੁ ਕੁਐਸਚਨ ਮੈਂ ਸੌਖੇ ਲੈ ਕੇ ਆਇਆ ਤਾਂ ਕਿ ਅਗਲੇ ਕੁਐਸਚਨਸ ਦੇ ਵਿੱਚ ਮੈਂ ਥੋ 15000 ਰੁਪਏ ਪ੍ਰਿੰਸੀਪਲ ਤੋਂ ਕੋਈ ਪੈਸਾ 3 ਸਾਲਾਂ ਦੇ ਵਿੱਚ 25920 ਰੁਪਏ ਅਮਾਉਂਟ ਬਣ ਗਿਆ ਤਾਂ ਰੇਟ ਆਫ ਇੰਟਰਸਟ ਦੱਸਣਾ ਤਾਂ ਬੱਚੇ ਬਹੁਤ ਸਿੰਪਲ ਕੁਐਸਚਨ ਹੈ ਐਗਜ਼ਾਮੀਨਰ ਕਹਿੰਦਾ ਕਿ ਕੋਈ ਪੈਸਾ ਪ੍ਰਿੰਸੀਪਲ ਇੰਨਾ ਇੰਨਾ ਅਮਾਉਂਟ ਬਣ ਗਿਆ ਜੇ ਸਾਨੂੰ ਟਾਈਮ ਦਿੱਤਾ ਹੋਇਆ ਐਗਜ਼ਾਮੀਨਰ ਰੇਟ ਪੁੱਛ ਲੈਂਦਾ ਕਈ ਵਾਰ ਰੇਟ ਦਿੱਤਾ ਹੁੰਦਾ ਟਾਈਮ ਪੁੱਛ ਲੈਂਦਾ ਯਾਨੀ ਕਿ ਰੇਟ ਜਾਂ ਟਾਈਮ ਚੋਂ ਕੁਝ ਕੱਢਣਾ ਹੁੰਦਾ ਇੱਥੇ ਆਪਾਂ ਰੇਟ ਕੱਢਣਾ ਤਾਂ ਬੱਚੇ ਤੁਸੀਂ ਹੋਰ ਕੁਝ ਨਹੀਂ ਕਰਨਾ ਪ੍ਰਿੰਸੀਪਲ ਕਿੰਨਾ ਹੈ 15000 ਰੁਪਏ 15000 ਰੁਪਏ ਤੋਂ ਅਮਾਉਂਟ ਕੀ ਬਣ ਗਿਆ 25920 ਰੁਪਏ ਤਾਂ ਆ ਜਿਹੜਾ ਪ੍ਰਿੰਸੀਪਲ ਤੋਂ ਅਮਾਉਂਟ ਬਣਿਆ ਬੱਚੇ 3 ਸਾਲਾਂ ਦੇ ਵਿੱਚ ਬਣਿਆ ਨਾ ਤੇ ਰੇਟ ਆਫ ਇੰਟਰਸਟ ਜਿਹੜਾ ਤੁਸੀਂ ਫਾਈਂਡ ਕਰਨਾ ਹੁੰਦਾ ਉਹ ਕੀ ਫਾਈਂਡ ਕਰਨਾ ਹੁੰਦਾ ਪਰ ਐਨਮ ਰੇਟ ਆਫ ਇੰਟਰਸਟ ਪਰ ਐਨਮ ਦਾ ਮਤਲਬ 1 ਸਾਲ ਦਾ ਯਾਨੀ ਕਿ ਸਾਡੇ ਕੋਲ ਡਾਟਾ 3 ਸਾਲ ਦਾ ਹੈ ਅਸੀਂ 1 ਸਾਲ ਤੇ ਹੋਣਾ ਤਾਂ 3 ਸਾਲ ਤੋਂ 1 ਸਾਲ ਤੇ ਓਨਲੀ ਕੀ ਕਰਨਾ ਹੁੰਦਾ ਬੱਚੇ ਪਹਿਲਾਂ ਤਾਂ ਤੁਸੀਂ ਪ੍ਰਿੰਸੀਪਲ ਤੇ ਅਮਾਉਂਟ ਦੀ ਰੇਸ਼ਿਓ ਲੈ ਲੈਣੀ ਆ ਪ੍ਰਿੰਸੀਪਲ ਤੇ ਅਮਾਉਂਟ ਦੀ ਰੇਸ਼ਿਓ ਕੀ ਆ ਗਈ ਬੱਚੇ 000 ਕੈਨਸਲ ਹੋ ਗਈ 6 ਦੇ ਟੇਬਲ ਚ ਦੇਖੋ 6 ਦੇ ਟੇਬਲ ਚ 250 6 ਦੇ ਟੇਬਲ ਚ ਆ ਗਿਆ ਮੇਰੇ ਖਿਆਲ ਚ 432 ਹਲੇ 2 ਦੇ ਟੇਬਲ ਚ ਗਿਆ 125 ਇਧਰ 2 ਦੇ ਟੇਬਲ ਚ ਗਿਆ 216 ਤਾਂ ਬੱਚੇ ਰੇਸ਼ਿਓ ਲੈਣੀ ਤੁਸੀਂ ਪ੍ਰਿੰਸੀਪਲ ਤੇ ਅਮਾਉਂਟ ਦੀ ਰੇਸ਼ਿਓ ਲੈ ਲੈਣੀ ਆ ਚਾਹੇ ਕਿਸੇ ਸਵਾਲ 'ਚ ਤੁਹਾਨੂੰ ਟਾਈਮ 기ਵਨ ਹੈ ਰੇਟ ਪੁੱਛਿਆ ਚਾਹੇ ਰੇਟ 기ਵਨ ਹੈ ਟਾਈਮ ਪੁੱਛਿਆ ਤੁਸੀਂ ਪ੍ਰਿੰਸੀਪਲ ਤੇ ਅਮਾਉਂਟ ਦੀ ਰੇਸ਼ਿਓ ਲੈ ਲੈਣੀ ਹੈ ਰੇਸ਼ਿਓ ਲੈਣ ਤੋਂ ਬਾਅਦ ਕੀ ਆ ਗਿਆ ਕਿ ਪ੍ਰਿੰਸੀਪਲ 125 ਤੋਂ ਅਮਾਉਂਟ 216 ਬਣ ਗਿਆ ਇਹ ਕਦੋਂ ਬਣਿਆ ਇਹ ਬਣਿਆ 3 ਸਾਲਾਂ 'ਚ ਤਾਂ ਜਿਹੜਾ ਪੈਸਾ 3 ਸਾਲਾਂ ਦੇ ਵਿੱਚ 125 ਤੋਂ 216 ਹੋਇਆ ਉਹ 1 ਸਾਲ 'ਚ ਕੀ ਹੋਇਆ ਉਹਦੇ ਲਈ ਬੱਚੇ ਤੁਸੀਂ ਪਾਵਰ 1/3 ਕਰ ਦਿਓ ਪਾਵਰ 1/ਟਾਈਮ ਕਰ ਦਿਓ ਜਿੰਨਾ ਟਾਈਮ ਹੈ 3 ਸਾਲ ਦਾ ਟਾਈਮ ਹੈ ਅਸੀਂ 1 ਤੇ ਪਹੁੰਚਣਾ ਤਾਂ 3 ਤੋਂ 1 ਤੇ ਪਹੁੰਚਣ ਲਈ ਪਾਵਰ 1/3 ਦੋਨੇ ਪਾਸੇ ਤਾਂ ਪਾਵਰ 1/3 ਦਾ ਮਤਲਬ ਕਯੂਬ ਰੂਟ ਤਾਂ ਪੈਸਾ ਕੀ ਹੋ ਗਿਆ 1 ਸਾਲ ਦੇ ਵਿੱਚ 5 ਤੋਂ 6 ਜਿਹੜਾ ਪੈਸਾ 3 ਸਾਲਾਂ ਚ 125 ਤੋਂ 216 ਸੀ 1 ਸਾਲ ਚ ਕੀ ਹੋ ਗਿਆ 5 ਤੋਂ 6 ਆਪਾਂ ਰੇਟ ਆਫ ਇੰਟਰਸਟ ਕਰਨਾ ਤਾਂ ਬੱਚੇ ਇੰਟਰਸਟ ਕਿੰਨਾ ਹੈ 1 ਰੁਪਏ 1 ਰੁਪਏ ਦਾ ਇੰਟਰਸਟ ਕਾ ਦੇਤੇ ਆ ਹਮੇਸ਼ਾ ਪ੍ਰਿੰਸੀਪਲ ਤੇ ਚੈੱਕ ਕਰਦੇ ਆ 5 ਰੁਪਏ ਦੇ ਉੱਤੇ ਤਾਂ 1/5 ਦਾ ਇੰਟਰਸਟ 1/5 ਕੀ ਹੋ ਗਿਆ ਪਰਸੈਂਟੇਜ ਦੇ ਵਿੱਚ 20% ਪਰ ਨਮ ਤਾਂ ਇਸ ਕੁਐਸਚਨ ਦਾ ਬੱਚੇ ਬਹੁਤ ਸਿੱਧਾ ਆਨਸਰ 20% ਪਰ ਨਮ ਕਿਵੇਂ ਆਊਗਾ ਕਦੇ ਵੀ ਤੁਹਾਨੂੰ ਕਿਹਾ ਜਾਵੇ ਕਿ ਕੋਈ ਪ੍ਰਿੰਸੀਪਲ ਇੰਨਾ ਅਮਾਉਂਟ ਬਣ ਗਿਆ 3 ਸਾਲਾਂ ਚ ਬਣਿਆ ਰੇਟ ਦੱਸੋ ਤਾਂ ਬੱਚੇ ਪ੍ਰਿੰਸੀਪਲ ਤੇ ਅਮਾਉਂਟ ਦੀ ਰੇਸ਼ਿਓ ਲੈ ਲਓ ਰੇਸ਼ਿਓ ਲੈ ਕੇ ਕੀ ਬਣ ਗਿਆ ਕਿ 125 ਰੁਪਏ ਤੋਂ 216 3 ਸਾਲਾਂ ਚ ਤਾਂ 1 ਸਾਲ ਚ ਕੀ ਹੋਇਆ ਉਹਦੇ ਲਈ ਪਾਵਰ 1/3 ਕਰ ਲਓ ਜੇ ਕਿਤੇ ਇਹ 2 ਸਾਲਾਂ ਚ ਹੋਇਆ ਹੁੰਦਾ ਫਿਰ ਪਾਵਰ 1/2 ਕਰ ਲੈਂਦੇ ਯਾਨੀ ਕਿ ਸਕੁਅਰ ਰੂਟ ਕਰ ਲੈਂਦੇ ਐਨੀ ਗੱਲ ਯਾਦ ਰੱਖਣੀ ਹੈ ਫਿਰ ਸਕੁਅਰ ਰੂਟ ਹੁੰਦਾ ਉਸ ਸਕੁਅਰ ਰੂਟ ਜਾਂ ਕਯੂਬ ਰੂਟ ਕਿਉਂ ਹੋ ਰਿਹਾ ਇੱਥੇ ਕਯੂਬ ਰੂਟ ਕੀਤਾ ਜੇ 2 ਸਾਲ ਦਾ ਕੁਐਸਚਨ ਹੁੰਦਾ ਸਕੁਅਰ ਰੂਟ ਹੁੰਦਾ ਉਹ ਕਿਉਂ ਕੀਤਾ ਕਿਉਂਕਿ ਬੱਚੇ 1 ਸਾਲ ਤੋਂ 2 ਸਾਲ ਤੇ ਜਾਣ ਲਈ ਆਪਾਂ ਸਕੁਅਰ ਕਰਦੇ ਆ ਮੈਂ ਉਹ ਵੀ ਇੱਥੇ ਸਮਝਾ ਦਿੰਨਾ ਅਗਲੇ ਕੁਐਸਚਨਸ ਦੇ ਵਿੱਚ ਕੰਮ ਆਊਗਾ ਮੰਨ ਲਓ ਤੁਹਾਡਾ ਰੇਟ ਆਫ ਇੰਟਰਸਟ 20% ਆ ਮੰਨ ਲਓ ਤੁਹਾਡਾ ਰੇਟ ਆਫ ਇੰਟਰਸਟ 20% ਆ ਤਾਂ 20% ਦੀ ਫ੍ਰੈਕਸ਼ਨ ਹੋਗੀ 1/5 1/5 ਫ੍ਰੈਕਸ਼ਨ ਦਾ ਮਤਲਬ 5 ਰੁਪਏ ਪ੍ਰਿੰਸੀਪਲ ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗਿਆ ਯਾਨੀ ਕਿ ਪ੍ਰਿੰਸੀਪਲ 5 ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗਿਆ ਤਾਂ ਅਮਾਉਂਟ 6 ਹੋ ਗਿਆ ਤਾਂ ਬੱਚੇ 1 ਸਾਲ ਦੇ ਵਿੱਚ ਕਿਉਂਕਿ 20% ਜਿਹੜਾ ਪਰ ਐਨਮ ਹੈ ਨਾ 1 ਸਾਲ ਦਾ ਤਾਂ 1 ਸਾਲ 'ਚ ਪੈਸਾ 5 ਤੋਂ 6 ਹੋ ਗਿਆ ਤਾਂ ਬੱਚੇ 2 ਸਾਲਾਂ 'ਚ ਕੀ ਹੋਇਆ ਹੋਊਗਾ ਪਹਿਲੇ ਸਾਲ 'ਚ 5 ਤੋਂ 6 ਅਗਲੇ ਸਾਲ ਫਿਰ 5 ਤੋਂ 6 ਯਾਨੀ ਕਿ 5 ਸਕੁਅਰ ਤੋਂ 6 ਸਕੁਅਰ ਹੋ ਜਾਊਗਾ ਤਾਂ 2 ਸਾਲਾਂ 'ਚ ਪੈਸਾ 25 ਤੋਂ 36 ਹੋ ਜਾਊਗਾ ਜੇ 3 ਸਾਲ 'ਚ ਦੇਖਣਾ ਤਾਂ 1 ਸਾਲ 'ਚ 5 ਤੋਂ 6 3 ਸਾਲਾਂ 'ਚ 5 কিউব ਤੋਂ 6 কিউਬ 125 ਤੋਂ 216 ਸੋ ਜਦੋਂ ਆਪਣੇ ਕੋਲ 3 ਸਾਲ ਦਾ ਡਾਟਾ ਆ ਗਿਆ ਸੀ ਅਸੀਂ 1 ਸਾਲ ਤੇ ਪਹੁੰਚਣੇ ਕਿਉਂਕਿ ਰੇਟ ਆਫ ਇੰਟਰਸਟ ਪਰ ਐਨਮ ਚ ਕੱਢਣਾ ਹੁੰਦਾ ਤਾਂ ਪਾਵਰ 1/3 ਕੀਤੀ ਇਹ ਬੱਚੇ ਆਪਣਾ ਪਹਿਲਾ ਕੁਐਸਚਨ ਸੀਗਾ ਅਗਲੇ ਕੁਐਸਚਨਸ ਤੇ ਆਜੋ ਅਗਲਾ ਕੁਐਸਚਨ ਵੀ ਸਿੰਪਲ ਹੈ ਇਹਦੇ ਵਿੱਚੋਂ ਮੈਂ ਇੱਕ ਨਵਾਂ ਕੁਐਸਚਨ ਕੱਢੂੰਗਾ ਫਿਰ ਅਗਲੇ ਕੁਐਸਚਨਸ ਆਪਣੇ ਸਾਰੇ ਟਿਪੀਕਲ ਨੇ ਅ ਸਰਟਨ ਸਮ ਆਫ ਮਨੀ ਅਮਾਉਂਟਸ ਟੂ 4500 ਰੁਪਏ ਇਨ 4 ইয়ারਸ ਐਂਡ ਇਟ ਅਮਾਉਂਟਸ ਟੂ ਰੁਪੀਸ 6750 ਰੁਪਏ ਇਨ ਏਟ ਇਅਰਸ ਐਟ ਸਰਟਨ ਰੇਟ ਆਫ ਇੰਟਰਸਟ ਕੰਪਾਉਂਡਡ ਐਨੂਅਲੀ ਫਾਈਂਡ ਦਾ ਸਮ ਐਗਜ਼ਾਮੀਨਰ ਕਹਿੰਦਾ ਸਮ ਪੁੱਛਿਆ ਕੋਈ ਪ੍ਰਿੰਸੀਪਲ 4 ਸਾਲਾਂ ਚ 4500 ਰੁਪਏ ਬਣ ਗਿਆ ਅਗਲੇ 4 ਸਾਲਾਂ ਚ 6750 ਰੁਪਏ ਬਣ ਗਿਆ ਪ੍ਰਿੰਸੀਪਲ ਦੱਸੋ ਤਾਂ ਬੱਚੇ ਇਸ ਕੁਐਸਚਨ ਨੂੰ ਮੈਂ ਕਲਾਸ ਚ ਵੀ ਕਰਵਾਉਣਾ ਹੁੰਨਾ ਕਿ ਆਹ ਪ੍ਰਿੰਸੀਪਲ ਹੈ ਕੋਈ ਪੈਸਾ ਇੱਥੇ 4 ਸਾਲ ਦਿੱਤੇ ਹੋਇਆ 4500 ਬਣ ਗਿਆ ਤੇ 8 ਸਾਲਾਂ ਚ 6750 ਬਣ ਗਿਆ 8 ਸਾਲ ਦਾ ਮਤਲਬ ਕੀ ਹੈ ਧਿਆਨ ਨਾਲ ਦੇਖੋ ਸ਼ੁਰੂ ਤੋਂ 4 ਸਾਲਾਂ 'ਚ 4500 ਬਣ ਗਿਆ ਸ਼ੁਰੂ ਤੋਂ 8 ਸਾਲਾਂ 'ਚ 6750 ਬਣ ਗਿਆ ਤਾਂ 6750 8 ਸਾਲਾਂ 'ਚ ਬਣਿਆ ਜਿਹਦੇ ਵਿੱਚੋਂ 4 ਸਾਲ ਤਾਂ ਇੱਥੇ ਨੇ ਤਾਂ ਯਾਨੀ ਕਿ 4 ਸਾਲ ਹੀ ਇੱਥੇ ਨੇ ਇਹ ਕਲੀਅਰ ਹੈ ਕਿ 4 ਤੇ 4 ਸਾਲ ਸੇਮ ਪੀਰੀਅਡ ਹੈ ਇਹ ਸੇਮ ਪੀਰੀਅਡ ਹੈ ਤਾਂ ਇਹਦੇ ਵਿੱਚ ਇੱਕ ਤਾਂ ਤਰੀਕਾ ਇਹ ਹੁੰਦਾ ਹੈ ਕਿ ਬੱਚੇ ਤੁਸੀਂ ਪ੍ਰਪੋਰਸ਼ਨ ਲਾ ਲਓ ਕਿ ਜਿਹੜਾ ਸੈਂਟਰਲ ਆ ਅਮਾਉਂਟ ਹੈ ਅਮਾਉਂਟ ਆਫਟਰ n ਇਅਰਸ ਇਹਦਾ ਰਿਲੇਸ਼ਨ ਬਣ ਜਾਂਦਾ ਹੈ ਕਿ ਅਮਾਉਂਟ ਆਫਟਰ n ਇਅਰਸ ਦਾ ਸਕੁਅਰ ਕਿਹਦੇ ਬਰਾਬਰ ਹੁੰਦਾ ਹੈ principal into amount after 2n principal into amount after 2n years ਇੱਕ ਤਾਂ ਬੱਚੇ ਆ ਰਿਲੇਸ਼ਨ ਬਣ ਜਾਂਦਾ ਹੁੰਦਾ ਇਹ ਆ ਗਿਆ amount after 2n years ਮੈਂ ਕਲਾਸ 'ਚ ਵੀ ਕਰਵਾਇਆ ਸੀਗਾ ਇਹ ਕੁਐਸਚਨ ਪਰ ਹਰ ਵਾਰ 4 ਸਾਲ ਤੇ 4 ਸਾਲ ਨਹੀਂ ਆਊਗਾ ਇਸ ਕਰਕੇ ਮੈਂ ਅੱਜ ਦੇ ਸੈਸ਼ਨ 'ਚ ਕੁਝ ਕੁਐਸਚਨਸ ਲੈ ਕੇ ਆਇਆ ਜਿੱਥੇ 4 ਸਾਲ ਤੇ 4 ਸਾਲ ਬਰਾਬਰ ਨਹੀਂ ਹੋਊਗਾ ਤਾ ਫਿਰ ਉੱਥੇ ਪ੍ਰਿੰਸੀਪਲ ਵਗੈਰਾ ਜੋ ਵੀ ਕੱਢਣਾ ਕਿਵੇਂ ਕੱਢਾਂਗੇ ਮੈਂ ਉਹ ਵੀ ਸਮਝਾਉਂਗਾ ਇਸ ਕਰਕੇ ਇਸ ਕੁਐਸਚਨ ਤੇ ਥੋੜਾ ਜਿਹਾ ਵੱਧ ਟਾਈਮ ਲਾਵਾਂਗੇ ਤਾਂ ਬੱਚੇ ਜੇ ਤਾਂ ਤੁਸੀਂ ਇਹ ਰਿਲੇਸ਼ਨ ਯੂਜ਼ ਕਰਨਾ ਫਿਰ ਤਾਂ ਪ੍ਰਿੰਸੀਪਲ ਬੜੇ ਆਰਾਮ ਨਾਲ ਆ ਜਾਊਗਾ ਪ੍ਰਿੰਸੀਪਲ ਕੀ ਦੇ ਬਰਾਬਰ ਆ ਜਾਊਗਾ ਅਮਾਉਂਟ ਆਫਟਰ n ইয়ারਸ ਦਾ ਸਕੁਅਰ 4500 ਦਾ ਸਕੁਅਰ ਡਿਵਾਈਡ ਬਾਈ ਅਮਾਉਂਟ ਆਫਟਰ 2n ਡਿਵਾਈਡ ਬਾਈ 6750 ਤਾਂ ਬੱਚੇ ਇਸ ਕੁਐਸਚਨ ਚ ਵੈਸੇ ਜੇ ਪ੍ਰਿੰਸੀਪਲ ਕੱਢਣਾ ਤਾਂ 4500 ਦਾ ਸਕੁਅਰ ਮਤਲਬ 4500 4500 ਡਿਵਾਈਡ ਬਾਈ 6750 ਇੱਕ ਤਾਂ ਇਹ ਕੰਮ ਕਰ ਸਕਦੇ ਹੋਗੇ ਬੱਚੇ ਇੱਥੇ ਤੁਹਾਡਾ ਆਨਸਰ ਮੇਰੇ ਕੈਲਕੂਲੇਟ ਕਰ ਲੈਨੇ ਆ ਗਿਆ 3000 ਆਨਸਰ ਆ ਗਿਆ ਇੱਕ ਤਾਂ ਇੱਥੇ ਆਨਸਰ ਕਰ ਦਿਆਂਗੇ 3000 ਸੀ ਆਪਸ਼ਨ ਆਨਸਰ ਆ ਜਾਊਗਾ ਪਰ ਥੋੜਾ ਜਿਹਾ ਮੈਂ ਐਕਸਪਲੇਨ ਕਰਦਾ ਇਹਨੂੰ ਫੇਰ ਪਤਾ ਲੱਗ ਜਾਊਗਾ ਕਿ ਭਾਈ ਜੇ 4 ਤੇ 4 ਦੀ ਥਾਂ ਤੇ ਕੁਝ ਅਲੱਗ-ਅਲੱਗ ਸਾਲ ਵੀ ਹੋਣ ਫਿਰ ਵੀ ਕਿਵੇਂ ਕਰ ਸਕਦੇ ਆ ਉਹ ਧਿਆਨ ਨਾਲ ਦੇਖੋ ਬੱਚੇ ਮੈਂ ਇਹ ਰੱਬ ਕਰਨ ਲੱਗਿਆ ਤਾਂ ਇੱਥੇ ਡਿਟੇਲ ਚ ਸਮਝੋ ਕੀ ਹੈ ਜਿਹੜਾ ਤਰੀਕਾ ਮੈਂ ਰੱਬ ਕਰ ਰਿਹਾ ਇਹ ਤਾਂ ਲਗਭਗ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਜਿਨ੍ਹਾਂ ਨੇ ਰਿਲੇਸ਼ਨ ਪੜਿਆ ਹੈਗਾ ਕਲਾਸ ਚ ਮੈਂ ਪੜਾਇਆ ਸੀਗਾ ਧਿਆਨ ਨਾਲ ਦੇਖੋ ਬੱਚੇ 4 ਸਾਲ ਤੇ 4 ਸਾਲ ਕੀ ਹੈ ਸੇਮ ਪੀਰੀਅਡ ਹੈ ਤਾਂ ਸੇਮ ਪੀਰੀਅਡ ਨੂੰ ਮੈਂ ਰੇਸ਼ੀਓ ਦੇ ਵਿੱਚ 1 ਲਿਖ ਸਕਦਾ ਸੇਮ ਪੀਰੀਅਡ ਨੂੰ ਮੈਂ ਰੇਸ਼ੀਓ ਚ 1 ਲਿਖ ਸਕਦਾ ਤਾਂ ਜਿਹੜਾ 4 ਸਾਲ ਤੇ 4 ਸਾਲ ਸੀ ਉਹਨੂੰ ਮੈਂ ਹੁਣ ਕਹਿ ਸਕਦਾ ਕਿ ਪ੍ਰਿੰਸੀਪਲ 1 ਸਾਲ ਚ ਇੰਨਾ ਹੋ ਗਿਆ ਅਗਲੇ 1 ਸਾਲ ਚ ਇੰਨਾ ਹੋ ਗਿਆ ਤਾਂ ਇੱਕ ਤਾਂ ਸਾਨੂੰ ਆ ਗਿਵਨ ਹੈ ਇੱਕ ਸਾਨੂੰ ਆ ਗਿਵਨ ਹੈ ਤਾਂ ਬੱਚੇ ਇਹਦੀ ਰੇਸ਼ੀਓ ਕੀ ਹੈ ਇਹਦੀ ਰੇਸ਼ੀਓ ਕੱਢ ਲਓ 4500 ਤੇ 6750 ਦੀ ਅ ਅਮਾਉਂਟ ਜਿਹੜੇ ਥੱਲੇ ਲਿਖ ਨੇ ਇਹਨਾਂ ਨੂੰ ਆਪਾਂ ਅਪਰ ਕਰ ਦਿੰਨੇ ਆ ਬੱਚੇ ਇਹਨਾਂ ਦੀ ਰੇਸ਼ਿਓ ਕੀ ਆ ਗਈ ਜ਼ੀਰੋ ਨਾਲ ਜ਼ੀਰੋ ਕੱਟੀ ਗਈ ਇਹ ਆ ਗਿਆ 225 ਦਾ ਦੁੱਗਣਾ ਇਹ ਆ ਗਿਆ 225 ਦਾ ਤਿਗਣਾ ਤਾਂ ਬੱਚੇ ਇਹ 2:3 ਦੇ ਵਿੱਚ ਹੈ ਤਾਂ ਕੋਈ ਪੈਸਾ ਇੱਕ ਸਾਲ ਚ 2 ਤੋਂ 3 2 ਤੋਂ 3 ਹੋ ਰਿਹਾ ਤਾਂ ਜਿਹੜਾ ਉੱਥੇ 2 ਤੋਂ 3 ਹੋ ਰਿਹਾ ਬੱਚੇ ਕੰਪਾਊਂਡ ਇੰਟਰਸਟ ਦੇ ਵਿੱਚ ਉਹ ਇੱਥੇ ਵੀ 2 ਤੋਂ 3 ਹੀ ਹੋਊਗਾ ਇੱਥੇ ਵੀ ਉਹ 2 ਤੋਂ 3 ਹੀ ਹੋਊਗਾ ਜਿਹਦੇ ਵਿੱਚ 3 ਦੀ ਵੈਲਿਊ 4500 ਹੈ 1500 ਗੁਣਾ ਤਾਂ 2 ਦੀ ਵੈਲਿਊ ਵੀ 1500 ਗੁਣਾ ਹੋ ਜੂਗੀ ਆਨਸਰ ਤੁਹਾਡਾ ਆ ਜੂਗਾ 2 ਦਾ 1500 ਗੁਣਾ 3000 ਤਾਂ ਬੱਚੇ ਇੱਕ ਇੱਥੇ ਆ ਤਰੀਕਾ ਵੀ ਹੈਗਾ ਤਾਂ ਸੀ ਆਪਸ਼ਨ ਆਨਸਰ ਆ ਜੂਗਾ ਆਪਣਾ ਆਹ ਹਾਂ ਸਰਾ ਗਿਆ ਤਾਂ ਇੱਥੇ ਜਿਹੜਾ ਮੈਂ ਉਹ ਦੱਸਿਆ ਸੀ ਕਿ ਏ ਐਨ ਦਾ ਸਕੁਅਰ ਇਸ ਇਕੁਅਲ ਟੂ ਪ੍ਰਿੰਸੀਪਲ ਇੰਟੂ ਏ ਟੂ ਐਨ ਉਹ ਵੀ ਲਾ ਸਕਦੇ ਹੋ ਦੂਜਾ ਇਹ ਹੈ ਕਿ 4 ਸਾਲ ਤੇ 4 ਸਾਲ ਵਿੱਚ ਰੇਸ਼ਿਓ ਚ 1 1 ਤਾਂ ਇੱਕ ਸਾਲ ਇੱਕ ਸਾਲ ਮੰਨ ਸਕਦੇ ਹੋ ਤਾਂ ਪੈਸਾ ਕੋਈ ਪ੍ਰਿੰਸੀਪਲ ਇੱਕ ਸਾਲ ਚ 4500 ਉਸ ਤੋਂ ਇੱਕ ਸਾਲ ਬਾਅਦ 6750 ਤਾਂ ਬੱਚੇ 4500 ਤੇ 6750 2 ਰੇਸ਼ਿਓ 3 ਚ ਤਾਂ ਹਰ ਇੱਕ ਸਾਲ ਚ 2 ਟੂ 3 ਹੋਊਗਾ ਉਹ ਇੱਕ ਸਾਲ ਅਸਲ ਚ 4 ਇਅਰਸ ਨੇ ਪਰ ਆਪਾਂ ਇੱਕ ਬੋਲਦੇ ਆ ਹਰ ਇੱਕ ਸਾਲ ਚ 2 ਟੂ 3 ਹੋਊਗਾ 2 ਤੋਂ 3 ਅੱਗੇ 2 ਤੋਂ 3 ਹਮੇਸ਼ਾ ਜੇ ਤੁਸੀਂ 12 ਸਾਲ ਬਾਅਦ ਦਾ ਅਮਾਉਂਟ ਕੱਢਣਾ ਹੈ ਤਾਂ 8 ਸਾਲ ਬਾਅਦ ਦਾ ਅਮਾਉਂਟ 2 ਉਹਦੀ ਵੈਲਿਊ 6750 ਹੈ 12 ਸਾਲ ਬਾਅਦ ਦਾ ਅਮਾਉਂਟ 3 ਬਣ ਜਾਊਗਾ ਉਹਦੀ ਵੈਲਿਊ ਫਿਰ ਦੇਖ ਲਾਂਗੇ ਜੇ 2 ਦੀ ਵੈਲਿਊ 6750 ਤਾਂ 3 ਦੀ ਵੈਲਿਊ ਕੀ ਹੋਊਗੀ ਆਨਸਰ ਆ ਜਾਊਗਾ ਪਰ ਆਪਾਂ ਪ੍ਰਿੰਸੀਪਲ ਕੱਢਣਾ ਤਾਂ ਇਹੇ 2 ਤੋਂ 3 ਜਿਹਦੇ ਵਿੱਚੋਂ 3 4500 ਹੈ ਤਾਂ 2 ਆ ਗਿਆ 3000 ਹੁਣ ਇਸੇ ਕੁਐਸਚਨ 'ਚ ਇੱਥੇ ਕੁਐਸਚਨ ਨਿਬੜ ਗਿਆ ਆਪਾਂ ਆਨਸਰ ਮਾਰਕ ਕਰਤਾ ਵੈਸੇ ਅੱਗੇ ਜਾਣਾ ਪਰ ਇਸੇ ਕੁਐਸਚਨ 'ਚ ਮੈਂ ਥੋੜੀ ਜਿਹੀ ਛੇੜਖਾਨੀ ਕਰਕੇ ਨਵਾਂ ਕੁਐਸਚਨ ਬਣਾਉਣਾ ਬੱਚੇ ਸਾਰਾ ਕੁਐਸਚਨ ਸੇਮ ਹੈ ਮੈਂ ਜੇ ਇਹਨੂੰ 6 ਸਾਲ ਲਿਖਦਾ ਬੱਚੇ ਸਾਰਾ ਕੁਐਸਚਨ ਸੇਮ ਹੈ ਮੈਂ ਇਹ ਕੁਐਸਚਨ ਸਿਰਫ ਇਸ ਚੀਜ਼ ਲਈ ਲੈ ਕੇ ਆਇਆ ਕਿ ਇਸ ਕੁਐਸਚਨ 'ਚ ਮੈਂ ਚਾਰ ਚੀਜ਼ਾਂ ਵੱਧ ਸਮਝਾਦਾ ਮੈਂ ਸਾਰੇ ਕੁਐਸਚਨ 'ਚ ਬਸ 8 ਇਅਰਸ ਨੂੰ ਕੱਟ ਕੇ 6 ਇਅਰਸ ਲਿਖਤਾ ਸਾਰਾ ਕੁਐਸਚਨ ਸੇਮ ਹੈ ਉਦੋਂ ਤੁਸੀਂ ਕੀ ਕਰੋਗੇ ਬੱਚੇ ਧਿਆਨ ਨਾਲ ਦੇਖੋ ਮੈਂ ਲਾਈਨ ਖਿੱਚਤੀ ਜਿਹੜਾ ਮੈਂ ਕੁਐਸਚਨ ਚੇਂਜ ਕੀਤਾ ਉਹ ਮੈਂ ਇੱਥੇ ਸਮਝਾਉਣਾ ਹੁਣ ਕੁਐਸਚਨ ਕੀ ਬਣ ਗਿਆ ਕੋਈ ਪ੍ਰਿੰਸੀਪਲ 4 ਸਾਲਾਂ ਬਾਅਦ 4500 ਤੇ 6 ਸਾਲਾਂ ਬਾਅਦ ਯਾਨੀ ਕਿ ਇੱਥੋਂ 2 ਸਾਲ ਬਾਅਦ 6750 ਬਣਿਆ ਹੁਣ ਪ੍ਰਿੰਸੀਪਲ ਫਾਈਂਡ ਕਰਨਾ ਬੱਚੇ ਜੇ ਕੁਐਸਚਨ ਆ ਹੁੰਦਾ ਇੱਥੇ ਹੁੰਦਾ ਸਮਾਂ 4 ਸਾਲ ਦਾ ਤਾਂ ਇੱਥੇ ਕੁੱਲ 6 ਦਾ ਮਤਲਬ 2 ਸਾਲ ਰਹਿ ਗਏ ਕੁੱਲ 2 ਸਾਲ ਰਹਿ ਗਏ ਤਾਂ ਬੱਚੇ ਇਹਦੀ ਰੇਸ਼ਿਓ ਕੀ ਬਣ ਗਈ ਇਹਦੀ ਰੇਸ਼ਿਓ ਬਣ ਗਈ 4 ਸਾਲ ਤੇ 2 ਸਾਲ ਦੀ 2 ਤੇ 1 ਇਹਦੀ ਰੇਸ਼ਿਓ 2 ਤੇ 1 ਬਣ ਗਈ ਤਾਂ ਇਹਨੂੰ ਦੇਖੋ ਆਪਾਂ ਕਿਵੇਂ ਤੋੜਦੇ ਆ ਇਹਨੂੰ ਆਪਾਂ ਤੋੜ ਲਿਆ 2 ਸਾਲ ਅਗਲੇ 2 ਸਾਲ 2 ਸਾਲ ਬਾਅਦ ਉਹ ਤਾਂ ਬੱਚੇ ਆ ਵੀ 2 ਸਾਲ ਆ ਵੀ 2 ਸਾਲ ਤਾਂ ਹੁਣ ਰੇਸ਼ਿਓ ਚ ਬਣ ਗਏ 1 ਸਾਲ 1 ਸਾਲ 1 ਸਾਲ ਤਾਂ ਆਹ 1 ਸਾਲ ਦੇ ਵਿੱਚ ਪੈਸਾ ਕੀ ਹੋ ਰਿਹਾ 4500 ਤੋਂ 6750 ਰੇਸ਼ਿਓ ਦੇ ਵਿੱਚ 2 2 3 ਸੀਗਾ 2 2 3 ਤਾਂ ਜੇ 1 ਸਾਲ ਚੋਂ 2 ਤੋਂ 3 ਹੈ ਤਾਂ ਬੱਚੇ 2 ਸਾਲਾਂ ਚ ਕੀ ਹੋਊਗਾ 2 ਸਾਲਾਂ ਚ ਹੋਊਗਾ 2 ਸਕੁਅਰ ਇਧਰ ਹੋਊਗਾ 3 ਸਕੁਅਰ ਤਾਂ ਬੱਚੇ ਇਹਦੀ ਰੇਸ਼ਿਓ ਕੀ ਆ ਜੂਗੀ 4 ਸਾਲ ਦਾ ਪੀਰੀਅਡ ਸੀ ਨਾ ਉਹ 2 ਸਾਲ ਦਾ ਪੀਰੀਅਡ ਆ ਇਹ ਉਹ ਤੋਂ ਦੁੱਗਣਾ ਹੈ ਤਾਂ 2 ਦੀ ਪਾਵਰ 2 ਇਧਰ 3 ਦੀ ਪਾਵਰ 2 ਇਹ ਆ ਗਿਆ ਬੱਚੇ 4:9 9 ਦੀ ਵੈਲਿਊ 4500 ਹੈ 500 ਗੁਣਾ ਤਾਂ 4 ਦੀ ਵੈਲਿਊ ਵੀ 500 ਗੁਣਾ ਆਨਸਰ ਆ ਜੂਗਾ ਤੁਹਾਡਾ 2000 ਬੱਚੇ ਫੇਰ ਤੁਹਾਡਾ ਆਨਸਰ ਕੀ ਆ ਜਾਂਦਾ ਇੱਥੇ 2000 ਤਾਂ ਜਿੰਨੇ ਸਟੂਡੈਂਟਸ ਲਾਈਵ ਬੈਠੇ ਇਸ ਸੈਸ਼ਨ ਨੂੰ ਦੇਖ ਰਹੇ ਨੇ ਬਾਈ ਬਣ ਕੇ ਕਿਹੜਾ ਕਮੈਂਟ ਕਰਕੇ ਦੱਸ ਦੋ ਕਿ ਇੰਨੀ ਗੱਲ ਸਮਝ ਲੱਗੀ ਕਿ ਆਪਾਂ ਕੀ ਕੀਤਾ ਜਦੋਂ ਕੁਐਸਚਨ ਚੇਂਜ ਕਰ ਲਿਆ ਉਦੋਂ ਆਪਾਂ ਨਵਾਂ ਅੰਸਰ ਵੀ ਬੜੇ ਆਰਾਮ ਨਾਲ ਕੱਢ ਸਕਦੇ ਆ ਜੇ ਤਾਂ ਟਾਈਮ ਸੇਮ ਹੈ ਫੇਰ ਤਾਂ ਮੈਂ ਉਹ ਰਿਲੇਸ਼ਨ ਵੀ ਦੱਸਿਆ ਸੀਗਾ ਅਦਰਵਾਈਜ਼ ਰੇਸ਼ੀਓ ਦੇ ਨਾਲ ਜੇ ਟਾਈਮ ਨਹੀਂ ਸੇਮ ਹੈਗਾ ਰੇਸ਼ੀਓ ਫੇਰ ਵੀ ਜਿਉਂਦੀ ਹੈ ਸਾਡੀ ਇੱਥੇ ਕਰ ਸਕਦੇ ਆਂਗੇ ਤਾਂ ਇਹਦੇ ਨਾਲ ਦੇ ਅੱਗੇ ਕੁਐਸ਼ਨਸ ਦੇਖੋ ਬੱਚੇ ਅਗਲਾ ਕੁਐਸ਼ਨ ਅ ਸਮ ਆਫ ਰੁਪੀਸ 5000 ਅਮਾਉਂਟਸ ਟੂ 7200 ਇਨ 8 ইয়ার্স ਪ੍ਰਿੰਸੀਪਲ 5000 ਰੁਪਏ 8 ਸਾਲਾਂ ਚ 7200 ਬਣ ਗਿਆ ਕਿਸੇ ਰੇਟ ਦੇ ਉੱਤੇ ਐਟ ਸਰਟਨ ਰੇਟ ਆਫ ਇੰਟਰਸਟ ਕੰਪਾਊਂਡਡ ਐਨਿਉਅਲੀ ਉਹ ਕਹਿੰਦੇ ਵਟ ਵਿਲ ਬੀ ਦਾ ਕੰਪਾਊਂਡ ਇੰਟਰਸਟ ਓਨ ਅ ਸਮ ਆਫ ਰੁਪੀਏ 6500 ਇਨ 4 ইয়ারਜ਼ ਐਟ ਦਾ ਸੇਮ ਰੇਟ ਆਫ ਇੰਟਰਸਟ ਉੱਪਰ ਜਿਹੜਾ ਡਾਟਾ 기ਵਨ ਹੈ ਬੱਚੇ ਉਹ 8 ਸਾਲ ਦਾ 기ਵਨ ਹੈ ਕਿ 5000 ਰੁਪਏ ਪ੍ਰਿੰਸੀਪਲ ਤੋਂ 7200 ਬਣ ਗਏ ਤੇ ਇੱਥਾਂ 4 ਸਾਲ ਦਾ ਪੁੱਛਿਆ ਕਿ ਆਹਾ ਪ੍ਰਿੰਸੀਪਲ 4 ਸਾਲ ਅਜ ਕੀ ਬਣ ਜੂ ਐਟ ਦਾ ਸੇਮ ਰੇਟ ਤਾਂ ਸਾਡੇ ਕੋਲ 8 ਸਾਲ ਦਾ ਡਾਟਾ 기ਵਨ ਹੈ ਤੇ 4 ਸਾਲ ਦਾ ਚਾਹੀਦਾ ਯਾਨੀ ਕਿ 8 ਸਾਲ ਨੂੰ ਵੀ 4-4 ਚ ਤੋੜਾਂਗੇ ਤਾਂ 8 ਸਾਲ ਨੂੰ ਤੋੜ ਪ੍ਰਿੰਸੀਪਲ 5000 ਰੁਪਏ 8 ਸਾਲਾਂ ਚ ਕੀ ਬਣ ਗਿਆ 7200 ਤਾਂ 8 ਸਾਲ ਨੂੰ ਮੈਂ 4-4 ਚ ਤੋੜਤਾ ਤਾਂ 4 ਸਾਲ ਇੱਥੇ 4 ਸਾਲ ਇੱਥੇ ਬਚੇ 8 ਸਾਲ ਨੂੰ ਮੈਂ 4-4 ਚ ਕਿਉਂ ਤੋੜਿਆ ਕਿਉਂਕਿ ਜਿਹੜੀ ਚੀਜ਼ ਅਸੀਂ ਫਾਈਂਡ ਕਰਨੀ ਹੈ ਉਹ 4 ਸਾਲ ਦੀ ਫਾਈਂਡ ਕਰਨੀ ਹੈ ਸੋ ਇਸ ਕਰਕੇ ਇਹਨੂੰ ਆਪਾਂ ਇੱਕ-ਇੱਕ ਸਾਲ ਮੰਨ ਸਕਦੇ ਹਾਂ ਕਿ ਨਾ ਵੀ ਲਿਖੋ ਇਹ ਤਾਂ ਸਰਦ ਹੈਗਾ ਤਾਂ ਬੱਚੇ ਇਹਨਾਂ ਦੀ ਰੇਸ਼ਿਓ ਕੀ ਆ ਗਈ 0000 ਕੱਟਿਆ ਗਿਆ 50 ਤੇ 72 ਕੀ ਆ ਗਿਆ 25 ਤੇ 36 ਬੱਚੇ ਇੰਨੀ ਗੱਲ ਕਲੀਅਰ ਹੈ ਕਿ ਜਿਹੜਾ ਪੈਸਾ 2 ਸਾਲਾਂ 'ਚ 25 ਤੋਂ 36 ਹੋ ਰਿਹਾ ਹੈ ਉਹ 1 ਸਾਲ 'ਚ ਇੱਥੋਂ ਲੈ ਕੇ ਇੱਥੇ ਤੱਕ ਕੀ ਹੋਊਗਾ 1 ਸਾਲ 'ਚ ਉਹ ਹੋਊਗਾ 5 ਤੋਂ 6 1 ਸਾਲ 'ਚ ਉਹ ਹੋਊਗਾ 25 ਦੀ ਪਾਵਰ 1/2 ਉਧਰੋਂ 36 ਦੀ ਪਾਵਰ 1/2 ਅਸੀਂ 2 ਸਾਲ ਤੋਂ 1 ਸਾਲ ਤੇ ਹੋਣਾ ਨਾ ਜਿਵੇਂ ਪਹਿਲੇ ਕੁਐਸਚਨ 'ਚ ਪਾਵਰ 1/3 ਕੀਤਾ ਸੀਗਾ ਕਿਉਂਕਿ 3 ਸਾਲ ਤੋਂ 1 ਸਾਲ ਤੇ ਹੋਣਾ ਸੀ ਇੱਥੇ 2 ਸਾਲ ਤੋਂ 1 ਸਾਲ ਤੇ ਹੋਣਾ ਤਾਂ ਪਾਵਰ 1/2 ਹੋ ਜਾਊ 5 ਤੋਂ 6 ਤਾਂ ਇਹੀ ਜਿਹੜਾ ਰੇਟ ਆ ਗਿਆ 5 ਤੋਂ 6 ਇਹੀ ਇੱਥੇ ਲਾਗੂ ਹੋਊਗਾ ਅਸੀਂ ਇੱਥੇ ਕੀ ਫਾਈਂਡ ਕਰਨਾ ਹੈ ਪ੍ਰਿੰਸੀਪਲ ਕਹਿੰਦੇ 6550 ਹੈ ਅਸੀਂ 4 ਸਾਲ 4 ਸਾਲ ਯਾਨੀ ਕਿ 1 ਬਣ ਗਿਆ ਸੇਮ ਰੇਟ ਦੇ ਉੱਤੇ ਇਕੱਲਾ ਇੰਟਰਸਟ ਦੱਸਣਾ ਬੱਚੇ ਅਮਾਉਂਟ ਨਹੀਂ ਦੱਸਣਾ ਫਾਈਂਡ ਦਾ ਕੰਪਾਊਂਡ ਇੰਟਰਸਟ ਹੈ ਕੁਐਸਚਨ ਇੰਟਰਸਟ ਕਿੰਨਾ ਹੈਗਾ 5 ਦੇ ਉੱਤੇ ਜੇ ਅਮਾਉਂਟ 6 ਬਣ ਗਿਆ ਤਾਂ 1 ਰੁਪਏ ਦਾ ਇੰਟਰਸਟ ਹੈ ਤਾਂ ਸਾਨੂੰ ਪਤਾ ਹੈ 5 ਦੀ ਵੈਲਿਊ 6550 ਹੈ 1 ਦੀ ਵੈਲਿਊ ਕੀ ਹੋਊਗੀ ਡਿਵਾਈਡ ਬਾਈ 5 ਕਰਕੇ ਡਿਵਾਈਡ ਬਾਈ 5 ਕਰਕੇ 1 ਦੀ ਵੈਲਿਊ ਬੱਚੇ ਆ ਗਈ ਤੁਹਾਡੀ 1310 ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਡੀ ਆਪਸ਼ਨ ਆ ਜਾਊਗਾ 1310 ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਤਾਂ ਆਪਣੇ ਆਨਸਰਸ ਕਮੈਂਟ ਕਰਦੇ ਜਾਇਓ ਕਿਉਂਕਿ ਮੈਂ ਕੋਈ ਵੀ ਸਵਾਲ ਕਰਵਾਉਣਾ ਮੈਂ ਥੋੜਾ ਜਿਆਦਾ ਡਿਟੇਲ ਦੇ ਵਿੱਚ ਦੱਸਣਾ ਮੈਂ ਥੋੜੀ ਜੀ ਉਹਦੀ ਐਕਸਪਲੇਨੇਸ਼ਨ ਦੱਸਣੀ ਹੈ ਤਾਂ ਮੈਨੂੰ ਥੋੜਾ ਜਿਹਾ ਟਾਈਮ ਲੱਗਦਾ ਜਿਹੜੇ ਸਟੂਡੈਂਟਸ ਮਾੜੀ ਮੋਟੀ ਚੰਗੀ ਪ੍ਰੈਕਟਿਸ ਕਰਕੇ ਬੈਠੇ ਨੇ ਪਲੀਜ਼ ਉਹ ਮੇਰੇ ਤੋਂ ਪਹਿਲਾਂ ਆਨਸਰ ਕੱਢ ਕੇ ਕਮੈਂਟ ਸੈਕਸ਼ਨ ਦੇ ਵਿੱਚ ਕ ਜਿਹੜੇ ਸਟੂਡੈਂਟਸ ਨੇ ਇਹੋ ਜਿਹੇ ਸਵਾਲ ਕਦੇ ਨਹੀਂ ਦੇਖੇ ਹੈਗੇ ਜਿਨ੍ਹਾਂ ਦੇ ਲਈ ਇਹ ਨਵੇਂ ਸਵਾਲ ਨੇ ਉਹ ਬਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਕਿ ਬਾਲੇ ਸੋਲਵ ਕਰਨ ਦੀ ਲੋੜ ਨਹੀਂ ਹੈਗੀ ਕਾਪੀ ਪੈਨ ਸਾਈਡ ਤੇ ਰੱਖੋ ਸਿਰਫ ਦੇਖੋ ਮਾੜਾ ਮੋਟਾ ਸਕਰੀਨ ਸ਼ਾਟ ਲੈ ਲਿਆ ਕਰੋ ਜਿਹੜੀ ਚੀਜ਼ ਲਿਖਣੀ ਜ਼ਰੂਰੀ ਲੱਗਦੀ ਨਹੀਂ ਤਾਂ YouTube ਵੀਡੀਓ ਹਮੇਸ਼ਾ ਤੁਹਾਡੇ ਕੋਲ ਪਈ ਹੈ ਕਦੋਂ ਵੀ ਦੇਖ ਸਕਦੇ ਹੋ ਅਦਰਵਾਈਜ਼ ਲਿਖਣ ਲੁਖਣ ਵੱਲ ਆਪ ਦਾ ਧਿਆਨ ਨਾ ਪਟਕਾਓ ਸਿਰਫ ਮੈਨੂੰ ਦੇਖੋ ਮੈਨੂੰ ਸੁਣੋ ਉੱਥੋਂ ਬਹੁਤ ਕੁਝ ਦੇਖ ਸੁਣ ਕੇ ਬਹੁਤ ਕੁਝ ਸਮਝ ਆਊਗਾ ਅਗਲੇ ਕੁਐਸਚਨ ਤੇ ਆਜੋ ਬੱਚੇ ਅਗਲਾ ਕੁਐਸਚਨ ਕੀਆ ਸਮ ਆਫ ਮਨੀ ਅਮਾਉਂਟਸ ਟੂ 7200 ਇਨ 2 ইয়ারਸ ਐਂਡ 16200 ਇਨ 6 ইয়ারਸ ਐਟ দা ਸਰਟਨ ਰੇਟ ਆਫ ਕੰਪਾਊਂਡ ਇੰਟਰਸਟ ਫਾਈਂਡ ਦਾ ਸਮ ਬੱਚੇ ਇਹੋ ਜਿਹਾ ਕੁਐਸਚਨ ਕੀਤਾ ਸੀ ਕੋਈ ਪੈਸਾ ਪ੍ਰਿੰਸੀਪਲ ਪਤਾ ਨਹੀਂ ਕਿੰਨਾ ਹੈ ਕਹਿੰਦੇ 2 ਸਾਲਾਂ ਚ 7200 ਬਣ ਗਿਆ ਆ 2 ਸਾਲ ਨੇ ਤੇ 6 ਸਾਲਾਂ ਚ 16200 ਬਣ ਗਿਆ 6 ਸਾਲ ਦਾ ਮਤਲਬ 2 ਸਾਲ 4 ਅੱਗੇ 4 ਨੂੰ ਵੀ ਕੀ ਕਰਾਂਗੇ 2 ਤੇ 2 ਚ ਤੋੜ ਲਾਂਗੇ 16200 ਬਣ ਗਿਆ ਐਗਜ਼ਾਮੀਨਰ ਕਹਿੰਦਾ ਆ ਦੋ ਦੋ ਸਾਲ ਦਾ ਸਮਾਂ ਐਗਜ਼ਾਮੀਨਰ ਕਹਿੰਦਾ ਸਮ ਦੱਸੋ ਪ੍ਰਿੰਸੀਪਲ ਤੇ ਪਹੁੰਚਣਾ ਬੱਚੇ ਪ੍ਰਿੰਸੀਪਲ ਤੇ ਕਿਵੇਂ ਪਹੁੰਚਾਂਗੇ ਇੱਕ ਗੱਲ ਤਾਂ ਕਲੀਅਰ ਹੈ ਕਿ ਇਹ ਇੱਕ ਇੱਕ ਸਾਲ ਮੰਨਿਆ ਜਾ ਸਕਦਾ ਹੈ ਪੀਰੀਅਡ ਬਰਾਬਰ ਤਾਂ ਇਹ ਬੇਸਿਕਲੀ ਦੋ ਸਾਲ ਦਾ ਸਮਾਂ ਹੈ ਨਾ ਜਦੋਂ 7200 ਤੋਂ ਪੈਸਾ 16200 ਬਣ ਗਿਆ ਇਹ ਬੇਸਿਕਲੀ ਬੱਚੇ ਕੀ ਹੈ ਦੋ ਸਾਲ ਦਾ ਸਮਾਂ ਆਪਾਂ ਦੋ ਸਾਲ ਦਾ ਦੇਖ ਲਾਂਗੇ ਪ੍ਰਿੰਸੀਪਲ ਤੋਂ ਅਮਾਉਂਟ ਕੀ ਰੇਸ਼ਿਓ ਚ ਜਾਂਦਾ ਜੇ ਦੋ ਸਾਲ ਦੀ ਰੇਸ਼ਿਓ ਪਤਾ ਲੱਗ ਜੇ ਅਸੀਂ 1 ਸਾਲ ਤੇ ਉਹਨਾਂ ਦਾ ਪਾਵਰ 1/2 ਕਰਕੇ ਸਕੁਅਰ ਰੂਟ ਕਰਕੇ ਆ ਜਾਾਂਗੇ 1 ਸਾਲ ਦੀ ਰੇਸ਼ਿਓ ਪਤਾ ਲੱਗ ਗਈ ਉਹੀ 1 ਸਾਲ ਦੀ ਰੇਸ਼ਿਓ ਇੱਥੇ ਲੱਗ ਜੂਗੀ ਜਿਹਦੇ ਵਿੱਚੋਂ ਇਹਦੀ ਵੈਲਿਊ ਪਤਾ ਇਹਦੀ ਨਿਕਲਿਓਗੇ ਸਿੰਪਲ ਕੁਐਸਚਨ ਹੈ ਬੱਚੇ ਰੇਸ਼ਿਓ ਕੀ ਆ ਕਿ 00 ਨਾਲ 00 ਕੈਨਸਲ 9 ਦਨੇ 18 ਦੇ ਟੇਬਲ 'ਚ 18 4 18 9 ਤਾਂ ਬੱਚੇ 4 ਰੇਸ਼ਿਓ 9 ਕੀ ਆ ਗਿਆ 2 ਸਾਲਾਂ 'ਚ ਪੈਸਾ 4 ਤੋਂ 9 ਹੋ ਰਿਹਾ ਤਾਂ 1 ਸਾਲ 'ਚ ਕੀ ਹੋਊਗਾ 4 ਦੀ ਪਾਵਰ 1/2 ਇਧਰ 9 ਦੀ ਪਾਵਰ 1/2 ਯਾਨੀ ਕਿ 2 ਰੇਸ਼ਿਓ 3 1 ਸਾਲ ਚ ਪੈਸਾ 2 ਤੋਂ 3 ਹੋਊਗਾ ਤਾਂ ਇੱਥੇ ਵੀ ਫਿਰ ਪੈਸਾ 2 ਤੋਂ 3 ਹੀ ਹੋਇਆ ਹੋਣਾ ਤਾਂ ਜਿਹਦੇ ਵਿੱਚੋਂ 3 ਦੀ ਵੈਲਿਊ ਸਾਨੂੰ ਪਤਾ ਹੈ 7200 ਰੁਪਏ 2400 ਗੁਣਾ ਤਾਂ 2 ਦੀ ਵੈਲਿਊ ਕੀ ਹੋਊਗੀ ਬੱਚੇ ਇਹ ਵੀ 2400 ਗੁਣਾ ਹੋ ਜਾਊਗਾ ਆਨਸਰ will be 4800 ਤਾਂ ਬਹੁਤ ਸਿੰਪਲ ਕੁਐਸਚਨ ਹੈ ਮਤਲਬ ਸਿੰਪਲ ਹੋ ਜਾਣਗੇ ਜੇ ਆ ਚੀਜ਼ਾਂ ਸਮਝਦੇ ਜਾਓਗੇ ਰੇਸ਼ੀਓ ਦੇ ਨਾਲ ਆਪਾਂ ਸਾਰੇ ਦਾ ਸਾਰਾ ਕੰਪਾਊਂਡ ਇੰਟਰਸਟ ਚੈਪਟਰ ਜਮਾ ਜਵਾਕਾ ਵਾਂਗੂ ਕਰਨ ਲਾ ਦਾਂਗੇ ਜਿਹੜੇ ਕੁਐਸਚਨਸ ਥੋੜੇ ਜੇ ਤੰਗ ਵੀ ਕਰਦੇ ਆ ਕੋਈ ਫਾਰਮੂਲਾ ਵਰਤਣ ਦੀ ਲੋੜ ਨਹੀਂ ਬੰਦੇ ਬਣ ਕੇ ਬਸ ਦੇਖੀ ਜਾ ਮੈਂ ਕਿਵੇਂ ਪੜੋਣਾ ਕਿਵੇਂ ਲਿਖਦਾ ਕਿਹੜੀ ਚੀਜ਼ ਲਿਖੇ ਬਿਨਾ ਸਰਦਾ ਹੈਗਾ ਸਭ ਕੁਝ ਦੇਖਦੇ ਜਾਓ ਅਗਲੇ ਕੁਐਸਚਨ ਤੇ ਆਜੋ ਬੱਚੇ ਅਗਲਾ ਕੁਐਸਚਨ ਕੀ ਆ ਅ ਸਮ ਆਫ ਮਨੀ ਬਿਕਮਸ 16 ਟਾਈਮਸ ਆਫ ਇਟਸੈਲਫ ਇਨ 2 ইয়ার্স ਬੱਚੇ ਕੰਪਾਊਂਡ ਇੰਟਰਸਟ ਦੇ ਮੋਸਟ ਟਿਪੀਕਲ ਕੁਐਸਚਨਸ ਦੇ ਵਿੱਚੋਂ ਕੁਐਸਚਨ ਹੈ ਉਹ ਕਹਿੰਦੇ ਕੋਈ ਪੈਸਾ 2 ਸਾਲਾਂ ਚ 16 ਟਾਈਮਸ ਹੋ ਗਿਆ ਕਦੋਂ ਦਾ ਰੇਟ ਆਫ ਇੰਟਰਸਟ ਬੀਂ ਕੰਪਾਊਂਡਡ ਹਾਫ ਇਅਰਲੀ ਹਾਫ ਇਅਰਲੀ ਦੇ ਉੱਤੇ ਕੋਈ ਪੈਸਾ ਰੱਖਿਆ ਤਾਂ ਉਹ 2 ਸਾਲਾਂ ਚ 16 ਗੁਣਾ ਹੋ ਗਿਆ ਐਗਜ਼ਾਮੀਨਰ ਕਹਿੰਦਾ ਹਾਊ ਮਚ ਟਾਈਮ ਕਿੰਨਾ ਸਮਾਂ ਲਊਗਾ ਵਿਲ ਦਿਸ ਸਮ ਟੇਕ ਟੂ ਬਿਕਮ 27 ਟਾਈਮਸ ਆਫ ਇਟਸੈਲਫ ਇਫ ਦਾ ਰੇਟ ਆਫ ਇੰਟਰਸਟ ਇਜ਼ ਕੰਪਾਊਂਡਡ ਇਅਰਲੀ ਜਿਹੜਾ ਪਹਿਲਾਂ ਹਾਫ ਇਅਰਲੀ ਸੀਗਾ ਹੁਣ ਉਹ ਇਅਰਲੀ ਤੇ ਪੁੱਛਿਆ ਗਿਆ ਕਿੰਨੇ ਸਮੇਂ ਚ 27 ਗੁਣਾ ਹੋ ਜਾਊਗਾ ਬੱਚੇ ਕੁਐਸਚਨ ਧਿਆਨ ਨਾਲ ਦੇਖੋ ਹਾਂਜੀ ਐਗਜ਼ਾਮੀਨਰ ਕਹਿੰਦਾ ਕੋਈ ਪੈਸਾ ਪ੍ਰਿੰਸੀਪਲ ਆਪਾਂ ਪੀ ਨਾਲ ਲਿਖੇ 1 ਤੋਂ 16 ਲਿਖ ਲੈਣੇ ਆ ਕੋਈ ਪੈਸਾ 1 ਤੋਂ 16 ਹੋ ਗਿਆ ਕਦੋਂ ਹੋਇਆ 2 ਸਾਲਾਂ ਚ ਪਰ 2 ਸਾਲ ਚ ਕੀ ਹੈ ਹਾਫ ਇਅਰਲੀ ਤਾਂ ਬੱਚੇ ਹਾਫ ਇਅਰਲੀ ਕੀ ਹੋ ਗਿਆ 4 ਹਾਫ ਇਅਰਸ ਬੱਚੇ ਜਿਹੜਾ 2 ਸਾਲ ਦਾ ਸਮਾਂ ਹੈ ਕਿਉਂਕਿ ਹਾਫ ਇਅਰਲੀ ਬੇਸਿਸ ਤੇ ਇੰਟਰਸਟ ਲੱਗਣਾ ਤਾਂ ਉਹਦੇ ਵਿੱਚ 4 ਹਾਫ ਇਅਰਸ ਨੇ ਤਾਂ ਬੱਚੇ ਇੱਥੇ ਕੀ ਹੈ 4 ਹਾਫ ਇਅਰਸ ਨੂੰ 4 ਮੰਨ ਲਓ ਜੇ 4 ਸਾਲਾਂ ਚ ਪੈਸਾ 1 ਤੋਂ 16 ਹੋਇਆ ਤਾਂ 1 ਸਾਲ ਚ ਕੀ ਹੋਇਆ ਹੋਊਗਾ 1 ਸਾਲ ਬੇਸਿਕਲੀ ਮੈਂ 1 ਹਾਫ ਇਅਰ ਨੂੰ ਕਹਿ ਰਿਹਾ 1 ਦੀ ਪਾਵਰ 1/4 ਇੱਧਰ 16 ਦੀ ਪਾਵਰ 1/4 1 ਦੀ ਪਾਵਰ 1/4 ਤਾਂ 1 ਹੋ ਗਿਆ 16 ਦੀ ਪਾਵਰ 1/4 ਹੋ ਗਿਆ 2 ਤਾਂ ਬੇਸਿਕਲੀ ਉਹ 1 ਤੋਂ 2 ਹੋ ਗਿਆ ਇੱਕ ਹਾਫイヤー ਦੇ ਵਿੱਚ ਬੱਚੇ ਹਾਫイヤਰਸ ਨੇ ਨਾ ਇੱਕ ਹਾਫイヤー ਚ ਪੈਸਾ 1 ਰੁਪਏ ਤੋਂ 2 ਰੁਪਏ ਹੋ ਗਿਆ ਪਰ ਅਗਲੀ ਵਾਰ ਤਾਂ ਆਪਾਂ ਇੰਟਰਸਟ ਇਅਰਲੀ ਤੇ ਲਉਣਾ ਹੈ ਇਅਰਲੀ ਤੇ ਲਉਣਾ ਤਾਂ ਸਾਨੂੰ ਹਾਫイヤーਲੀ ਨਹੀਂ ਚਾਹੀਦਾ ਬੱਚੇ ਇੱਕ ਹਾਫイヤー ਦਾ ਇੰਟਰਸਟ ਕਿੰਨਾ 1 ਰੁਪਏ ਤਾਂ ਪੂਰੇ ਸਾਲ ਦਾ ਇੰਟਰਸਟ ਕਿੰਨਾ ਹੋਊਗਾ 1 ਤੇ 1 2 ਰੁਪਏ ਇੰਨੀ ਗੱਲ ਕਲੀਅਰ ਰੱਖੇ 1 ਰੁਪਏ ਤੋਂ 2 ਰੁਪਏ ਬਣ ਰਹੇ ਹੈ 1 ਹਾਫ ਇਅਰ ਦੇ ਵਿੱਚ ਤਾਂ ਹੁਣ ਤਾਂ ਆਪਾਂ ਇਅਰਲੀ ਇੰਟਰਸਟ ਲੋਣੇ ਤਾਂ ਅੱਧੇ ਸਾਲ 'ਚ ਜੇ 1 ਰੁਪਏ ਦਾ ਇੰਟਰਸਟ ਹੈ ਅੱਧੇ ਸਾਲ 'ਚ ਜੇ 1 ਰੁਪਏ ਦਾ ਇੰਟਰਸਟ ਹੈ ਤਾਂ ਪੂਰੇ ਸਾਲ 'ਚ 2 ਰੁਪਏ ਦਾ ਇੰਟਰਸਟ ਹੋਊਗਾ ਤਾਂ ਪੈਸਾ 1 ਤੋਂ 3 ਬਣ ਜਾਊਗਾ ਪੈਸਾ 1 ਪੂਰੇ ਸਾਲ ਦੇ ਵਿੱਚ 1 ਤੋਂ 3 ਬਣ ਗਿਆ ਆਪਾਂ 27 ਗੁਣਾ ਬਣਾਉਣਾ ਤਾਂ 27 ਗੁਣਾ ਕੀ ਹੈ ਬੱਚੇ 3 ਦੀ ਪਾਵਰ 3 ਹੈ ਇਧਰ 1 ਦੀ ਪਾਵਰ 3 ਉਧਰ 3 ਦੀ ਪਾਵਰ 3 ਤਾਂ ਆਨਸਰ ਕੀ ਆਜੂ 1 ਦਾ 3 ਗੁਣਾ 3 ইয়ারਸ ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਕੀ ਆਜੂ ਤੁਹਾਡਾ ਸੈਕਿੰਡ অপਸ਼ਨ 3 ইয়ারਸ ਇਹਦੇ ਵਿੱਚ ਸਾਨੂੰ ਇਹ ਪਤਾ ਹੈ ਕਿ ਪੈਸਾ ਕਿੰਨੇ ਗੁਣਾ ਹੋ ਰਿਹਾ ਹੈ 1 ਤੋਂ 3 ਤਾਂ 1 ਸਾਲ ਚ ਆ ਗਿਆ 3 ਕਿਵੇਂ ਆਇਆ 2 ਤਾਂ ਆਇਆ ਸੀ হাফ ইয়ার ਦੇ ਹਿਸਾਬ ਨਾਲ ਕਿ 1 হাফ ইয়ার ਦੇ ਵਿੱਚ 1 হাফ ইয়ার ਦੇ ਵਿੱਚ 1 ਤੋਂ 2 ਯਾਨੀ ਕਿ 1 ਰੁਪਏ ਦਾ ਇੰਟਰਸਟ ਲੱਗਿਆ ਤਾਂ ਪੂਰੇ ਸਾਲ ਚ 2 ਰੁਪਏ ਦਾ ਇੰਟਰਸਟ ਲੱਗਿਆ 2 ਦਾ ਇੰਟਰਸਟ ਲੱਗ ਕੇ ਮਤਲਬ ਅਮਾਉਂਟ 1 ਤੋਂ 3 ਬਣ ਗਿਆ ਪਰ ਅਸੀਂ 1 ਤੋਂ 27 ਬਣਾਉਣਾ ਹੈ ਕਯੂਬ ਹੋ ਰਿਹਾ ਨਾ ਤਾਂ ਟਾਈਮ 3 ਗੁਣਾ ਹੋ ਜਾਊ 1 ਦਾ 3 ਗੁਣਾ ਆਨਸਰ will be 3 ਇਅਰਸ ਤਾਂ ਬੱਚੇ ਇਹ ਟਿਪੀਕਲ ਕੁਐਸਚਨ ਸੀਗਾ ਸੌਖੇ ਤਰੀਕੇ ਨਾਲ ਹੱਲ ਕਰ ਸਕਦੇ ਆਂਗੇ ਸੈਸ਼ਨ ਦੇ ਵਿੱਚ ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਬਾਈ ਬਣ ਕੇ ਸੈਸ਼ਨ ਲਾਈਕ ਸ਼ੇਅਰ ਕਰਦੇ ਜਾਓ ਬਾਕੀ ਮੇਰੇ ਤੇ ਛੱਡ ਦਿਓ ਅੱਗੇ ਆਜੋ ਜੀ ਇਫ ਦਾ ਕੰਪਾਊਂਡ ਇੰਟਰਸਟ ਓਨ ਅ ਸਮ ਆਫ ਮਨੀ ਬ ਮੈਂ ਸਾਰੇ ਦੇ ਸਾਰੇ ਕੁਐਸਚਨਸ ਕਰਵਾਉਂਗਾ ਜਿਹੜੇ ਤਰੀਕੇ ਨਾਲ ਮੈਂ ਮਤਲਬ ਪੇਡ ਬੈਚ ਤੇ ਚਲੋ ਕਰਾਏ ਨੇ ਜਿਹੜੇ ਤਰੀਕੇ ਦੇ ਨਾਲ ਮੈਂ ਕੁਐਸਚਨਸ ਨੂੰ ਬੇਸਿਕਲੀ ਸੋਲਵ ਕਰਦਾ ਸਿਰਫ ਕੁਐਸਚਨਸ ਨਹੀਂ ਪੂਰੇ ਦੇ ਪੂਰੇ ਚੈਪਟਰ ਨੂੰ ਜਿਹੜੇ ਤਰੀਕੇ ਨਾਲ ਆਪਾਂ ਕਰਦੇ ਆ ਮੈਂ ਸਾਰੇ ਦੇ ਸਾਰੇ ਕੁਐਸਚਨਸ ਉਹ ਮੈਂ ਕਰਵਾਉਂਗਾ ਜਿੰਨਾਂ ਦੇ ਵਿੱਚ ਘੱਟ ਤੋਂ ਘੱਟ ਸਮਾਂ ਲੱਗੇ ਤਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਬਾਈ ਬਣ ਕੇ ਨਾਲ-ਨਾਲ ਕਰਨ ਦੀ ਕੋਸ਼ਿਸ਼ ਨਾ ਕਰਿਓ ਜਿਹੜੇ ਬੱਚੇ ਦੀ ਤਾਂ ਤਿਆਰੀ ਬਹੁਤ ਚੰਗੀ ਆ ਬਹੁਤ ਚੰਗੀ ਪ੍ਰੈਕਟਿਸ ਕੀਤੀ ਹੋਈ ਆ ਇਹ ਜਿਹੇ ਸਵਾਲ ਹਰ ਤੀਜੇ ਦਿਨ ਪ੍ਰੈਕਟਿਸ ਕਰਦੇ ਨੇ ਉਹ ਬੱਚੇ ਤਾਂ ਮੈਂ ਰਿਕਮੈਂਡ ਕਰਦਾ ਕਿ ਬਾਈ ਪਹਿਲੀ ਵਾਰ ਚੀਜ਼ਾਂ ਦੇਖਣੀਆਂ ਨੇ ਸਿਲੇਬਸ ਕੀਤਾ ਨਹੀਂ ਜਾਂ ਕਰ ਲਿਆ ਪਰ ਕਦੇ ਪ੍ਰੈਕਟਿਸ ਬਹੁਤੀ ਨਹੀਂ ਕੀਤੀ ਜਾਂ ਪ੍ਰੈਕਟਿਸ ਵੀ ਕੀਤੀ ਇਹੋ ਜਿਹੇ ਕੁਐਸਚਨਸ ਨਹੀਂ ਦੇਖੇ ਉਹਨਾਂ ਅੱਗੇ ਬਾਈ ਬਣ ਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਨਾਲ ਨਾਲ ਕਰਨ ਨਾਲ ਖੇਚਲ ਨਹੀਂ ਕਰਨੀ ਤੁਸੀਂ ਸਿਰਫ ਮੈਨੂੰ ਦੇਖੋ ਕੁਐਸਚਨ ਤੁਹਾਡੇ ਸਾਹਮਣੇ ਕੀ ਹੈ ਇਫ ਦਾ ਸੀਆਈਓ ਨੇ ਸਰਟਨ ਸਮ ਫੋਰ ਦਾ ਸੈਕਿੰਡ ਇਅਰ ਬੱਚੇ 2 ਇਅਰਸ ਨਹੀਂ ਲਿਖਿਆ ਹੋਇਆ 2 ਇਅਰਸ ਨਹੀਂ ਲਿਖਿਆ ਕੱਲਾ ਸੈਕਿੰਡ ਇਅਰ ਦੂਜੇ ਸਾਲ ਦਾ ਇੰਟਰਸਟ ਕੀ ਹੈ 480 ਰੁਪਏ ਐਟ ਦਾ ਰੇਟ ਆਫ 14 2/7% ਪਰ એનਮ देन फाइंड द फाइंड ਕੀ ਕਰਨਾ ਇਸ ਕੰਪਾਊਂਡ ਇੰਟਰਸਟ ਔਨ ਦਾ ਸੇਮ ਸਮ ਫੋਰ ਡੇਢ ਸਾਲ ਐਟ ਦਾ ਸੇਮ ਰੇਟ ਆਫ ਇੰਟਰਸਟ ਬੱਚੇ ਇੰਨੀ ਗੱਲ ਕਲੀਅਰ ਹੈ ਕਿ 14 2/7% ਦੀ ਫ੍ਰੈਕਸ਼ਨ 1/7 ਹੁੰਦੀ ਹੈ 1/7 ਦਾ ਮਤਲਬ 7 ਰੁਪਏ ਦੇ ਉੱਤੇ ਇੱਕ ਇੰਟਰਸਟ ਤਾਂ ਬੱਚੇ ਇੱਥੇ ਸੈਕਿੰਡ ਈਅਰ ਦੀ ਗੱਲ ਹੋ ਰਹੀ ਹੈ ਮਤਲਬ ਉਹ ਵੀ 2 ਸਾਲ ਦੇ ਵਿੱਚ ਆਉਂਦਾ ਆਪਾਂ ਡੇਢ ਸਾਲ ਦਾ ਇੰਟਰਸਟ ਕੱਢਣਾ ਉਹ ਵੀ 2 ਸਾਲ ਦੇ ਵਿੱਚ ਆਉਂਦਾ ਤਾਂ ਬੱਚੇ 2 ਸਾਲ ਦਾ ਇੰਟਰਸਟ ਆਪਾਂ ਕਿਵੇਂ ਲਿਖਦੇ ਹੁੰਨੇ ਆ ਆਹ ਪ੍ਰਿੰਸੀਪਲ ਹੈ ਬ੍ਰਾਂਚਾਂ ਕੱਢ ਲਈਆਂ ਇੱਥੇ ਆਪਾਂ ਲਿਖ ਦਿੰਨੇ ਆ A ਇੱਥੇ ਵੀ A ਇੱਥੇ ਨਾਲ ਲਿਖ ਦਿੰਨੇ ਆ B ਸਾਨੂੰ ਪ੍ਰਿੰਸੀਪਲ ਨਹੀਂ ਚਾਹੀਦਾ ਇਸ ਕੁਐਸਚਨ ਚ ਇੰਟਰਸਟ ਹੀ ਗਿਵਨ ਹੈ ਇੰਟਰਸਟ ਹੀ ਕੱਢਣਾ ਹੈ ਤਾਂ ਬੱਚੇ ਸਾਨੂੰ ਸਿਰਫ A A A ਆਹ B A ਤੇ B ਚਾਹੀਦੇ ਨੇ A ਤੇ B ਕੀ ਆ ਜਾਣਗੇ ਪ੍ਰਿੰਸੀਪਲ ਦੇ ਉੱਤੇ ਇੰਟਰਸਟ ਲੱਗ ਕੇ ਤਾਂ A ਆ ਜਾਊਗਾ A ਜਿੰਨਾ ਮਰਜੀ ਆ ਜੇ A ਦੇ ਉੱਤੇ ਇੰਟਰਸਟ ਲੱਗ ਕੇ B ਆਉਂਦਾ ਹੁੰਦਾ ਤਾਂ ਬੱਚੇ ਤੁਸੀਂ A ਦੇ ਉੱਤੇ ਇੰਟਰਸਟ ਲੱਗ ਕੇ ਜਿਹੜਾ B ਆਉਣਾ ਇੰਟਰਸਟ ਕਿੰਨਾ ਲੱਗਣਾ 7 ਦੇ ਉੱਤੇ 1 ਸੋ ਇਸ ਕਰਕੇ ਇਹਨੂੰ ਲਿਖ ਲਓ 7 ਤਾਂ ਇਹਨੂੰ ਲਿਖ ਲਓ 7 ਦੇ ਉੱਤੇ 1 ਇੰਟਰਸਟ ਲੱਗਿਆ 1 ਤਾਂ ਆ ਬੱਚੇ ਤੁਹਾਡੀਆਂ ਵੈਲਿਊਜ਼ ਆ ਗਈਆਂ 기ਵਨ ਕੀ ਆ ਉਹ ਵੀ ਇੱਥੋਂ ਚੱਕਿਆ ਜਾਊਗਾ ਫਾਈਂਡ ਕੀ ਕਰਨਾ ਉਹ ਵੀ ਇੱਥੋਂ ਚੱਕਿਆ ਜਾਊ 기ਵਨ ਕੀ ਆ ਦੂਜੇ ਸਾਲ ਦਾ ਇੰਟਰਸਟ 480 ਰੁਪਏ ਆ ਤਾਂ ਬੱਚੇ ਦੂਜੇ ਸਾਲ ਦਾ ਇੰਟਰਸਟ ਰੇਸ਼ੀਓ ਦੇ ਵਿੱਚ ਕਿੰਨਾ ਆ ਰੇਸ਼ੀਓਜ਼ ਆ ਗਈਆਂ ਰੇਸ਼ੀਓ ਚ ਦੂਜੇ ਸਾਲ ਦਾ ਇੰਟਰਸਟ ਕਿੰਨਾ 7 ਤੇ 1 8 ਤਾਂ 8 ਯੂਨਿਟ ਦੀ ਵੈਲਿਊ 480 ਆ ਤਾਂ ਇਹਦਾ ਮਤਲਬ 1 ਯੂਨਿਟ ਦੀ ਵੈਲਿਊ 60 ਰੁਪਏ ਆ ਇਹਦਾ ਮਤਲਬ ਇੱਕ ਯੂਨਿਟ ਦੀ ਵੈਲਿਊ 60 ਰੁਪਏ ਆ ਗਈ ਫਾਈਂਡ ਕੀ ਕਰਨਾ 1.5 ਸਾਲ ਦਾ ਇੰਟਰਸਟ ਬੱਚੇ 1.5 ਸਾਲ ਦਾ ਇੰਟਰਸਟ ਕਿਵੇਂ ਕੱਢਦੇ ਆ ਪਹਿਲੇ ਸਾਲ ਦਾ ਇੰਟਰਸਟ ਪੂਰਾ ਦੂਜੇ ਸਾਲ ਦਾ ਅੱਧਾ ਕਰ ਦੋ ਤਾਂ ਪਹਿਲੇ ਸਾਲ ਦਾ ਪੂਰਾ 70 ਰੁਪਏ ਦੂਜੇ ਸਾਲ ਦਾ ਜਿਹੜਾ 8 ਰੁਪਏ ਆ ਗਿਆ ਉਹਨੂੰ ਅੱਧ ਕਰ ਦੋ 4 ਰੁਪਏ ਤਾਂ ਬੱਚੇ 7 ਤੇ 4 11 ਯੂਨਿਟ ਦੀ ਵੈਲਿਊ ਫਾਈਂਡ ਕਰਨੀ ਆ ਜੋ ਕਿ 1.5 ਸਾਲ ਦਾ ਇੰਟਰਸਟ ਹੋਊਗਾ ਜੇ ਇੱਕ ਯੂਨਿਟ 60 ਰੁਪਏ ਤਾਂ 11 ਯੂਨਿਟ 11 60 ਆਨਸਰ will be 660 ਤੁਹਾਡਾ ਫਰਸਟ ਆਪਸ਼ਨ ਅਨਸਰ ਆ ਜਾਊਗਾ ਬੱਚੇ ਕਲੀਅਰ ਐ ਸਾਰਿਆਂ ਨੂੰ ਆਪਾਂ ਇੰਟਰਸਟ ਕਿਵੇਂ ਕੈਲਕੂਲੇਟ ਕਰਦੇ ਆ 14 2/7% ਦੀ ਫ੍ਰੈਕਸ਼ਨ ਕੀ ਹੁੰਦੀ ਆ ਏ ਏ ਤੇ ਬੀ ਕੀ ਸੀਗਾ ਆਪਾਂ 7 7 ਤੇ 1 ਕਿਉਂ ਮੰਨਿਆ 8 ਦੀ ਵੈਲਿਊ ਐ ਤਾਂ ਆਪਾਂ 11 ਹੀ ਕਿਉਂ ਕੱਢਿਆ ਡੇਢ ਸਾਲ ਦਾ ਇੰਟਰਸਟ 11 ਕਿਵੇਂ ਬਣਿਆ ਆਹ ਤਿੰਨ ਚਾਰ ਚੀਜ਼ਾਂ ਨੇ ਇਸ ਕੁਐਸਚਨ 'ਚ ਦੇਖਣ ਵਾਲੀਆਂ ਹੋਰ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਅੱਗੇ ਆਜੋ ਬੱਚੇ ਅਗਲਾ ਕੁਐਸਚਨ ਆ ਸਮ ਆਫ ਰੁਪਿਸ 2500 ਪ੍ਰਿੰਸੀਪਲ ਦਿੱਤਾ ਹੋਇਆ 2500 ਰੁਪਏ ਵਾਸ ਬੋਰਡ ਫॉर 3 ਇਅਰਸ ਵਟ ਵਿਲ ਬੀ ਦਾ ਕੰਪਾਊਂਡ ਇੰਟਰਸਟ ਇਫ ਦਾ ਰੇਟ ਆਫ ਇੰਟਰਸਟ ਫॉर ਫਸਟ ਇਅਰ ਇਜ਼ 4% ਸੈਕਿੰਡ ਈਅਰ ਦੇ ਲਈ ਇੰਟਰਸਟ 5% ਤੇ ਤੀਜੇ ਸਾਲ ਦੇ ਲਈ ਇੰਟਰਸਟ 6% ਹੈ ਤਾਂ ਕੰਪਾਊਂਡ ਇੰਟਰਸਟ ਦੱਸੋ ਕੀ ਬਣੂਗਾ ਬੱਚੇ ਕੰਪਾਊਂਡ ਇੰਟਰਸਟ ਦੇ ਮਾਮਲੇ 'ਚ ਇੰਨੀ ਕੁ ਗੱਲ ਸਾਰਿਆਂ ਨੂੰ ਕਲੀਅਰ ਹੈ ਕਿ ਇੰਟਰਸਟ ਹੈ ਜਿਹੜਾ ਪ੍ਰੈਜ਼ੈਂਟ ਵੈਲਿਊ ਦੇ ਉੱਤੇ ਲੱਗਦਾ ਹੈ ਪ੍ਰੈਜ਼ੈਂਟ ਯਾਨੀ ਕਿ ਅਮਾਉਂਟ ਜਾਂ ਤਾਂ ਤੁਸੀਂ ਅਮਾਉਂਟ ਦੇ ਉੱਤੇ ਇੰਟਰਸਟ ਲਾਈ ਜਾਓ ਜਾਂ ਫਿਰ ਪ੍ਰਿੰਸੀਪਲ ਦੇ ਉੱਤੇ ਇੰਟਰਸਟ ਲਾਓ ਜਿਵੇਂ ਸਿੰਪਲ ਚਲਾਉਂਦੇ ਆ ਨਾਲ ਇੰਟਰਸਟ ਦੇ ਉੱਤੇ ਇੰਟਰਸਟ ਲਈ ਜਾਓ ਦੋਨਾਂ ਚ ਕੁਝ ਵੀ ਕਰ ਸਕਦੇ ਹੋ ਜੋ ਸੌਖਾ ਲੱਗਦਾ ਦੋਨਾਂ ਚੋਂ ਤਾਂ ਕੁਝ ਕਰ ਸਕਦੇ ਆ ਤੀਜੀ ਚੀਜ਼ਾਂ ਵੀ ਚੌਥੀ ਚੀਜ਼ਾਂ ਪੰਜਵੀਂ ਚ ਜਬ ਬਹੁਤ ਕੁਝ ਹੋ ਜਾਂਦਾ ਹੁੰਦਾ ਕੰਪਾਊਂਡ ਇੰਟਰਸਟ ਕੱਢਣ ਦੇ ਲਈ ਇੱਥੇ ਦੇਖੋ ਪ੍ਰਿੰਸੀਪਲ ਕਹਿੰਦੇ 2500 ਰੁਪਏ ਆ 2500 ਰੁਪਏ ਦੇ ਉੱਤੇ ਪਹਿਲੇ ਸਾਲ 4% ਇੰਟਰਸਟ ਲੱਗਿਆ ਦੂਜੇ ਸਾਲ 5% ਲੱਗੂਗਾ ਤੀਜੇ ਸਾਲ 6% ਲੱਗੂਗਾ ਤਾਂ ਆਪਾਂ ਅਮਾਊਂਟ ਨਹੀਂ ਦੱਸਾ ਆ ਦੱਸਣਾ ਆਪਾਂ ਦੱਸਣਾ ਇੰਟਰਸਟ ਕਿੰਨਾ ਬਣ ਗਿਆ ਤਾਂ ਬੱਚੇ ਇੰਟਰਸਟ ਦੇਖੋ ਜੀ ਕਿੰਨਾ ਬਣ ਜੂਗਾ ਧਿਆਨ ਨਾਲ ਪਹਿਲੇ ਸਾਲ ਕਿੰਨਾ ਇੰਟਰਸਟ ਬੱਚੇ 4% 4% ਦੀ ਫ੍ਰੈਕਸ਼ਨ ਸਾਰਿਆਂ ਨੂੰ ਪਤਾ 1/25 ਤਾਂ 2500 ਦਾ 4% ਕਿੰਨਾ ਹੋ ਗਿਆ 4% ਹੁੰਦਾ 1/25 ਤਾਂ ₹100 ਤਾਂ ਬੱਚੇ ₹100 ਦਾ ਇੰਟਰਸਟ ਲੱਗਿਆ ਤਾਂ ₹2500 ਦੇ ਵਿੱਚ ₹100 ਜੋੜ ਕੇ ਅਮਾਊਂਟ ਕਿੰਨਾ ਬਣ ਗਿਆ ਤੁਹਾਡਾ ₹2600 ਇਸ ਤੋਂ ਬਾਅਦ ਅਗਲੇ ਸਾਲ ਇੰਟਰਸਟ ਕਿੰਨਾ ਲੱਗਣਾ 5% 5% ਕਾਹਦੇ ਤੇ ਲੱਗਣਾ ਜਿਵੇਂ ਵੀ ਤੁਸੀਂ ਪੜਿਆ ਚਾਹੇ ਤਾਂ 2500 ਦੇ ਉੱਤੇ ਲਾ ਕੇ 100 ਦੇ ਉੱਤੇ ਨਾਲ ਲਾ ਦਿਓ ਨਹੀਂ ਤਾਂ ਇਕੱਠਾ 2600 ਦੇ ਉੱਤੇ ਲਾ ਦਿਓ ਜਿਵੇਂ ਸੌਖਾ ਲੱਗਦਾ ਤਾਂ 2600 ਦਾ 5% ਬੱਚੇ 5% ਹੁੰਦਾ 1/20 ਤਾਂ 2600 ਦਾ 1/20 ਹੋ ਗਿਆ 130 ਰੁਪਏ ਤਾਂ 130 ਰੁਪਏ ਦਾ ਇੰਟਰਸਟ ਆ ਗਿਆ ਦੂਜੇ ਸਾਲ ਦੇ ਵਿੱਚ ਤੇ ਅਮਾਉਂਟ ਤੁਹਾਡਾ ਕੀ ਬਣ ਗਿਆ 2600 ਦੇ ਵਿੱਚ ਜੋੜੋ 2730 ਰੁਪਏ ਤੀਜੇ ਸਾਲ ਕਿੰਨਾ ਇੰਟਰਸਟ ਲੱਗੂਗਾ 6% ਤਾਂ 2700 ਦਾ 6% ਕਿੰਨਾ ਬਣ ਗਿਆ ਬੱਚੇ 2700 ਦਾ 6% ਬਣ ਗਿਆ 163 ਰੁਪਏ 80 ਪੈਸੇ 6% ਹੁੰਦਾ 6/100 2730 ਦਾ 6% ਕਰਤਾ 163 ਰੁਪਏ 80 ਪੈਸੇ ਆਪਾਂ ਨੂੰ अमाउंट ਨਹੀਂ ਚਾਹੀਦਾ ਕਿ 2730 ਚ 163 ਰੁਪਏ 80 ਪੈਸੇ ਜੋੜ ਕੇ ਕੀ ਬਣਿਆ ਸਾਨੂੰ ਚਾਹੀਦਾ 3 ਸਾਲ ਦਾ ਇੰਟਰਸਟ ਤਾਂ ਬੱਚੇ 3 ਸਾਲ ਦਾ ਇੰਟਰਸਟ ਕਿੰਨਾ ਬਣ ਗਿਆ ਆ ਤਿੰਨਾ ਵੈਲਿਊਜ਼ ਨੂੰ ਜੋੜ ਦੋ ਤੁਹਾਡਾ 3 ਸਾਲ ਦਾ ਇੰਟਰਸਟ ਆ ਗਿਆ 100 200 390 393.8 ਤਾਂ 393. 80 ਇਹ ਤੁਹਾਡਾ 3 ਸਾਲ ਦਾ ਸੈਕਿੰਡ ਆਪਸ਼ਨ ਦੇਖੋ 3 ਸਾਲ ਦਾ ਇੰਟਰਸਟ ਆ ਗਿਆ ਜਦੋਂ ਪਹਿਲੇ ਸਾਲ 4% ਦੂਜੇ ਸਾਲ 5% ਤੀਜੇ ਸਾਲ 6% ਲੱਗਿਆ ਸੀ ਅਸੀਂ ਇਕੱਲਾ ਇੰਟਰਸਟ ਕੱਢਣਾ ਸੀ ਅਮਾਉਂਟ ਨਹੀਂ ਸੀ ਕੱਢਣਾ ਤਾਂ ਤਿੰਨਾਂ ਸਾਲਾਂ ਦਾ ਇੰਟਰਸਟ ਨੂੰ ਜੋੜ ਲਿਆ ਇਹ ਕੁਐਸਚਨ ਇਹਦੇ ਨਾਲ ਦੇ ਮੈਂ ਦੋ ਕੁਐਸਚਨ ਹੋਰ ਲੈ ਕੇ ਆਇਆ ਜਿੱਥੇ ਮੈਂ ਹੁਣੇ ਗੱਲ ਕਹੀ ਸੀ ਨਾ ਕਿ ਬੱਚੇ ਆ ਦੋ ਤਰੀਕੇ ਤਾਂ ਤੁਹਾਡੇ ਕੋਲ ਹੈਗੇ ਹੀ ਨੇ ਕਿ ਤੁਸੀਂ ਇੰਟਰਸਟ ਕੱਢ ਸਕਦੇ ਹੋ ਇਸ ਤੋਂ ਬਿਨਾਂ ਵੀ ਕੁਝ ਤਰੀਕੇ ਨੇ ਤਾਂ ਕਿਹੜੇ ਕੁਐਸਚਨਸ ਨੇ ਜਿੱਥੇ ਇਸ ਤੋਂ ਬਿਨਾਂ ਵੀ ਕੁਝ ਤਰੀਕੇ ਲੱਗ ਜਾਂਦੇ ਹੋਰ ਸੌਖੇ ਹੋ ਜਾਂਦੇ ਆ ਕੁਐਸਚਨਸ ਉਹ ਦੇਖੋ ਬੱਚੇ ਅਗਲਾ ਕੁਐਸਚਨ ਕਵੈਸਚਨ ਕੀ ਹੈ ऑन अ सम ऑफ ₹9030 ਪ੍ਰਿੰਸੀਪਲ ਦਿੱਤਾ ਹੈ ਜਿਵੇਂ ਪਿਛਲੇ ਕਵੈਸਚਨ ਚ ₹2500 ਪ੍ਰਿੰਸੀਪਲ ਦਿੱਤਾ ਸੀ ਇੱਥੇ 9030 ਦਿੱਤਾ ਹੈ ਉਹ ਕਹਿੰਦੇ ਦਾ ਰੇਟ ਆਫ ਇੰਟਰਸਟ ਫੋਰ ਦਾ ਫਰਸਟ ইয়ার ਇਜ਼ 12.5% ਫੋਰ ਦਾ ਸੈਕੰਡ ইয়ার ਇਜ਼ 14 2/7% ਤੇ ਤੀਜੇ ਸਾਲ ਲਈ 10% ਹੈ ਦੈਨ ਫਾਈਂਡ ਦਾ ਕੰਪਾਊਂਡ ਇੰਟਰਸਟ ਅਰਨਡ ਇਨ 3 ਇਅਰਸ ਬਿਲਕੁਲ ਸੇਮ ਕਵੈਸਚਨ ਹੈ ਐਗਜ਼ਾਮੀਨਰ ਕਹਿੰਦਾ 9030 ਰੁਪਏ ਦੇ ਉੱਤੇ ਅਸੀਂ ਕੰਪਾਊਂਡ ਇੰਟਰਸਟ ਲਾਉਣਾ ਹੈ ਪਹਿਲੇ ਸਾਲ 12.5% ਦੂਜੇ ਸਾਲ 14 2/7% ਤੀਜੇ ਸਾਲ 10% ਤਾਂ ਤਿੰਨ ਸਾਲਾਂ ਦਾ ਕੰਪਾਊਂਡ ਇੰਟਰਸਟ ਦੱਸੋ ਇੱਕ ਤਰੀਕਾ ਤਾਂ ਉਹੀ ਜਿਹੜਾ ਪਿਛਲੇ ਕੁਐਸਚਨ ਚ ਕੀਤਾ ਪਰ ਉਸ ਤੋਂ ਵੀ ਸੌਖਾ ਤਰੀਕਾ ਕੀ ਹੈ ਬੱਚੇ 12.5% ਕੀ ਹੁੰਦਾ 1/8 ਇੰਟਰਸਟ ਲੱਗਣਾ 14 2/7% ਕੀ ਹੁੰਦਾ 1/7 ਦਾ ਇੰਟਰਸਟ ਲੱਗਣਾ 10% ਕੀ ਹੁੰਦਾ 1/10 ਦਾ ਇੰਟਰਸਟ ਲੱਗਣਾ ਤਾਂ ਬੱਚੇ ਪ੍ਰਿੰਸੀਪਲ ਤੋਂ ਤਿੰਨੇ ਇੰਟਰਸਟ ਲਾ ਕੇ ਅਮਾਉਂਟ ਕੀ ਬਣ ਜੂਗਾ ਆਪਾਂ ਚੈੱਕ ਕਰੀਏ ਫੇਰ ਪ੍ਰਿੰਸੀਪਲ ਤੋਂ ਅਮਾਉਂਟ ਕੀ ਬਣ ਗਿਆ ਜਿੰਨਾ ਵੱਧ ਗਿਆ ਉਹ ਸਾਰਾ ਇੰਟਰਸਟ ਐ ਸੀ ਉਹ ਕੈਲਕੂਲੇਟ ਕਰ ਲਾਂਗੇ ਕਿਉਂਕਿ ਪ੍ਰਿੰਸੀਪਲ 기ਵਨ ਐ ਤਾਂ ਪ੍ਰਿੰਸੀਪਲ ਤੋਂ ਅਮਾਉਂਟ ਪਹਿਲਾਂ ਦੇਖੋ ਪਹਿਲਾਂ ਲੱਗ ਰਿਹਾ 1/8 ਦਾ ਇੰਟਰਸਟ 1/8 ਦਾ ਇੰਟਰਸਟ ਮਤਲਬ 8 ਰੁਪਏ ਦੇ ਉੱਤੇ 1 ਰੁਪਏ ਦਾ ਇੰਟਰਸਟ 8 ਰੁਪਏ ਪ੍ਰਿੰਸੀਪਲ ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗ ਗਿਆ ਤਾਂ ਅਮਾਉਂਟ ਕਿੰਨਾ ਬਣ ਗਿਆ ਬੱਚੇ 9 ਰੁਪਏ ਦੂਜਾ ਲੱਗਿਆ 7 ਰੁਪਏ ਦੇ ਉੱਤੇ 1 ਰੁਪਏ ਦਾ ਇੰਟਰਸਟ ਪ੍ਰਿੰਸੀਪਲ 7 ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗ ਗਿਆ ਅਮਾਉਂਟ ਬਣ ਗਿਆ 8 ਰੁਪਏ ਤੀਜਾ 10 ਰੁਪਏ ਦੇ ਉੱਤੇ 1 ਰੁਪਏ ਦਾ ਇੰਟਰਸਟ ਪ੍ਰਿੰਸੀਪਲ 10 ਤੋਂ ਅਮਾਉਂਟ 11 ਬਣ ਗਿਆ ਤਾਂ ਬੱਚੇ ਆ ਸਾਡਾ ਪ੍ਰਿੰਸੀਪਲ ਤੋਂ ਅਮਾਉਂਟ ਬਣ ਗਿਆ ਤਿੰਨੇ ਇੰਟਰਸਟ ਲਾ ਕੇ ਤਾਂ ਇਹਦੇ ਵਿੱਚ ਦੇਖੋ 8 ਦੋਨੇ ਪਾਸੇ ਕਾਮਨ ਹੈ 8 ਕੱਟੋ ਜੀ ਹੋਰ ਕੁਝ ਕਾਮਨ ਹੈਗਾ 7 ਤੇ 10 ਉਧਰ 9 ਤੇ 11 ਹੋਰ ਕੁਝ ਨਹੀਂ ਕਾਮਨ ਤਾਂ ਤੁਹਾਡਾ ਓਵਰঅল ਪ੍ਰਿੰਸੀਪਲ ਬਣ ਗਿਆ 7 10 70 ਤੇ ਅਮਾਉਂਟ ਬਣ ਗਿਆ 99 ਤਾਂ ਬੱਚੇ ਤੁਹਾਡਾ ਪ੍ਰਿੰਸੀਪਲ 70 ਤੋਂ ਮਾਉਂਟ 99 ਬਣ ਗਿਆ ਜਿੰਨਾ ਜੁੜਿਆ ਉਹ ਤੁਹਾਡਾ 29 ਰੁਪਏ ਦਾ ਇੰਟਰਸਟ ਹੈ ਤਾਂ ਤੁਹਾਡਾ ਇੰਟਰਸਟ ਕੀ ਹੈ 29 ਰੁਪਏ ਤੁਸੀਂ 29 ਦੀ ਵੈਲਿਊ ਕੱਢਣੀ ਹੈ ਜਦੋਂ ਪ੍ਰਿੰਸੀਪਲ 70 ਹੈ ਤਾਂ ਸਾਨੂੰ ਪ੍ਰਿੰਸੀਪਲ ਦਿੱਤਾ ਹੋਇਆ ਹੈ ਰੇਸ਼ੀਓ ਦੇ ਵਿੱਚ ਸਾਨੂੰ 70 ਯੂਨਿਟ ਦੀ ਵੈਲਿਊ ਅਸਲ 'ਚ 9030 ਦਿੱਤੀ ਹੋਈ ਆ ਅਸੀਂ 29 ਯੂਨਿਟ ਕੱਢਣਾ ਤਾਂ 1 ਯੂਨਿਟ ਕਿੰਨਾ ਆ ਗਿਆ ਡਿਵਾਈਡ ਬਾਈ 70 ਕਰਕੇ ਇਹ ਕਿੰਨਾ ਆ ਗਿਆ ਮੇਰੇ ਖਿਆਲ 'ਚ 129 ਤੇ ਅਸੀਂ 29 ਯੂਨਿਟ ਕੱਢਣਾ 29 ਯੂਨਿਟ ਕਿੰਨਾ ਹੋਜੂ 29 ਗੁਣਾ 129 129 ਨੂੰ 100 ਤੇ 29 ਚ ਜੋੜੋ 29 ਗੁਣਾ 29 ਹੁੰਦਾ ਸਕੁਅਰ ਉਹਦਾ 841 29 ਗੁਣਾ 100 ਹੁੰਦਾ 2900 ਤਾਂ 2900 ਤੇ 841 ਹੋ ਗਿਆ ਬੱਚੇ 3741 ਤਾਂ ਬੱਚੇ ਤੁਹਾਡਾ ਆਨਸਰ ਕੀ ਆ ਗਿਆ ਇਸ ਕੁਐਸਚਨ ਦਾ 3741 ਸੀ ਆਪਸ਼ਨ 3741 ਤਾਂ ਇਹ ਜਿਹੜੇ ਕੁਐਸਚਨਸ ਨੇ ਬੱਚੇ ਮਿੰਟੋ ਮਿੰਟੀ ਛਾੜਦੇ ਜਾਵਾਂਗੇ ਬਸ ਧਿਆਨ ਨਾਲ ਬੈਠੇ ਦੇਖਦੇ ਜਾਓ ਅਗਲੇ ਕੁਐਸਚਨ ਤੇ ਆਜੋ ਬੱਚੇ a sum of money becomes becomes ਦਾ ਮਤਲਬ ਸਾਨੂੰ ਅਮਾਉਂਟ ਦਿੱਤਾ ਹੋਇਆ ਬੱਚੇ ਬਿਲਕੁਲ ਸੇਮ ਕੁਐਸਚਨ ਹੈ ਬਸ ਇਹ ਚ ਅਮਾਉਂਟ ਗਿਵਨ ਹੈ 64 64800 ਰੁਪਏ ਬਣ ਗਿਆ ਐਟ ਸੀਆਈ ਇਫ ਦਾ ਰੇਟ ਆਫ ਇੰਟਰਸਟ ਇਨ 3 ਸਕਸੈਸਿਵ ਇਅਰਸ ਇਜ਼ 12.5% 6.66% 9.0909% 5.0 ਫਾਈਂਡ ਦਾ ਕੰਪਾਉਂਡ ਇੰਟਰਸਟ ਆ ਬੱਚੇ ਇਹਦੇ ਵਿੱਚ ਵੀ ਆਪਾਂ ਕੰਪਾਉਂਡ ਇੰਟਰਸਟ ਫਾਈਂਡ ਕਰਨਾ ਐਤ ਕੀ ਅਮਾਉਂਟ ਗਿਵਨ ਹੈ ਪਿਛਲੇ ਚ ਪ੍ਰਿੰਸੀਪਲ ਗਿਵਨ ਸੀ 3 ਸਾਲ ਅਲੱਗ-ਅਲੱਗ ਇੰਟਰਸਟ ਲੱਗਿਆ ਸੌਰੀ 3 ਸਾਲ ਅਲੱਗ-ਅਲੱਗ ਇੰਟਰਸਟ ਲੱਗਿਆ ਤੇ सीआई पूछे ਸੀ ਐਤ ਕੀ ਪ੍ਰਿੰਸੀਪਲ ਦੀ ਜਗ੍ਹਾ ਅਮਾਉਂਟ 기ਵਨ ਹੈ ਸੀਆਈ ਪੁੱਛੇ ਬੱਚੇ 12.5% ਕੀ ਹੁੰਦੇ 1/8 6.66% ਬੇਸਿਕਲੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਇਹ ਬਣ ਗਿਆ 6 2/3% 6 2/3% ਕੀ ਹੋ ਗਿਆ 20/3% ਤਾਂ ਪਰਸੈਂਟੇਜ ਨੂੰ ਫ੍ਰੈਕਸ਼ਨ ਚ ਕਨਵਰਟ ਕਰਨ ਲਈ बटे 100 ਲਾਵਾਂਗੇ ਪਰਸੈਂਟੇਜ ਦਾ ਸਾਈਨ ਹਟਾ ਕੇ ਥੱਲੇ 100 ਲਾ ਦਾਂਗੇ 20/300 1/15 ਤਾਂ ਇਹ ਬਣ ਗਿਆ ਬੱਚੇ 1/15 9.09% ਸਭ ਨੂੰ ਪਤਾ 1/11 ਤਾਂ ਪ੍ਰਿੰਸੀਪਲ ਤੋਂ ਅਮਾਉਂਟ ਕੀ ਬਣ ਰਿਹਾ ਹੈਗਾ ਧਿਆਨ ਨਾਲ ਦੇਖੋ ਬੱਚੇ ਪਹਿਲੇ ਚ 8 ਰੁਪਏ ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗ ਗਿਆ ਤਾਂ ਪ੍ਰਿੰਸੀਪਲ 8 ਤੋਂ ਅਮਾਉਂਟ 9 ਫਿਰ 15 ਦੇ ਉੱਤੇ 1 ਇੰਟਰਸਟ ਲੱਗ ਗਿਆ ਤਾਂ ਪ੍ਰਿੰਸੀਪਲ 15 ਤੋਂ ਅਮਾਉਂਟ 16 ਫਿਰ 11 ਦੇ ਉੱਤੇ 1 ਇੰਟਰਸਟ ਲੱਗ ਗਿਆ ਤਾਂ ਪ੍ਰਿੰਸੀਪਲ 11 ਤੋਂ ਅਮਾਉਂਟ 12 ਤਾਂ ਓਵਰਆਲ ਕੀ ਬਣ ਗਿਆ ਬੱਚੇ ਕੈਲਕੂਲੇਸ਼ਨ ਦੇਖੋ 8 ਤੋਂ 16 1 ਤੋਂ 2 ਹੋ ਗਿਆ 15 ਤੇ 12 ਇਧਰ 5 ਹੋ ਗਿਆ ਇਧਰ 4 ਹੋ ਗਿਆ ਹੋਰ ਕੁਝ ਕੱਟਿਆ ਜਾਂਦਾ ਹੋਰ ਕੁਝ ਨਹੀਂ ਕੱਟਿਆ ਜਾਂਦਾ ਤਾਂ ਪ੍ਰਿੰਸੀਪਲ ਬਣ ਗਿਆ ਤੁਹਾਡਾ 11 5 55 ਅਮਾਉਂਟ ਬਣ ਗਿਆ ਤੁਹਾਡਾ 9 2 18 4 72 ਤਾਂ ਬੱਚੇ ਪ੍ਰਿੰਸੀਪਲ 55 ਤੋਂ ਅਮਾਉਂਟ 72 ਤੁਸੀਂ ਕੀ ਕੱਢਣਾ ਇੰਟਰਸਟ ਕੱਢਣਾ ਤਾਂ ਇੰਟਰਸਟ ਆ ਗਿਆ 17 ਰੁਪਏ ਤਾਂ ਆਪਾਂ ਇੰਟਰਸਟ ਕੱਢਣਾ ਇੰਟਰਸਟ 17 ਰੁਪਏ ਜਿਹਦੇ ਵਿੱਚ ਸਾਨੂੰ ਅਮਾਉਂਟ 기ਵਨ ਹੈ ਯਾਨੀ ਕਿ 72 ਦੀ ਵੈਲਿਊ 기ਵਨ ਹੈ 72 ਦੀ ਵੈਲਿਊ ਉਹਦੇ ਬਰਾਬਰ ਰੱਖਾਂਗੇ 17 ਕੱਢਾਂਗੇ ਤਾਂ ਆਨਸਰ 17 ਦਾ ਮਲਟੀਪਲ ਆਨਸਰ 17 ਦਾ ਮਲਟੀਪਲ ਇੱਕੋ ਹੀ ਆਪਸ਼ਨ ਹੈ ਜੀ ਅਨਸਰ ਸਾਡਾ 17 ਦਾ ਮਲਟੀਪਲ ਆਊਗਾ ਇੱਕੋ ਹੀ ਆਪਸ਼ਨ ਹੈ ਨਹੀਂ ਤਾਂ ਦੇਖ ਲਓ ਕੈਲਕੂਲੇਟ ਕਰਕੇ 72 ਯੂਨਿਟ ਦੀ ਵੈਲਿਊ ਬੱਚੇ ਤੁਹਾਨੂੰ 64800 ਦਿੱਤੀ ਆ ਤਾਂ ਇੱਕ ਯੂਨਿਟ ਕਿੰਨਾ ਆ ਗਿਆ ਡਿਵਾਈਡ ਬਾਈ 72 ਡਿਵਾਈਡ ਬਾਈ 72 641068 18 9 ਦੇ ਟੇਬਲ ਚ ਆ ਗਿਆ ਬੱਚੇ 7200 8 ਦੇ ਟੇਬਲ ਚ ਆ ਗਿਆ 900 ਤਾਂ ਇੱਕ ਯੂਨਿਟ 900 ਦੇ ਬਰਾਬਰ ਤਾਂ 17 ਯੂਨਿਟ ਕੀ ਹੋ ਜਾਊਗਾ ਬੱਚੇ 17 900 15000 ਸੈਂਸੋ ਤਾਂ ਬੱਚੇ ਇਹ ਤੁਹਾਡਾ ਆਨਸਰ ਆ ਗਿਆ 15300 3rd ਆਪਸ਼ਨ ਤਾਂ ਇਹ ਇੱਕ ਕਿਸਮ ਦੇ ਆਪਣੇ ਕੁਐਸਚਨ ਸੀਗੇ ਬੱਚੇ ਕੰਪਾਊਂਡ ਇੰਟਰਸਟ ਦੇ ਜਿੱਥੇ ਆਪਾਂ 3 ਸਾਲਾਂ ਦੇ ਵਿੱਚ ਅਲੱਗ-ਅਲੱਗ ਇੰਟਰਸਟ ਲਉਣਾ ਹੈ ਕਦੇ ਪ੍ਰਿੰਸੀਪਲ 기ਵਨ ਇੰਟਰਸਟ ਪੁੱਛਿਆ ਕਦੇ ਅਮਾਉਂਟ 기ਵਨ ਇੰਟਰਸਟ ਪੁੱਛਿਆ ਕੁਝ ਵੀ 기ਵਨ ਹੋਵੇ ਕੁਝ ਵੀ ਪੁੱਛਿਆ ਹੋਵੇ ਰੇਸ਼ੀਓ ਦੇ ਵਿੱਚ ਕੱਢਣਾ ਸਿੱਖ ਲਓ ਆਹ ਜਿਹੜੀ ਚੀਜ਼ ਮੈਂ ਸਮਝਾਈ ਹੈ ਅੱਗੇ ਆ ਜੋ ਬੱਚੇ ਅਗਲਾ ਕੁਐਸਚਨ ਦ ਰੇਸ਼ੀਓ ਆਫ ਟੂ ਸਮਸ ਇਜ਼ 25:36 ਸਮ ਮਤਲਬ ਪ੍ਰਿੰਸੀਪਲ ਐਗਜ਼ਾਮੀਨਰ ਕਹਿੰਦਾ ਦੋ ਅਲੱਗ-ਅਲੱਗ ਪ੍ਰਿੰਸੀਪਲ ਨੇ ਉਹਨਾਂ ਦੀ ਰੇਸ਼ਿਓ 25 ਰੇਸ਼ਿਓ 36 ਆ ਉਹ ਕਹਿੰਦੇ ਇਫ ਦੇ ਆਰ ਲੈਂਟ ਆਊਟ 앳 ਸੀ ਆਈ ਫਾਰ 7 ইয়ারਸ ਐਂਡ 5 ইয়ারਸ ਰਿਸਪੈਕਟਿਵਲੀ ਦੈਨ ਦਾ ਇਕੁਅਲ ਅਮਾਉਂਟ ਇਜ਼ ਰੀਸੀਵਡ ਐਗਜ਼ਾਮੀਨਰ ਕਹਿੰਦਾ ਦੋ ਪ੍ਰਿੰਸੀਪਲ ਨੇ 25 ਰੇਸ਼ਿਓ 36 ਦੇ ਵਿੱਚ ਯਾਨੀ ਕਿ ਪਹਿਲਾ 25 ਹੈ ਦੂਜਾ 36 ਆ ਕਹਿੰਦਾ ਦੋਨਾਂ ਨੂੰ ਸੇਮ ਰੇਟ ਦੇ ਉੱਤੇ ਰੱਖਿਆ ਕੰਪਾਊਂਡ ਇੰਟਰਸਟ ਦੇ ਉੱਤੇ ਪਹਿਲੇ ਨੂੰ 7 ਸਾਲ ਲਈ ਦੂਜੇ ਨੂੰ 5 ਸਾਲ ਲਈ ਤਾਂ ਸੇਮ ਅਮਾਉਂਟ ਮਿਲਿਆ ਉਹ ਕਹਿੰਦਾ ਰੇਟ ਆਫ ਇੰਟਰਸਟ ਦੱਸੋ ਜਿੱਦੇ ਤੇ ਰੱਖਿਆ ਤਾਂ ਬੱਚੇ ਧਿਆਨ ਨਾਲ ਦੇਖੋ ਪਹਿਲਾ ਪ੍ਰਿੰਸੀਪਲ ਕੀ ਹੈ 25 ਰੁਪਏ ਦੂਜਾ ਪ੍ਰਿੰਸੀਪਲ ਕੀ ਹੈ 36 ਰੁਪਏ ਇਹਨੂੰ 7 ਸਾਲ ਬਾਅਦ ਤੇ ਇਹਨੂੰ 5 ਸਾਲ ਬਾਅਦ ਕਹਿੰਦੇ ਸੇਮ ਅਮਾਉਂਟ ਆ ਗਿਆ ਐਗਜ਼ਾਮੀਨਰ ਕਹਿੰਦਾ ਇੱਕ 25 ਰੁਪਏ ਪ੍ਰਿੰਸੀਪਲ ਇੱਕ 36 ਰੁਪਏ ਪ੍ਰਿੰਸੀਪਲ ਹੈਂਡਰਾਈਟਿੰਗ ਥੋੜੀ ਜਿਹੀ ਸਾਫ਼ ਕਰਕੇ ਲਿਖ ਦਿਨਾ ਬੱਚੇ ਮੈਂ 25 ਰੁਪਏ ਤੇ 36 ਰੁਪਏ ਪ੍ਰਿੰਸੀਪਲ ਨੂੰ ਅਸੀਂ ਇੰਟਰਸਟ ਤੇ ਰੱਖਿਆ ਪਹਿਲੇ ਨੂੰ 7 ਸਾਲ ਲਈ ਦੂਜੇ ਨੂੰ 5 ਸਾਲ ਲਈ ਅਮਾਉਂਟ ਸੇਮ ਆ ਗਿਆ ਤਾਂ ਬੱਚੇ ਦੇਖੋ ਅਮਾਉਂਟ ਜਿਹੜਾ ਸੇਮ ਆ ਇਹ ਆ ਗਿਆ 7 ਸਾਲਾਂ ਚ ਇਹ ਆ ਗਿਆ 5 ਸਾਲਾਂ ਚ ਸੇਮ ਅਮਾਉਂਟ ਤੇ ਤਾਂ ਤੁਸੀਂ 25 ਵਾਲੇ ਨੂੰ ਦੇਖੋ ਜਿਹਦਾ ਸਮਾਂ ਜ਼ਿਆਦਾ ਹੈ ਉਹਨੇ 7 ਸਾਲਾਂ ਚ ਸੇਮ ਅਮਾਉਂਟ ਬੰਨਣਾ ਇਹਨੇ 5 ਸਾਲਾਂ ਚ ਸੇਮ ਅਮਾਉਂਟ ਬੰਨਣਾ ਕੰਪਾਊਂਡ ਦੇ ਕੇਸ ਚ ਕੀ ਹੁੰਦਾ 1 ਸਾਲ ਚ ਸੇਮ ਰੇਸ਼ਿਓ ਹਰ ਅਗਲੇ ਸਾਲ ਹਰ ਅਗਲੇ ਸਾਲ ਉਹੀ ਰੇਸ਼ਿਓ ਚੱਲਦੀ ਰਹਿੰਦੀ ਹੈ ਤਾਂ ਬੱਚਿਆ ਜਿਹੜਾ 7 ਸਾਲਾਂ ਚ ਉੱਥੇ ਪਹੁੰਚੂਗਾ ਆਪਾਂ ਇਹ ਕਹਿ ਸਕਦੇ ਵੀ 2 ਸਾਲਾਂ ਚ ਇਹ ਇੱਥੇ ਪਹੁੰਚੂਗਾ ਮੈਂ ਮਾਰਕਰ ਦਾ ਕਲਰ ਚੇਂਜ ਕਰਕੇ ਦੱਸਦਾ ਵੀ ਇਹ 2 ਸਾਲਾਂ ਚ ਇੱਥੇ ਪਹੁੰਚੂਗਾ ਫਿਰ 5 ਸਾਲਾਂ ਚ ਤਾਂ ਇਹਦੇ ਬਰਾਬਰ ਹੀ ਚੱਲ ਜੂਗਾ ਤਾਂ ਬੱਚੇ ਆ ਬੇਸਿਕਲੀ 2 ਸਾਲ ਦਾ ਕਲੀਅਰ ਹੋ ਗਿਆ ਕਿ ਪ੍ਰਿੰਸੀਪਲ ਕੁਸ਼ਾਹਜਾ ਹੋਊਗਾ ਇਧਰੋਂ 25 ਤੇ ਉਧਰੋਂ 36 ਜਿਹੜਾ 2 ਸਾਲਾਂ ਚ 25 ਤੋਂ 36 ਬਣੇ ਫਿਰ 5 ਸਾਲਾਂ ਚ ਉਹਦੇ ਨਾਲ ਨਾਲ ਅੱਗੇ ਚੱਲ ਜੇ ਸੇਮ ਅਮਾਊਂਟ ਤੇ ਕਿਉਂਕਿ ਕੰਪਾਊਂਡ ਇੰਟਰਸਟ ਦੇ ਕੇਸ ਚ ਤਾਂ ਹਰ ਇੱਕ ਸਾਲ ਚ ਉਹੀ ਰੇਸ਼ਿਓ ਲੱਗਦੀ ਜਾਣੀ ਹੈ ਨਾ ਤਾਂ ਜਿਹੜਾ ਪੈਸਾ ਇਨੀਸ਼ੀਅਲੀ 25 ਹੈ ਉਹਨੇ ਸੱਤਾ ਚਿੱਥੇ ਜਾਣਾ ਹੈ 36 ਰੁਪਏ ਨੇ ਪੰਜਾ ਚੌਥੇ ਜਾਣਾ ਹੈਗਾ ਤਾਂ ਇਹ ਬੇਸਿਕਲੀ 2 ਸਾਲ ਚ 36 ਤੇ ਪਹੁੰਚ ਜੇ ਫਿਰ ਇਕੱਠੇ 5 ਸਾਲ ਚ ਅੱਗੇ ਹੱਥ ਫੜ ਕੇ ਤੁਰ ਜਾਣਗੇ ਤਾਂ ਇੰਨੀ ਗੱਲ ਕਲੀਅਰ ਹੈ ਕਿ ਪੈਸਾ 2 ਸਾਲਾਂ ਚ 25 ਤੋਂ 36 ਬਣਿਆ ਜਿਹੜਾ ਪੈਸਾ 2 ਸਾਲਾਂ ਚ 25 ਤੋਂ 36 ਬਣਿਆ ਉਹ 1 ਸਾਲ ਚ ਕੀ ਬਣਿਆ ਹੋਊਗਾ ਪਾਵਰ 1/2 ਪਾਵਰ 1/2 ਤਾਂ ਬੱਚੇ ਪਾਵਰ 1/2 ਕੀ ਕਰਕੇ ਕੀ ਆ ਗਿਆ 5 ਰੇਸ਼ਿਓ 6 5 ਰੇਸ਼ਿਓ 6 ਦਾ ਮਤਲਬ 1 ਸਾਲ ਦੇ ਵਿੱਚ ਕੀ ਹੈ ਬੱਚੇ 2 ਸਾਲਾਂ ਦੇ ਵਿੱਚੋਂ 25 ਤੋਂ 36 ਬਣ ਰਿਹਾ ਤਾਂ 1 ਸਾਲ 'ਚ 5 ਤੋਂ 6 ਯਾਨੀ ਕਿ 1 ਰੁਪਏ ਦਾ ਇੰਟਰਸਟ ਲੱਗਿਆ 5 ਦੇ ਉੱਤੇ 1 ਰੁਪਏ ਦਾ ਇੰਟਰਸਟ 5 ਦੇ ਉੱਤੇ ਕਿੰਨਾ ਹੁੰਦਾ ਬੱਚੇ 20% ਤੁਹਾਡਾ ਆਨਸਰ ਆ ਗਿਆ ਤਾਂ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ ਇਸ ਕੁਐਸਚਨ ਨੂੰ ਦੇਖਣ ਦਾ ਤੇ ਜਿਹੜੇ ਬੱਚੇ ਨੂੰ ਆਹ ਕੁਐਸਚਨ ਸਮਝ ਆ ਗਿਆ ਇਸ ਤੋਂ ਅਗਲੇ ਦੋ ਕੁਐਸਚਨ ਇੰਨੇ ਕਿ ਇੰਟਰਸਟਿੰਗ ਨੇ ਕਿ ਆਪਾਂ ਸਿੰਪਲ ਇੰਟਰਸਟ 'ਚ ਇੱਕ ਟਾਈਪ ਪੜਿਆ ਸੀਗਾ ਕਿ ਇੱਕ ਫਾਦਰ ਆਪਣੇ ਦੋ ਬੇਟਿਆਂ ਦੇ ਨਾਮ ਇੰਨੇ ਪੈਸੇ ਵੰਡਦਾ ਹੈ ਵੱਡੇ ਦੀ ਉਮਰ ਇੰਨੀ ਆ ਛੋਟੇ ਦੀ ਉਮਰ ਇੰਨੀ ਆ ਬਿਲਕੁਲ ਸੇਮ ਕੁਐਸਚਨ ਕੰਪਾਊਂਡ 'ਚ ਕਰਾਂਗੇ ਤਾਂ ਉਹ ਬਿਲਕੁਲ ਏਸੇ ਕਨਸੈਪਟ ਤੇ ਚੱਲੂਗਾ ਉਹਦੇ ਵਿੱਚ ਮੈਂ ਇੱਕ ਚੀਜ਼ ਸਮਝਾਉਣ ਦੇ ਲਈ ਜ਼ੋਰ ਦੇਣਾ ਸੀਗਾ ਪਰ ਉਹਨੂੰ ਵੀ ਹੁਣ ਜ਼ੋਰ ਦੇਏ ਬਿਨਾ ਸਾਰ ਲਾਂਗੇ ਕਿਉਂਕਿ ਮੈਂ ਵੈਲਿਊ ਇਹੋ ਜਿਹੀ ਚੱਕ ਲਿਆ ਜਿੱਥੇ ਮੈਨੂੰ ਜ਼ੋਰ ਦੇਣਾ ਹੀ ਨਹੀਂ ਪੈਣਾ ਤਾਂ ਆ ਬੇਸਿਕਲੀ ਸਮਝ ਆ ਗਿਆ ਬੱਚੇ ਕੁਐਸਚਨ ਜਦੋਂ ਦੋ ਅਲੱਗ-ਅਲ ਕਦੇ ਜਾ ਕੇ ਸੇਮ ਅਮਾਉਂਟ ਬਣਦੇ ਨੇ ਤਾਂ ਉਹਨਾਂ 'ਚ ਜਿੰਨੇ ਸਾਲ ਦਾ ਡਿਫਰੈਂਸ ਹੈ ਨਾ ਤਾਂ ਇਹ ਮੰਨ ਲਓ ਵੀ ਉਹ 19 ਸਾਲਾਂ 'ਚ 2 ਸਾਲਾਂ 'ਚ 25 ਤੋਂ 36 ਬਣ ਰਿਹਾ ਤਾਂ 2 ਸਾਲਾਂ 'ਚ ਜੇ 25 ਤੋਂ 36 ਹੈ ਤਾਂ 1 ਸਾਲ 'ਚ 5 ਤੋਂ 6 1 ਰੁਪਏ ਦਾ ਇੰਟਰਸਟ 5 ਦੇ ਉੱਤੇ 20% ਆਨਸਰ ਆ ਗਿਆ ਅਗਲਾ ਕੁਐਸਚਨ ਅ ਮੈਨ ਵਾਂਟਸ ਟੂ ਇਨਵੈਸਟ 10230 ਰੁਪਏ ਬਿਟਵੀਨ ਹਿਸ ਟੂ ਸਨਸ ਦੋ ਮੁੰਡੇ ਏਜਡ 10 ইয়ারਸ ਐਂਡ 13 ইয়ারਸ ਇਨ ਸੱਚ ਅ ਵੇ ਦੈਟ ਦੇ ਵਿਲ ਗੈਟ ਐਨ ਇਕੁਅਲ ਅਮਾਉਂਟ ਵੈਨ ਦੇ ਅਟੇਨ ਦਾ ਏਜ ਆਫ 100 ਇਅਰਸ ਜਾਣ ਕੇ ਲਿਖ ਲਿਆ ਹੈ ਬੱਚੇ ਮੈਂ 100 ਇਅਰਸ ਜਾਣ ਕੇ ਕਿਉਂ ਲਿਖ ਲਿਆ ਆ ਹੁਣ ਬੱਚੇ ਤੁਸੀਂ ਪਿਛਲੇ ਕੁਐਸਚਨ ਚ ਦੇਖੋ ਜੇ ਆ 7 ਤੇ 5 ਦੀ ਥਾਂ ਤੇ 40 ਤੇ 38 ਹੁੰਦਾ ਕੋਈ ਫਰਕ ਨਹੀਂ ਸੀ ਪੈਣ ਲੱਗਾ 2 ਸਾਲ ਚਾਹੀਦੇ ਸੀਗੇ 40 ਤੇ 38 ਦਾ ਡਿਫਰੈਂਸ ਚਾਹੀਦਾ ਸੀਗਾ ਮੇਰੇ ਵੱਲੋਂ 40 ਤੇ 38 ਲਿਖ ਲੈਂਦੇ ਕੁਐਸਚਨ ਸੇਮ ਆ ਮੇਰੇ ਵੱਲੋਂ 100 ਤੇ 98 ਲਿਖ ਲੈਂਦੇ ਕੁਐਸਚਨ ਸੇਮ ਹੈ ਸਾਨੂੰ ਕੀ ਚਾਹੀਦਾ 2 ਸਾਲ ਦਾ ਡਿਫਰੈਂਸ ਸਿੰਪਲ ਇੰਟਰਸਟ ਦੇ ਵਿੱਚ ਮੈਟਰ ਕਰਦਾ ਕਿ 7 ਤੇ 5 ਚ ਹੋ ਰਿਹਾ ਹੈ ਜਾਂ 8 ਤੇ 6 ਚ ਹੋ ਰਿਹਾ ਹੈ ਸਿੰਪਲ ਇੰਟਰਸਟ ਚ ਮੈਟਰ ਕਰਦਾ ਕੰਪਾਊਂਡ ਚ ਨਹੀਂ ਮੈਟਰ ਕਰਦਾ ਕੰਪਾਊਂਡ ਚ ਬਸ ਡਿਫਰੈਂਸ ਮੈਟਰ ਕਰਦਾ ਸੋ ਇਸ ਕਰਕੇ ਛੋਟੇ ਦੀ ਉਮਰ 10 ਵੱਡੇ ਦੀ 13 ਇੱਥੇ ਮੈਂ 100 ਦੀ ਥਾਂ ਤੇ 500 ਸਾਲ ਲਿਖ ਲਾ 70 ਸਾਲ ਲਿਖ ਲਾ ਜੋ ਮਰਜ਼ੀ ਲਿਖ ਲਾ ਮੈਟਰ ਹੀ ਨਹੀਂ ਕਰਦਾ 10 ਤੇ 13 ਦਾ ਡਿਫਰੈਂਸ ਮੈਟਰ ਕਰਦਾ 3 ਸਾਲ ਦਾ ਉਹ ਕਹਿੰਦਾ ਐਟ ਦਾ ਰੇਟ ਆਫ 20% ਪਰ ਐਨਮ ਕੰਪਾਊਂਡਡ ਐਨਿਉਅਲੀ ਤਾਂ ਦੱਸੋ ਵੀ ਛੋਟੇ ਨੂੰ ਕਿੰਨੇ ਮਿਲੇ ਤਾਂ ਇੰਨਾ ਸਵਾਲਾਂ ਚ ਹਮੇਸ਼ਾ ਯਾਦ ਰੱਖਣਾ ਹੁੰਦਾ ਛੋਟੇ ਨੂੰ ਘੱਟ ਵੱਡੇ ਨੂੰ ਜ਼ਿਆਦਾ ਮਿਲੇ ਇਹ ਕਲੀਅਰ ਹੈਗਾ ਉਹ ਵੀ ਕਿਉਂ ਉਹ ਵੀ ਮੈਂ ਦੱਸ ਦਿੰਦਾਗਾ ਦੇਖੋ ਆ ਮਿਲੇ ਛੋਟੇ ਨੂੰ ਵਾਈ ਰੁਪੀਜ਼ ਆ ਮਿਲੇ ਵੱਡੇ ਨੂੰ ਈ ਰੁਪੀਜ਼ ਇਸ ਹਿਸਾਬ ਨਾਲ ਕਿ ਉਹਨਾਂ ਦਾ 100 ਸਾਲ ਦੀ ਉਮਰ ਤੇ ਹੁੰਦੇ ਹੋਏ ਅਮਾਊਂਟ ਸੇਮ ਆ ਜਾਏ ਜਦੋਂ ਉਹ 100 ਸਾਲ ਦੇ ਹੋਣ ਉਹਨਾਂ ਦਾ ਅਮਾਊਂਟ ਸੇਮ ਹੋਵੇ ਬੱਚੇ ਇਹਦੀ ਉਮਰ ਕਿੰਨੀ ਹੈ 10 ਸਾਲ ਇਹਦੀ ਉਮਰ ਕਿੰਨੀ ਹੈ 13 ਸਾਲ ਤਾਂ ਇੰਨੇ 100 ਦਾ ਕਦੋਂ ਹੋਣਾ ਛੋਟੇ ਨੇ 100 ਦਾ ਹੋਣਾ 90 ਸਾਲਾਂ ਬਾਅਦ ਬੱਚੇ ਦੇਖੋ ਛੋਟੇ ਨੇ 9 ਦਾ 100 ਦਾ ਕਦੋਂ ਹੋਣਾ 90 ਸਾਲਾਂ ਬਾਅਦ ਵੱਡੇ ਨੇ 100 ਦਾ ਕਦੋਂ ਹੋਣਾ 87 ਸਾਲਾਂ ਬਾਅਦ ਤਾਂ ਆਪਾਂ ਇਹਦਾ ਮਤਲਬ ਇਹ ਕੱਢ ਸਕਦੇ ਆ ਕਿ 3 ਸਾਲਾਂ 'ਚ ਇਹ ਇੱਥੇ ਪਹੁੰਚੇ ਫਿਰ ਬਰਾਬਰ ਚੱਲ ਜਾਣਗੇ ਹੱਥ ਫੜ ਕੇ ਤਾਂ 3 ਸਾਲ 'ਚ ਇੱਥੇ ਪਹੁੰਚਣਾ 3 ਸਾਲ 'ਚ ਕਾਦੇ ਸਾਹਬ ਨਾਲ ਪਹੁੰਚਣਾ 20% ਦੇ ਸਾਹਬ ਨਾਲ ਬੱਚੇ 20% ਦੀ ਫ੍ਰੈਕਸ਼ਨ ਕੀ ਹੁੰਦੀ ਹੈ 1/5 ਇੱਥੇ ਰੇਟ 기ਵਨ ਹੈ ਪਿਛਲੇ 'ਚ ਰੇਟ ਕੱਢਣਾ ਸੀ ਇੱਥੇ ਰੇਟ 기ਵਨ ਹੈ 1/5 ਦਾ ਮਤਲਬ ਪੈਸਾ 5 ਤੋਂ 6 ਹੋ ਰਿਹਾ 1 ਸਾਲ ਦੇ ਵਿੱਚ ਪੈਸਾ 5 ਤੋਂ 6 ਹੋਇਆ ਤਾਂ ਬੱਚੇ ਇੱਥੇ 3 ਸਾਲ ਦਾ ਡਿਫਰੈਂਸ ਹੈ ਨਾ 3 ਸਾਲਾਂ 'ਚ ਪੈਸਾ ਕੀ ਹੋਊਗਾ 5 ਦੀ ਪਾਵਰ 3 ਇਧਰ 6 ਦੀ ਪਾਵਰ 3 ਤਾਂ ਪੈਸਾ ਹੋਊਗਾ ਇਹਨਾਂ ਦਾ 125 ਰੇਸ਼ੀਓ 216 ਕੰਪਾਊਂਡ ਇੰਟਰਸਟ ਦੇ ਵਿੱਚ ਜਦੋਂ ਕੋਈ ਪਿਓ ਆਪਦੇ ਦੋ ਬੇਟਿਆਂ ਦੇ ਨਾਮ ਪੈਸੇ ਵੰਡਦਾ ਇਹ ਤੋਂ ਸੌਖਾ ਤਰੀਕਾ ਨਹੀਂ ਕੋਈ ਹੈਗਾ ਉਹਨਾਂ ਦਾ ਏਜ ਡਿਫਰੈਂਸ 3 ਸਾਲ ਦਾ ਤਾਂ 20% ਦਾ ਮਤਲਬ ਪੈਸਾ 5 ਤੋਂ 6 ਹੋਇਆ ਤਾ ਤਿੰਨ ਸਾਲ ਦੇ ਡਿਫਰੈਂਸ ਦਾ ਮਤਲਬ 5 ਕਯੂਬ 6 ਕਯੂਬ ਛੋਟੇ ਨੂੰ ਘੱਟ ਵੈਲਿਊ ਵੱਡੇ ਨੂੰ ਜ਼ਿਆਦਾ ਵੈਲਿਊ ਪੈਸਾ ਉਹਨਾਂ ਦਾ 125 ਰੇਸ਼ਿਓ 216 ਚ ਵੰਡਿਆ ਜਾਊਗਾ ਸਾਨੂੰ ਟੋਟਲ ਦਿੱਤਾ ਹੋਇਆ 10230 ਤਾਂ ਰੇਸ਼ਿਓ ਦਾ ਟੋਟਲ ਦੇਖੋ ਕਿੰਨਾ ਹੈ ਜੀ ਰੇਸ਼ਿਓ ਦਾ ਟੋਟਲ ਬਣਿਆ 341 ਰੇਸ਼ਿਓ ਦਾ ਟੋਟਲ ਬਣ ਗਿਆ 341 ਯੂਨਿਟ ਜੀ ਦੀ ਵੈਲਿਊ ਕੀ ਦਿੱਤੀ ਹੈ 10230 ਤਾਂ 341 ਦਾ ਤਿੱਗਣਾ 1023 ਪਿੱਛੇ ਜ਼ੀਰੋ ਤਾਂ 3 ਗੁਣਾ ਪਿੱਛੇ ਜ਼ੀਰੋ ਯਾਨੀ ਕਿ 30 ਗੁਣਾ 30 ਗੁਣਾ ਤਾਂ ਯੰਗਰ ਸੰ 30 ਗੁਣਾ ਕਰ ਦੋ ਜੀ 125 ਦਾ ਅਨਸਰ ਆ ਗਿਆ 3750 ਤਾਂ ਬੱਚੇ ਜੇ ਛੋਟੇ ਦੇ ਪੁੱਛੇ ਆ ਤਾਂ 3750 ਜੇ ਵੱਡੇ ਦੇ ਪੁੱਛੇ ਹੁੰਦੇ ਤਾਂ 216 ਦਾ 3 ਗੁਣਾ ਕਰ ਦਿੰਦੇ 6480 ਆ ਜਾਂਦਾ 3750 ਤੇ 6480 ਜੋੜ ਕੇ ਦੇਖ ਲਓ 10230 ਹੀ ਬਣੂਗਾ ਤਾਂ ਬੱਚੇ ਇਹ ਕੁਐਸਚਨ ਤੁਹਾਡੇ ਸਾਹਮਣੇ ਆਇਆ ਇਹ ਤੋਂ ਸੌਖਾ ਤਰੀਕਾ ਹੀ ਨਹੀਂ ਕੋਈ ਹੈਗਾ ਇਹਦੇ ਨਾਲ ਦਾ ਇੱਕ ਕੁਐਸਚਨ ਮੈਂ ਹੋਰ ਲੈ ਕੇ ਆਇਆ ਤੁਹਾਡੇ ਕਰਨ ਦੇ ਲਈ ਸਵਾਦ ਲਈ ਜਾਓ ਜਿੰਨਾ ਲੈਣਾ ਕੁਐਸਚਨ ਦੇਖੋ ਕੀ ਆ ਅ ਮੈਨ ਵਾਂਟਸ ਟੂ ਇਨਵੈਸਟ 16850 ਬਿਟਵੀਨ ਹਿਸ ਟੂ ਸੰਸ ਏਜਡ 12 ਇਅਰਸ ਐਂਡ 16 ਇਅਰਸ 4 ਸਾਲ ਦਾ ਡਿਫਰੈਂਸ ਇਨ ਸੱਚ ਅ ਵੇ ਦੈਟ ਦੇ ਬੋਥ ਵਿਲ ਗੈਟ ਐਨ ਇਕੁਅਲ ਅਮਾਉਂਟ ਵੈਨ ਦੇ ਅਟੇਨ ਦਾ ਏਜ ਆਫ ਜਿੰਨੀ ਮਰਜੀ ਉਮਰ ਲਿਖ ਦਿਓ ਇੱਥੇ ਫਾਈਂਡ ਦਾ ਸ਼ੇਅਰ ਆਫ ਯੰਗਰ ਸੰਸ ਦਾ ਰੇਟ ਆਫ ਇੰਟਰਸਟ ਬਿੰਗ 331/3% ਪਰ ਐਨਮ 331/3% ਦੀ ਫ੍ਰੈਕਸ਼ਨ 3/4 ਤਾਂ ਯੰਗਰ ਦੀ ਉਮਰ ਕਿੰਨੀ ਹੈ ਬੱਚੇ 12 ਸਾਲ ਐਲਡਰ ਦੀ ਉਮਰ ਕਿੰਨੀ ਹੈ 16 ਸਾਲ ਤਾਂ 4 ਸਾਲ ਦਾ ਡਿਫਰੈਂਸ ਹੈ 1 ਸਾਲ 'ਚ ਪੈਸਾ ਕੀ ਹੋ ਰਿਹਾ 3 ਤੋਂ 4 ਰੇਟ ਆਫ ਇੰਟਰਸਟ 33 1/3% ਹੈ ਉਹਦੀ ਫ੍ਰੈਕਸ਼ਨ 1/3 ਯਾਨੀ ਕਿ 3 ਰੁਪਏ ਦੇ ਉੱਤੇ 1 ਇੰਟਰਸਟ ਲੱਗਿਆ ਤਾਂ ਪੈਸਾ 3 ਤੋਂ 4 ਹੋਇਆ ਪਰ ਇਹਨਾਂ ਦੇ ਵਿੱਚ 4 ਸਾਲ ਦਾ ਡਿਫਰੈਂਸ ਹੈ ਤਾਂ ਪੈਸਾ ਕਿਵੇਂ ਮਿਲਿਆ ਇਧਰ 3 ਦੀ ਪਾਵਰ 4 ਇਧਰ 4 ਦੀ ਪਾਵਰ 4 ਤਾਂ ਇਹਨਾਂ ਦੇ ਵਿੱਚ ਪੈਸਾ ਵੰਡਿਆ ਜਾਊਗਾ ਬੱਚੇ 81 ਰੇਸ਼ਿਓ 256 ਇਹਨਾਂ ਦੇ ਵਿੱਚ ਪੈਸਾ ਵੰਡਿਆ ਜਾਊਗਾ ਇਸ ਰੇਸ਼ਿਓ ਦੇ ਵਿੱਚ ਇਸ ਰੇਸ਼ਿਓ ਚ ਪੈਸਾ ਵੰਡ ਲਿਆ ਸਾਨੂੰ ਕੀ ਦਿੱਤਾ ਹੋਇਆ ਟੋਟਲ ਦਿੱਤਾ ਹੋਇਆ ਤਾਂ ਇਹਦਾ ਟੋਟਲ ਕਿੰਨਾ ਬਣ ਗਿਆ 25 337 337 ਯੂਨਿਟ ਤੇ 337 ਦੀ ਵੈਲਿਊ ਕਿੰਨੀ ਦਿੱਤੀ ਹੈ 16850 ਮੇਰੇ ਖਿਆਲ ਚ ਬੱਚੇ 50 ਦੇ ਪਿੱਛੇ ਉਧਰ ਜਿਹੜੀ ਜ਼ੀਰੋ ਪੈਂਦੀ ਹੈ ਜ਼ੀਰੋ ਨੂੰ ਤਾਂ ਜ਼ੀਰੋ ਛੱਡੋ ਜ਼ੀਰੋ ਤਾਂ ਆ ਜੂਗੀ ਜ਼ੀਰੋ ਤੋਂ ਉਰਲੇ ਪਾਸੇ 5 ਹੈ ਨਾ ਇਹਦੇ ਪਿੱਛੇ 7 ਹੈ ਇਹਦੇ ਪਿੱਛੇ ਪੰਜ ਹੈ ਜ਼ੀਰੋ ਛੱਡਤੀ ਤਾਂ 7 ਤੋਂ 5 ਤਾਂ 5 ਗੁਣਾ ਕਰਕੇ ਹੀ ਆਊਗਾ ਤਾਂ ਇਹ 300 ਉਹ 1600 ਪਤਾ ਲੱਗਦਾ ਯਾਰ 5 ਗੁਣਾ ਚੈੱਕ ਕਰਨ ਦੀ ਲੋੜ ਨਹੀਂ ਹੈਗੀ 5 ਗੁਣਾ ਪਰ ਪਿੱਛੇ ਜ਼ੀਰੋ ਵੀ ਹੈ ਤਾਂ ਇਹ ਆ ਗਿਆ ਬੇਸਿਕਲੀ 50 ਗੁਣਾ ਸਾਨੂੰ ਕੀ ਪੁੱਛਿਆ ਸ਼ੇਅਰ ਆਫ ਯੰਗਰਸਨ 50 ਗੁਣਾ ਕਰਕੇ ਆਂਸਰ ਆਜੂ ਬੱਚੇ 81 ਗੁਣਾ 50 ਆ ਗਿਆ ਤੁਹਾਡਾ 4050 ਤਾਂ ਇਸ ਕੁਐਸਚਨ ਦਾ ਆਂਸਰ ਬੱਚੇ ਫਸਟ ਆਪਸ਼ਨ 4050 ਜੇ ਐਲਡਰਸਨ ਪੁੱਛਿਆ ਹੁੰਦਾ 256 50 ਕਰਕੇ ਆਨਸਰ ਆ ਜਾਂਦਾ 12800 12800 ਵੀ অপਸ਼ਨ ਲੈ ਕੇ ਆਇਆ ਉਹ ਐਲਡਰ ਦਾ ਸ਼ੇਅਰ ਹੈ ਯੰਗਰ ਦਾ 4050 ਇਹ ਤੋਂ ਸੁੱਖ ਕੁਝ ਨਹੀਂ ਹੈਗਾ ਆਰਾਮ ਨਾਲ ਸੈਸ਼ਨ ਕਰਦੇ ਜਾਓ ਕੁਐਸਚਨਸ ਦੀ ਪੀਡੀਐਫ ਮਿਲ ਜੂਗੀ ਜਿਵੇਂ ਸੈਸ਼ਨ ਖਤਮ ਹੋਇਆ ਘੰਟੇ ਅੱਧੇ ਘੰਟੇ ਦੇ ਵਿੱਚ ਵਿੱਚ ਟੈਲੀਗ੍ਰam ਚੈਨਲ ਤੇ ਪੀਡੀਐਫ ਮਿਲ ਜੂਗੀ ਸੈਸ਼ਨ ਨੂੰ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਓ ਪ੍ਰੈਕਟਿਸ ਜ਼ਰੂਰ ਕਰਦੇ ਜਾਓ ਮਤਲਬ ਜੇ ਤੁਸੀਂ ਪ੍ਰੈਕਟਿਸ ਨਹੀਂ ਕਰ ਰਹੇ ਉਹਦੇ ਬਿਨਾ ਇਹ ਕੋਈ ਮਾਇਨੇ ਨਹੀਂ ਰੱਖਦਾ ਮਾੜਾ ਮੋਟਾ ਹੱਥ ਪੱਲਾ ਜਾਂ ਬਾਈ ਬਣ ਕੇ ਆਪਦੇ ਅੰਡ ਤੇ ਮਾਰਦੇ ਜਾਇਆ ਕਰੋ ਮੈਂ ਅਗਲੇ ਸੈਸ਼ਨ ਇਸ ਕਰਕੇ ਦੱਸ ਦਿੰਨਾ ਜਿਵੇਂ ਅੱਜ ਦੱਸ ਰਿਹਾ ਕਿ ਅਗਲੀ ਕਲਾਸ ਆਪਣੀ ਟਾਈਮ ਟੇਬਲ ਵਰਕ ਦੀ ਹੋਊਗੀ ਵੀਰਵਾਰ ਨੂੰ ਆਪਣੀ ਕਲਾਸ ਟਾਈਮ ਟੇਬਲ ਵਰਕ ਦੀ ਹੋਊਗੀ ਤਾਂ ਇਸ ਕਰਕੇ ਦੱਸ ਦਿੰਨਾ ਕਿ ਭਾਈ ਜਿਹੜੇ ਬੱਚਿਆਂ ਨੇ ਤਾਂ ਟਾਈਮ ਟੇਬਲ ਵਰਕ ਮੇਰੇ ਤੋਂ ਪਹਿਲਾਂ ਰਿਵਾਈਜ਼ ਕਰਨਾ ਹੈ ਕਿ ਕਲਾਸ ਨਾਲ ਨਾਲ ਚੱਲ ਸਕਣ ਉਹ ਕਰ ਸਕਣ ਜਿਹੜੇ ਬੱਚਿਆਂ ਨੇ ਪਹਿਲਾਂ ਨਹੀਂ ਕਰਨਾ ਤਾਂ ਜਿਵੇਂ ਅੱਜ ਆਪਣੀ ਕੰਪਾਊਂਡ ਦੀ ਕਲਾਸ ਹੋ ਗਈ ਅਗਲੇ 2 ਦਿਨ ਤੁਹਾਡੀ ਕੋਈ ਕਲਾਸ ਮੈਥ ਦੀ ਤਾਂ ਘੱਟੋ ਘ ਕੰਪਾਊਂਡ ਦੀ ਪ੍ਰੈਕਟਿਸ ਕਰੋ ਫਿਰ ਵੀਰਵਾਰ ਨੂੰ ਮੈਂ ਟਾਈਮ ਐਂਡ ਵਰਕ ਪੜ੍ਹਾਉਂਗਾ ਅਗਲੇ 3 ਦਿਨ ਟਾਈਮ ਐਂਡ ਵਰਕ ਦੀ ਪ੍ਰੈਕਟਿਸ ਕਰੋ ਜਿਨ੍ਹਾਂ ਨੇ ਮਗਰੋਂ ਕਰਨੀ ਹੈ ਪ੍ਰੈਕਟਿਸ ਬਾਈ ਬਣ ਕੇ ਮਗਰੋਂ ਕਰੋ ਮੈਂ ਪਹਿਲਾਂ ਇਸ ਕਰਕੇ ਦੱਸ ਦੇਣਾ ਕਿ ਜਿਨ੍ਹਾਂ ਨੇ ਪਹਿਲਾਂ ਪ੍ਰੈਕਟਿਸ ਕਰਕੇ ਹੋਣਾ ਉਹ ਪਹਿਲਾਂ ਕਰ ਲਿਆ ਕਰਨ ਦਾ ਆਪਣੀ ਵੀਰਵਾਰ ਦੀ ਕਲਾਸ ਟਾਈਮ ਐਂਡ ਵਰਕ ਦੀ ਹੋਊਗੀ ਅਗਲੇ ਕੁਐਸਚਨ ਤੇ ਆਜੋ ਬੱਚੇ ਅਗਲਾ ਕੁਐਸਚਨ ਥੋੜਾ ਜਿਹਾ ਲੰਬਾ ਕੁਐਸਚਨ ਹੈ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂਗਾ ਦਾ ਰੇਸ਼ਿਓ ਆਫ ਦਾ ਕੰਪਾਊਂਡ ਇੰਟਰਸਟ ਆਨਡ ਓਵਰ 2 ইয়ারਜ਼ ਕਾਦੀ ਰੇਸ਼ਿਓ ਕੰਪਾਊਂਡ ਇੰਟਰਸਟ ਆ ਉਦਾ ਕਾਦੇ ਨਾਲ ਰੇਸ਼ਿਓ ਸਿੰਪਲ ਇੰਟਰਸਟ ਆਨਟ ਫੋਰ ਦਾ ਸੇਮ ਪ੍ਰਿੰਸੀਪਲ ਐਟ ਦਾ ਸੇਮ ਰੇਟ ਫੋਰ ਦਾ ਸੇਮ ਡਿਊਰੇਸ਼ਨ ਇਜ਼ 25:24 ਤਾਂ ਬੱਚੇ ਰੇਸ਼ਿਓ ਕਾਦੀ ਦਿੱਤੀ ਆ 2 ਸਾਲ ਦੇ ਕੰਪਾਊਂਡ ਇੰਟਰਸਟ ਦੀ 2 ਸਾਲ ਦੇ ਸਿੰਪਲ ਇੰਟਰਸਟ ਦੇ ਨਾਲ ਜਿਵੇਂ ਨੈਬ ਤਹਿਸੀਲਦਾਰ ਦੇ ਪੇਪਰ ਚ ਨਹੀਂ ਸੀ ਕੁਝ ਕੁਐਸਚਨ ਦੇਖੇ ਕਿ ਡੇਢ ਡੇਢ ਗਿੱਠ ਦੀ ਸਟੇਟਮੈਂਟ ਲਿਖਤੀ ਕੱਢਣ ਪਾਉਣ ਨੂੰ ਬਹੁਤਾ ਕੁਝ ਹੈ ਨਹੀਂ ਗਾ ਬਸ ਓਮੇ ਹੀ ਹੈ ਡੇਢ ਗਿੱਠ ਦੀ ਸਟੇਟਮੈਂਟ ਆ ਕੱਢਣ ਪਾਉਣ ਨੂੰ ਬਹੁਤਾ ਕੁਝ ਹੈ ਨਹੀਂ ਸਮਝਦੇ ਜਾਓ ਪਹਿਲੀਆਂ ਤਿੰਨ ਲਾਈਨਾਂ ਦੇ ਵਿੱਚ ਉੱਥੇ ਤੱਕ ਐਗਜ਼ਾਮੀਨਰ ਕਹਿੰਦਾ ਕਿਸੇ ਪੈਸੇ ਨੂੰ ਅਸੀਂ ਕਿਸੇ ਵੀ ਰੇਟ ਤੇ ਇੰਟਰਸਟ ਉੱਪਰ ਰੱਖਿਆ ਤਾਂ 2 ਸਾਲ ਦਾ ਜੋ ਕੰਪਾਊਂਡ ਇੰਟਰਸਟ ਬਣਨਾ ਹੈ ਉਹਦੀ ਰੇਸ਼ੀਓ 2 ਸਾਲ ਦੇ ਸਿੰਪਲ ਇੰਟਰਸਟ ਦੇ ਨਾਲ 25:24 ਹੈ ਤਾਂ 2 ਸਾਲ ਦਾ ਕੰਪਾਊਂਡ 25 ਰੁਪਏ 2 ਸਾਲ ਦਾ ਸਿੰਪਲ 24 ਰੁਪਏ ਪੁੱਛਿਆ ਕੀ ਆ ਫਾਈਂਡ ਕੀ ਕਰਨਾ ਹੈ ਫਾਈਂਡ ਦਾ ਰੇਸ਼ੀਓ ਰੇਸ਼ੀਓ ਹੀ ਫਾਈਂਡ ਕਰਨੀ ਹੈ ਕਾਦੀ ਕੰਪਾਊਂਡ ਇੰਟਰਸਟ ਅਰਨਡ ਓਵਰ 3 ইয়ারਜ਼ ਵੈਨ ਕੰਪਾਊਂਡਿੰਗ ਦਾ ਸੇਮ ਪ੍ਰਿੰਸੀਪਲ ਐਨਿਊਅਲੀ ਟੂ ਦਾ ਸਿੰਪਲ ਇੰਟਰਸਟ ਅਰਨਡ ਫੋਰ ਦਾ ਸੇਮ ਪ੍ਰਿੰਸੀਪਲ ਐਟ ਦਾ ਸੇਮ ਰੇਟ ਫੋਰ ਆ 7 8 ਲੈਣਾ ਦੇ ਵਿੱਚ ਰੇਸ਼ਿਓ ਦਿੱਤੀ ਹੋਈ ਹੈ 2 ਸਾਲ ਦੇ ਕੰਪਾਊਂਡ ਦੀ 2 ਸਾਲ ਦੇ ਸਿੰਪਲ ਦੇ ਨਾਲ ਤੇ ਪੁੱਛਿਆ ਗਿਆ ਰੇਸ਼ਿਓ ਦੇ ਵਿੱਚ ਦੱਸੋ 3 ਸਾਲ ਦਾ ਕੰਪਾਊਂਡ 3 ਸਾਲ ਦੇ ਸਿੰਪਲ ਦੇ ਨਾਲ ਐਡੀਕ ਗੱਲ ਤਾਂ ਬੱਚੇ 2 ਸਾਲ ਦਾ ਦੇਖੋ ਪਹਿਲਾਂ 2 ਸਾਲ ਦਾ ਕੰਪਾਊਂਡ ਤੇ ਸਿੰਪਲ ਦਿੱਤਾ ਹੋਇਆ ਤੁਹਾਨੂੰ 25:24 ਇਹਦਾ ਮਤਲਬ ਇੱਕ ਇਹਦਾ ਮਤਲਬ 2 ਸਾਲ ਦਾ ਸਿੰਪਲ ਇੰਟਰਸਟ 24 ਰੁਪਏ ਆ ਤਾਂ 1 ਸਾਲ ਦਾ 12 ਰੁਪਏ ਹੋ ਗਿਆ 1 ਸਾਲ ਦਾ ਜਿਹੜਾ 12 ਰੁਪਏ ਹੋ ਗਿਆ ਬੱਚੇ ਮੈਂ ਇਹਨੂੰ ਥੋੜਾ ਛੋਟਾ ਲਿਖਾ ਮੈਨੂੰ ਸਪੇਸ ਚਾਹੀਦੀ ਐ ਕੁਐਸਚਨ ਦੀ ਸਟੇਟਮੈਂਟ ਲੈਂਥ ਲੰਬੀ ਆ ਬੱਚੇ ਸਾਨੂੰ 25:24 ਜਿਹੜਾ ਦਿੱਤਾ ਹੋਇਆ ਹੈ ਇਹਦਾ ਮਤਲਬ 2 ਸਾਲ ਦਾ ਕੰਪਾਊਂਡ 25 ਐ 2 ਸਾਲ ਦਾ ਸਿੰਪਲ 24 ਐ 2 ਸਾਲ ਦਾ ਸਿੰਪਲ 24 ਐ ਤਾਂ 1 ਸਾਲ ਦਾ ਸਿੰਪਲ ਇੰਟਰਸਟ 12 ਰੁਪਏ ਹੋ ਗਿਆ ਇੰਨੀ ਗੱਲ ਕਲੀਅਰ ਹੈ ਹੁਣ ਆਪਾਂ 2 ਸਾਲ ਦਾ ਇੰਟਰਸਟ ਕੱਢਦੇ ਕਿਵੇਂ ਹੁੰਨੇ ਆ ਐ ਤਾਂ ਇੱਥੇ ਜੇ 12 ਕਿਉਂਕਿ ਇੱਥੇ ਤਾਂ ਇਕੱਲਾ ਇੰਟਰਸਟ ਸਿੰਪਲ ਹੀ ਲੱਗਣਾ 12 ਤਾਂ ਇੱਥੇ ਵੀ 12 ਇੱਥੇ ਨਾਲ ਕੀ ਲਿਖਿਆ ਜਾਊਗਾ ਬੱਚੇ ਇੱਥੇ ਲਿਖਿਆ ਜਾਊਗਾ ਕੁੱਲ 25 ਹੈ ਜਿਹਦੇ ਵਿੱਚੋਂ 12 ਤੇ 12 24 ਹੋ ਗਿਆ 1 ਰੁਪਿਆ ਰਹਿ ਗਿਆ ਤਾਂ 1 ਰੁਪਿਆ ਲਿਖਿਆ ਜਾਊਗਾ ਇੱਥੇ ਤਾਂ ਇਹ ਬਣ ਗਿਆ 2 ਸਾਲ ਦਾ ਕੰਪਾਊਂਡ ਜਿਹਦੇ ਵਿੱਚੋਂ 12 ਤੇ 12 24 ਰੁਪਏ ਸਿੰਪਲ 25 ਰੁਪਏ ਕੰਪਾਊਂਡ ਸੀਗਾ ਤਾਂ 12 ਤੇ 12 24 ਹੋਗੇ ਤਾਂ 1 ਰੁਪਿਆ ਰਹਿ ਗਿਆ ਇੱਥੇ 1 ਰੁਪਿਆ ਇਹਦਾ ਮਤਲਬ ਇੰਟਰਸਟ ਕਿਵੇਂ ਲੱਗ ਰਿਹਾ ਹੈ ਬੱਚੇ ਇਹਦਾ ਮਤਲਬ ਇੰਟਰਸਟ ਲੱਗ ਰਿਹਾ ਹੈ 12 ਦੇ ਉੱਤੇ 1 ਯਾਨੀ ਕਿ 1/12 ਤਾਂ ਇੰਟਰਸਟ ਲੱਗ ਰਿਹਾ 1/12 ਦੇ ਹਿਸਾਬ ਨਾਲ ਤਾਂ ਆਪਾਂ ਹੁਣ ਜਦੋਂ 3 ਸਾਲ ਦਾ ਕੱਢਣਾ ਹੈ ਤਾਂ 3 ਸਾਲ ਦਾ ਵੀ ਤਾਂ ਐਂ ਨਿਕਲੂਗਾ ਪ੍ਰਿੰਸੀਪਲ 3 ਸਾਲ ਦਾ ਇੰਟਰਸਟ ਹੁਣ ਉਹ 3 ਸਾਲ ਦਾ ਇੰਟਰਸਟ ਜੇ ਆਪਾਂ 12 ਤੋਂ ਹੀ ਸ਼ੁਰੂ ਕਰ ਲਈਏ ਇੱਥੇ 12 12 12 ਲਿਖਣ ਲੱਗ ਜਾਵੇਂ ਸਿੰਪਲ ਇੰਟਰਸਟ ਤਾਂ ਇੱਥੇ ਇੱਕ ਇਧਰ ਇੱਕ ਪਲੱਸ ਇੱਕ ਤਾਂ ਲਿਖ ਦੂੰਗਾ ਤੀਜੀ ਵੈਲਿਊ 1/12 ਲਿਖਾਂਗੇ ਉਹ ਤਾਂ ਓੱਖਾ ਕਰੂਗੀ ਸਾਨੂੰ ਸੋ 1/12 ਚ /12 ਨਾ ਆਵੇ ਤਾਂ ਸਾਰਾ ਕੁਝ 12 ਗੁਣਾ ਕਰ ਦਿੰਨੇ ਆ ਸਾਰਾ ਕੁਝ 12 ਗੁਣਾ ਕਰ ਦਿੰਨੇ ਆ ਤਾਂ 1 ਸਾਲ ਦਾ ਸਿੰਪਲ ਇੰਟਰਸਟ ਜਿਹੜਾ 12 ਉਹਨੂੰ 144 ਲਿਖ ਦੋ ਇਹ ਆ ਗਿਆ 144 ਇਹ ਵੀ ਆ ਗਿਆ 144 ਇਹ ਵੀ ਆ ਗਿਆ 144 1/12 ਕਰਕੇ 12 ਇੱਥੇ ਇਹੀ 12 ਦੋ ਵਾਰੀ ਤੇ ਇੱਥੇ 12 ਦਾ 1/12 1 ਤਾਂ ਆਪਾਂ ਬੱਚੇ 3 ਸਾਲ ਦੇ ਕੰਪਾਊਂਡ ਦੀ 3 ਸਾਲ ਦੇ ਸਿੰਪਲ ਨਾਲ ਰੇਸ਼ਿਓ ਕੱਢਣੀ ਹੈ ਇੱਧਰ ਕੰਪਾਊਂਡ ਲਿਖਣਾ ਹੈ ਇੱਧਰ ਸਿੰਪਲ ਲਿਖਣਾ ਹੈ ਪਹਿਲਾਂ ਸਿੰਪਲ ਲਿਖਦੇ ਹਾਂ ਸਿੰਪਲ ਇੰਟਰਸਟ ਕਿੰਨਾ ਹੈ ਸਿੰਪਲ ਇੰਟਰਸਟ ਹੈ 432 ਰੁਪਏ ਕੰਪਾਊਂਡ ਇੰਟਰਸਟ ਕਿੰਨਾ ਹੈ 144 144 144 432 ਉਹ ਚ 12 12 12 36 ਜੋੜੋ 468 1 ਰੁਪਿਆ ਹੋਰ ਜੋੜੋ 469 ਤਾਂ ਬੱਚੇ ਕੰਪਾਊਂਡ ਪਹਿਲਾਂ ਸਿੰਪਲ ਮਗਰ ਉਹ ਲਿਖਣਾ ਸੀ ਰੇਸ਼ਿਓ ਕੀ ਆ ਗਈ ਤੁਹਾਡੀ ਚੌਥਾ ਆਪਸ਼ਨ 469 ਰੇਸ਼ਿਓ 432 ਤਾਂ ਇਹ ਬੱਚੇ ਤੁਹਾਡਾ ਇੰਨਾ ਕੁ ਸੌਖਾ ਕੁਸ਼ਣ ਹੈ ਬਹੁਤਾ ਲਿਖਣ ਨੂੰ ਕੁਝ ਨਹੀਂ ਹੈਗਾ ਜਿਹੜੇ ਬੱਚਿਆਂ ਨੂੰ ਸਮਝ ਆ ਗਿਆ ਉਹ ਆਹ ਨਹੀਂ ਲਿਖਣਗੇ ਪੇਪਰ ਦੇ ਵਿੱਚ ਉਹ ਬਸ ਆ ਦਿਮਾਗ 'ਚ ਰੱਖਣਗੇ ਉਹ ਸਿਰਫ ਇਸ ਚੀਜ਼ ਤੇ ਧਿਆਨ ਦੇਣਗੇ ਕਿ ਆਪਾਂ 12 ਦੀ ਥਾਂ ਤੇ 12 ਗੁਣਾ ਕਰਕੇ 144 ਲੈ ਕੇ ਆਉਣਾ ਕਿਉਂ 144 ਲੈ ਕੇ ਆਉਣਾ ਜੇ ਅਸੀਂ 12 ਹੀ ਰੱਖ ਲੈਂਦੇ ਇੱਥੇ 12 ਹੁੰਦਾ ਇੱਥੇ ਫਿਰ 1/12 ਕਰਕੇ 1 ਆ ਜਾਂਦਾ ਇੱਥੇ 1/12 ਰਹਿ ਜਾਂਦੀ ਵੈਲਿਊ 1 ਦੀ ਥਾਂ ਤੇ 1/12 ਰਹਿ ਜਾਂਦੀ ਫਿਰ ਕੰਪਾਊਂਡ ਕੱਢਣ ਵੇਲੇ ਫ੍ਰੈਕਸ਼ਨਾਂ ਥੋੜੀ ਐਡ ਕਰਦੇ ਤਾਂ ਉਹ 1/12 ਨਾ ਆਵੇ ਤਾਂ ਸਾਰਾ ਕੁਝ 12 ਗੁਣਾ ਕਰਤਾ ਇਸ ਕਰਕੇ 12 ਦੀ ਥਾਂ ਤੇ ਉਹਦਾ 12 ਗੁਣਾ 144 ਯੂਜ਼ ਕੀਤਾ ਬਸ ਇੰਨੀ ਕੁ ਗੱਲ ਐਸ ਕੁਐਸ਼ਨ ਚ ਹੱਲ ਕਰਨ ਵਾਲੀ ਆ ਬਾਕੀ ਬਹੁਤ ਸੌਖਾ ਕੁਐਸ਼ਨ ਹੈਗਾ ਤਾਂ ਇਹ ਕਲੀਅਰ ਹੈ ਬੱਚੇ ਅਗਲੇ ਕੁਐਸ਼ਨਸ ਤੇ ਆਜੋ ਅਗਲਾ ਕੁਐਸ਼ਨ ਡਿਫਰੈਂਸ ਬੀਟਵੀਨ ਸਿੰਪਲ ਐਂਡ ਕੰਪਾਊਂਡ ਇੰਟਰੈਸਟ ਮੈਂ ਉਮੀਦ ਕਰਦਾ ਜਿਹੜੇ ਬੱਚੇ ਨੇ ਕੰਪਾਊਂਡ ਇੰਟਰੈਸਟ ਚੈਪਟਰ ਪੜ੍ਹੇ ਸਿੰਪਲ ਤੇ ਕੰਪਾਊਂਡ ਦਾ ਡਿਫਰੈਂਸ ਵੀ ਪੜਿਆ ਹੋਣਾ 2 ਸਾਲ ਦਾ ਡਿਫਰੈਂਸ ਵੀ ਪੜਦੇ ਆ ਆਪਾਂ 3 ਸਾਲ ਦਾ ਡਿਫਰੈਂਸ ਵੀ ਪੜਦੇ ਆ ਅੱਜ ਦੇ ਸੈਸ਼ਨ ਚ ਕੱਲਾ ਆਹ ਕੁਐਸ਼ਨ ਹੈ ਜਿਹੜਾ ਮੈਂ ਥੋੜਾ ਜਿਹਾ ਸੋਖਾ ਲੈ ਕੇ ਆਇਆ ਨਹੀਂ ਤਾਂ ਡਿਫਰੈਂਸ ਬੀਟਵੀਨ ਸਿੰਪਲ ਐਂਡ ਕੰਪਾਊਂਡ ਦੇ ਕੁਐਸ਼ਨ ਵੀ ਥੋੜਾ ਜਿਹਾ ਟਿਪੀਕਲ ਲੈ ਕੇ ਆਇਆ ਪਹਿਲਾ ਕੁਐਸ਼ਨ ਡਿਫਰੈਂਸ ਬੀਟਵੀਨ ਸੀਆਈ ਐਂਡ ਐਸਆਈ ਐਟ ਅ is rupees 122 find the sum invested ਇਹ ਤਾਂ ਮੈਂ ਕਲਾਸ ਦੇ ਵਿੱਚ ਵੀ ਕੁਐਸਚਨ ਕਰਵਾਇਆ ਸੀਗਾ ਤਾਂ ਬੱਚੇ ਰੇਟ ਆਫ ਇੰਟਰਸਟ 1/20 ਹੈ ਤਾਂ ਬੱਚੇ ਤੁਸੀਂ ਡਿਫਰੈਂਸ ਵਾਲੇ ਕੁਐਸਚਨ ਚ ਜਦੋਂ ਸਾਨੂੰ ਡਿਫਰੈਂਸ 기ਵਨ ਹੋਵੇ ਪ੍ਰਿੰਸੀਪਲ ਕੱਢਣਾ ਹੋਵੇ ਤੇ ਉਹ ਵੀ 3 ਸਾਲ ਦਾ ਉਦੋਂ ਕੀ ਕਰਨਾ ਹੈ ਪ੍ਰਿੰਸੀਪਲ ਅਸਿਊਮ ਕਰ ਲੈਣਾ ਹੈ ਰੇਟ ਆਫ ਇੰਟਰਸਟ ਤੁਹਾਡਾ 20 ਹੈ 3 ਸਾਲ ਦਾ ਸਮਾਂ ਹੋਣ ਕਰਕੇ ਪ੍ਰਿੰਸੀਪਲ ਅਸਿਊਮ ਕਰ ਲਓ 20 ਦੀ ਪਾਵਰ 3 8000 ਪ੍ਰਿੰਸੀਪਲ ਅਸਿਊਮ ਕਰ ਲਓ 20 ਦੀ ਪਾਵਰ 3 8000 ਰੇਟ ਆਫ ਇੰਟਰਸਟ ਦੇ ਨਿਊਮਰੇਟਰ ਚ ਜੋ ਮਰਜ਼ੀ ਹੋਵੇ 1 2 3 ਜੋ ਮਰਜ਼ੀ ਹੋਵੇ ਥੱਲੇ 20 ਹੈ te ਨਾ 20 ਤੇ 3 ਸਾਲ ਦਾ ਸਮਾਂ ਸਿਰਫ 3 ਸਾਲ ਦੇ ਕੇਸ ਚ ਦੱਸ ਰਹੇ ਹਾਂ 2 ਸਾਲ ਦਾ ਤਾਂ ਬਹੁਤ ਸੌਖਾ ਕਰ ਲਿਆ ਸੀ ਆਪਾਂ ਸਿਰਫ 3 ਸਾਲ ਦੇ ਕੇਸ ਚ ਦੱਸ ਰਹੇ ਤਾਂ 20 ਦੀ ਪਾਵਰ 3 ਅਸਿਊਮ ਕਰ ਲਓ ਪ੍ਰਿੰਸੀਪਲ 8000 ਤਾਂ ਰੇਸ਼ੀਓ ਦੇ ਵਿੱਚ ਸ਼ੁਰੂ ਕਰੋ ਰੇਸ਼ੀਓ ਦੇ ਵਿੱਚ ਪ੍ਰਿੰਸੀਪਲ 8000 3 ਸਾਲ ਦਾ ਡਿਫਰੈਂਸ ਕੀ ਹੋਊਗਾ 1/20 ਦੇ ਹਿਸਾਬ ਨਾਲ 1/20 ਦੇ ਹਿਸਾਬ ਨਾਲ 400 ਇੱਥੇ ਵੀ 400 ਇਹ ਲਿਖਣ ਦੀ ਲੋੜ ਨਹੀਂ ਇੱਥੇ ਵੀ 400 400 ਦਾ 1/20 20 ਰੁਪਏ ਇੱਥੇ ਇਹੀ 20 ਰੁਪਏ ਦੋ ਵਾਰੀ 20 ਰੁਪਏ ਦਾ 1/20 1 ਰੁਪਿਆ ਬੱਚੇ ਫਾਰਮੂਲਾ ਲਾਉਣ ਦੀ ਲੋੜ ਨਹੀਂ ਇੰਟਰਸਟ ਕੱਢਣਾ ਹੁੰਦਾ ਇੰਟਰਸਟ ਕੱਢਣ ਦੀ ਆਦਤ ਪਾਈ ਹੈ ਤਾਂ ਇਹਦੇ ਨਾਲ ਹੀ ਕੱਢ ਲਓ ਤਾਂ ਡਿਫਰੈਂਸ ਕੀ ਆ ਗਿਆ ਤੁਹਾਡੇ ਸਾਹਮਣੇ ਸਿੰਪਲ ਇੰਟਰਸਟ 400 400 ਛੱਡ ਦਿਓ ਡਿਫਰੈਂਸ ਆ ਗਿਆ 20 20 20 60 ਤੇ 1 61 ਤੇ ਉਸ 61 ਯੂਨਿਟ ਦੀ ਵੈਲਿਊ ਕੁਐਸਚਨ ਚ ਦਿੱਤੀ ਹੈ 122 ਇਹਦਾ ਮਤਲਬ 1 ਯੂਨਿਟ ਦੀ ਵੈਲਿਊ 2 ਤੇ ਪ੍ਰਿੰਸੀਪਲ ਕੀ ਹੈ 8000 ਜੇ ਇੱਕ ਯੂਨਿਟ ਦੀ ਵੈਲਿਊ 2 ਹੈ ਤਾਂ 8000 ਦੀ ਵੈਲਿਊ 2 ਗੁਣਾ ਕਰਕੇ ਆਨਸਰ ਵਿਲ ਬੀ 16000 ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਆ ਜਾਊਗਾ ਸੀ অপਸ਼ਨ 16000 ਜਿਹੜੇ ਬੱਚਿਆਂ ਨੂੰ ਪ੍ਰਿੰਸੀਪਲ ਅਸਿਊਮ ਕਰਨਾ ਆਉਂਦਾ ਉਹ ਬੱਚੇ ਕਰ ਲੈਣਗੇ ਇਸ ਕੁਐਸਚਨ 'ਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਹੈਗਾ ਅੱਗੇ ਆਜੋ ਬੱਚੇ ਡਿਫਰੈਂਸ ਵਾਲਾ ਕੁਐਸਚਨ ਦੈਟ ਡਿਫਰੈਂਸ ਬੀਟਵੀਨ ਸੀਆਈ ਐਂਡ ਐਸਆਈ ਓਨ ਅ ਸਮ ਆਫ ਰੁਪੀਸ ਪ੍ਰਿੰਸੀਪਲ ਦਿੱਤਾ ਹੋਇਆ 30000 ਰੁਪਏ ਫਾਰ 2 ইয়ার্স is 147 what is the rate of interest per annum difference bhi given hai principal bhi given hai rate puchh liya usually sanu eh ditta hunda si ke bhai 2 saal de case ch rate te time ditte hoye hai time ta chalo 2 saal hai ga principal inna difference dasso jaa apa question dekhe ke difference inna principal dasso itthe bacche principal te difference dono hi given ne kende rate dasso ta rate kivein 2 saal de case ch apa ki karde bacche ਜੋ ਵੀ ਤੁਹਾਡੇ ਰੇਟ ਆਫ ਇੰਟਰਸਟ ਦੀ ਫ੍ਰੈਕਸ਼ਨ ਆ ਉਹਦਾ ਸਕੁਅਰ ਕਰ ਲੈਣੇ ਆ ਯਾਦ ਹੋਊਗਾ ਸਾਰਿਆਂ ਨੂੰ ਜੋ ਵੀ ਤੁਹਾਡੇ ਰੇਟ ਆਫ ਇੰਟਰਸਟ ਦੀ ਫ੍ਰੈਕਸ਼ਨ ਹੋਊਗੀ ਇੱਥੇ ਮੈਂ बटे 100 ਇਸ ਕਰਕੇ ਲਿਖ ਲਿਆ ਕਿਉਂਕਿ ਉੱਪਰ ਆਰ ਲਿਖਿਆ ਹੈ ਜੇ ਤੁਹਾਡਾ ਰੇਟ ਆਫ ਇੰਟਰਸਟ 20% ਹੋਊਗਾ ਤਾਂ 1/5 ਲਿਖ ਲਾਂਗੇ ਉਹਦਾ ਸਕੁਅਰ ਕਰ ਲਓ ਜੇ 16 2/3% ਹੁੰਦਾ 1/6 ਲਿਖਾਂਗੇ ਉਹਦਾ ਸਕੁਅਰ ਕਰ ਲਓ ਜੇ 15% ਹੈ 3/20 ਲਿਖਾਂਗੇ ਉਹਦਾ ਸਕੁਅਰ ਕਰ ਲਓ ਤੇ ਰੇਟ ਆਫ ਇੰਟਰਸਟ ਦੀ ਫ੍ਰੈਕਸ਼ਨ ਦਾ ਸਕੁਅਰ ਕਰਕੇ ਉਹ ਕਿਹਦੇ ਬਰਾਬਰ ਹੁੰਦਾ ਉਹ ਹੁੰਦਾ ਤੁਹਾਡਾ ਡਿਫਰੈਂਸ ਅਪੋਨ ਪ੍ਰਿੰਸੀਪਲ ਤਾਂ ਇੱਥੇ ਬੱਚੇ ਤੁਹਾਡਾ ਡਿਫਰੈਂਸ ਕੀ ਹੈ 147 ਰੁਪਏ ਅਪੋਨ ਪ੍ਰਿੰਸੀਪਲ ਕੀ ਹੈ 30000 ਰੁਪਏ ਇਹ ਕਿਹਦੇ ਬਰਾਬਰ ਹੈ ਆਰ ਅਪੋਨ 100 ਦਾ ਸਕੁਅਰ ਇਹਦੇ ਬਰਾਬਰ ਹੈ ਤਾਂ ਬੱਚੇ ਕੈਲਕੂਲੇਸ਼ਨ ਦੇਖੋ ਜੀ ਇਧਰ ਕੀ ਆ ਗਿਆ ਤਿੰਨ ਦੇ ਟੇਬਲ ਚ 49 ਇਧਰ ਕੀ ਆ ਗਿਆ ਤਿੰਨ ਦੇ ਟੇਬਲ ਚ 10000 ਤਾ ਬੱਚੇ ਜੇ r/100 ਦਾ ਸਕੁਅਰ 49/10000 ਹੈ ਯਾਨੀ ਕਿ 7/100 ਦਾ ਸਕੁਅਰ ਹੈ ਉੱਪਰ 7 ਦਾ ਸਕੁਅਰ ਹੈ 49 ਥੱਲੇ 100 ਦਾ ਸਕੁਅਰ ਹੈ 10000 ਤਾਂ r/100 7/100 ਤਾਂ r ਦੀ ਵੈਲਿਊ ਕੀ ਆ ਗਈ 7% ਪਰ ਐਨ ਤਾਂ ਇਸ ਕੁਐਸਚਨ ਦਾ ਇਹ ਤੋਂ ਸੌਖਾ ਤਰੀਕਾ ਦੱਸੋ ਕਿਹੜਾ ਹੋਊਗਾ ਆਨਸਰ ਆ ਗਿਆ 7% ਪਰ ਐਨ ਕਲੀਅਰ ਹੈ ਬੱਚੇ ਸਾਰਿਆਂ ਨੂੰ ਇਹ ਆਪਣਾ ਡਿਫਰੈਂਸ ਬਿਟਵੀਨ ਸਿੰਪਲ ਐਂਡ ਕੰਪਾਊਂਡ ਦਾ ਕੁਐਸਚਨ ਸੀ ਅੱਗੇ ਹਲੇ ਇੱਕ ਦੋ ਕੁਐਸਚਨ ਹੋਰ ਨੇ ਦੇਖੋ ਜੀ ਇਹੀ ਆ ਗਿਆ 3 ਸਾਲ ਦਾ ਕੁਐਸਚਨ ਜਦੋਂ ਸਾਨੂੰ ਸਮ ਆਫ ਰੁਪੀ 30720 ਉਹਦੇ ਤੇ ਡਿਫਰੈਂਸ ਦਿੱਤਾ ਹੈ 1500 ਰੁਪਏ 3 ਸਾਲ ਦਾ ਕੁਐਸਚਨ ਹੈ ਐਗਜ਼ਾਮੀਨਰ ਕਹਿੰਦਾ ਰੇਟ ਆਫ ਇੰਟਰਸਟ ਦੱਸੋ ਤਾਂ ਬੱਚੇ 2 ਸਾਲ ਦੇ ਕੇਸ 'ਚ ਤਾਂ ਸਾਡੇ ਕੋਲ ਉਹ ਤਰੀਕਾ ਸੀਗਾ ਸ਼ਾਰਟਕਟ ਸੀਗਾ r/100 ਦਾ ਹੋਲ ਸਕੁਅਰ ਉਹ ਡਿਫਰੈਂਸ ਓਵਰ ਪ੍ਰਿੰਸੀਪਲ ਹੈ ਡਿਫਰੈਂਸ 기ਵਨ ਹੈ ਪ੍ਰਿੰਸੀਪਲ 기ਵਨ ਹੈ ਉਹਦੀ ਥਾਂ ਤੇ ਆਰਪਨ 100 ਪਤਾ ਲੱਗਿਆ ਤਾਂ ਆਰ ਆ ਗਿਆ 7% ਉਹ ਤਾਂ 2 ਸਾਲ ਦੇ ਕੇਸ 'ਚ ਹੋ ਗਿਆ 3 ਸਾਲ ਦੇ ਕੇਸ 'ਚ ਆਪਾਂ ਇੰਟਰਸਟ ਕਿਵੇਂ ਕੱਢਿਆ ਸੀ ਜਿਹੜਾ ਡਿਫਰੈਂਸ ਕਿਵੇਂ ਕੱਢਿਆ ਸੀਗਾ ਜਿਵੇਂ ਇੰਟਰਸਟ ਕੱਢਦੇ ਆ ਓਮੇ ਇੰਟਰਸਟ ਕੱਢ ਕੇ ਉਹ ਚੋ ਡਿਫਰੈਂਸ ਪਿਕ ਕਰਦੇ ਆ 3 ਸਾਲ ਦੇ ਕੇਸ 'ਚ ਇਹੀ ਸਿੱਖਿਆ ਸੀਗਾ ਚਾਹੇ ਡਿਫਰੈਂਸ 기ਵਨ ਹੈ ਪ੍ਰਿੰਸੀਪਲ ਕੱਢਣਾ ਉਹਦਾ ਪ੍ਰਿੰਸੀਪਲ ਅਸਿਊਮ ਕਰ ਲਿਆ ਸੀ ਜਿਹੜਾ ਆਪਾਂ ਦੋ ਕੁਐਸਚਨ ਪਹਿਲਾਂ ਕੁਐਸਚਨ ਕੀਤਾ ਪ੍ਰਿੰਸੀਪਲ ਅਸਿਊਮ ਕਰ ਲਿਆ ਉਹਦੇ ਨਾਲ ਇੰਟਰਸਟ ਕੱਢ ਲੈਣਾ ਫਿਰ ਇਕੁਏਟ ਕਰ ਲਿਆ ਤਾਂ ਪ੍ਰਿੰਸੀਪਲ ਨਿਕਲ ਗਿਆ 3 ਸਾਲ ਦੇ ਕੇਸ ਦੇਵ ਆਪਣਾ ਪ੍ਰਿੰਸੀਪਲ ਪ੍ਰਿੰਸੀਪਲ गिवन ਹੈ 30720 ਦੇ ਤੇ 3 ਸਾਲ ਦਾ ਡਿਫਰੈਂਸ ਆ ਗਿਆ 1500 ਰੇਟ ਦੱਸੋ ਤਾਂ ਬੱਚੇ ਇਸ ਕੁਐਸਚਨ ਦਾ ਸਭ ਤੋਂ ਸ਼ਾਰਟਕਟ ਦੱਸਦਾ ਸਭ ਤੋਂ ਚੰਗਾ ਸ਼ਾਰਟਕਟ ਦੋ ਸ਼ਾਰਟਕਟ ਦੱਸੂਗਾ ਜਿਹਦੇ ਵਿੱਚੋਂ ਤੁਸੀਂ ਵਿਥਿਨ 3 ਟੂ 4 ਸੈਕੰਡਸ 3 ਤੋਂ 4 ਸਕਿੰਟ ਵੱਧ ਤੋਂ ਵੱਧ 5 ਸਕਿੰਟ ਅਨਸਰ ਮਾਰਕ ਕਰ ਸਕਦੇ ਹੋ ਬੱਚੇ ਪ੍ਰਿੰਸੀਪਲ ਕਿੰਨਾ ਹੈ ਪ੍ਰਿੰਸੀਪਲ ਹੈ 30720 ਰੁਪਏ 30720 ਰੁਪਏ ਦੇ ਉੱਤੇ ਕਿੰਨਾ ਇੰਟਰਸਟ ਡਿਫਰੈਂਸ ਆਇਆ 1500 ਜਿਹੜਾ 1500 ਡਿਫਰੈਂਸ ਆਇਆ ਕਰੀਬ ਕਰੀਬ ਕਿੰਨੇ ਕ ਪਰਸੈਂਟ ਬਣਦਾ ਬੱਚੇ ਕਰੀਬ ਕਰੀਬ ਬਣਦਾ ਇਹ 30720 ਪ੍ਰਿੰਸੀਪਲ ਆਪਣੇ ਆਪ ਤੇ 100% ਤਾਂ 10% ਦੀ ਵੈਲਿਊ 3072 10% ਕੀ ਹੈ 3072 ਉਹ ਕੀ ਹੈ 1500 ਉਹਦੇ ਅੱਧ ਦੇ ਨੇੜੇ ਤਾਂ ਜੇ 10% 3000 ਕੁਸ਼ ਤਾਂ 5% 1500 ਕੁਸ਼ ਹੋ ਗਿਆ 1536 ਹੋ ਗਿਆ ਤਾਂ ਬੱਚੇ 5% ਦੀ ਵੈਲਿਊ ਕੀ ਹੈ 1536 ਤਾਂ ਇਹਦਾ ਮਤਲਬ ਸਾਡਾ ਡਿਫਰੈਂਸ ਕੀ ਹੈ ਸਾਡਾ ਡਿਫਰੈਂਸ ਆਲਮੋਸਟ 5% ਦੇ ਨੇੜੇ ਤੇੜੇ 5% ਤੋਂ ਥੋੜਾ ਜਿਹਾ ਘੱਟ ਹੈ ਤਾਂ ਸਾਡਾ ਡਿਫਰੈਂਸ ਕਰੀਬ-ਕਰੀਬ 5% ਹੈ ਜੇ ਕਿਸੇ ਬੱਚੇ ਨੂੰ ਪਤਾ ਹੈ ਕਿ ਇਹ じゃ ਕਿਹੜਾ ਰੇਟ ਆਫ ਇੰਟਰਸਟ ਹੁੰਦਾ ਹੈ ਜੀ ਦਾ 3 ਸਾਲ ਦਾ ਡਿਫਰੈਂਸ ਕਰੀਬ-ਕਰੀਬ 5% ਦੇ ਥੋੜਾ ਜਿਹਾ ਥੱਲੇ ਹੋਊਗਾ ਉਹ ਸਾਡਾ ਆਨਸਰ ਹੈ ਤਾਂ ਦੇਖੋ ਬੱਚੇ ਆਪਾਂ 10% ਰੇਟ ਆਫ ਇੰਟਰਸਟ ਦੀ ਗੱਲ ਕਰਦੇ ਆ 3 ਸਾਲ ਦਾ ਸਿੰਪਲ ਕਿੰਨਾ ਹੋਜੂ 30% ਕੰਪਾਊਂਡ ਕਿੰਨਾ ਹੋਜੂ 33.1% ਤਾਂ ਡਿਫਰੈਂਸ ਕਿੰਨਾ ਆ ਗਿਆ 10.1 ਦਾ 10% ਦੇ ਕੇਸ ਚ ਕਲੀਅਰ ਹੈ ਨਾ ਸਾਰਿਆਂ ਨੂੰ ਕਿ ਸਿੰਪਲ ਤਾਂ 30 ਹੋਊਗਾ ਕੰਪਾਊਂਡ 33.1 ਉਸੇ ਤਰ੍ਹਾਂ 20% ਜੇ 20% ਦਾ 3 ਸਾਲ ਦਾ ਸਿੰਪਲ 60 ਬਣਦਾ ਤੇ ਕੰਪਾਊਂਡ 72.8 ਬਣਦਾ ਤਾਂ ਡਿਫਰੈਂਸ 12.8 ਬਣ ਗਿਆ 15% 15% ਜੇ ਕਿਸੇ ਨੂੰ ਯਾਦ ਹੈ ਕਿ ਸਿੰਪਲ ਸਾਡਾ 15 ਤੇ 45 ਬਣ ਜਾਊਗਾ ਤੇ ਕੰਪਾਊਂਡ ਸਾਡਾ ਮੈਂ ਕਲਾਸ 'ਚ ਵੀ ਦੱਸਿਆ ਸੀ ਕਿ 52.08 ਸਮਥਿੰਗ ਬਣ ਜਾਊਗਾ ਤਾਂ ਡਿਫਰੈਂਸ ਕੀ ਆ ਗਿਆ ਕਰੀਬ-ਕਰੀਬ 7% 7. ਸਮਥਿੰਗ ਤਾਂ 15% ਰੇਟ ਵੇਲੇ ਸਾਡਾ ਸਿੰਪਲ 45 ਕੰਪਾਊਂਡ 52.8 ਤਾਂ ਡਿਫਰੈਂਸ 7 ਦੇ ਕਰੀਬ ਹੈ ਪਰ ਅਸਲ 'ਚ ਤਾਂ ਸਾਡਾ ਡਿਫਰੈਂਸ 5 ਦੇ ਕਰੀਬ ਆਉਣਾ ਚਾਹੀਦਾ ਤਾਂ ਇਹਦਾ ਮਤਲਬ ਸਾਡਾ ਰੇਟ ਆਫ ਇੰਟਰਸਟ 15 ਤੋਂ ਘੱਟ ਹੋਊਗਾ 10 ਤੋਂ ਜ਼ਿਆਦਾ ਹੋਊਗਾ 10 ਵੇਲੇ ਤਾਂ 3.1 ਦਾ ਡਿਫਰੈਂਸ ਹੈ 10 ਤੋਂ ਜ਼ਿਆਦਾ ਹੋਊਗਾ 15 ਤੋਂ ਘੱਟ ਹੋਊਗਾ ਤਾਂ ਬੱਚੇ ਕਿਹੜਾ ਆਪਸ਼ਨ ਹੈ ਜਿਹੜਾ 10 ਤੋਂ ਜ਼ਿਆਦਾ 15 ਤੋਂ ਘੱਟ ਹੈ ਬਾਕੀ ਤਿੰਨੇ ਹੀ ਨਹੀਂ ਹੈਗੇ ਤਾਂ ਇੱਕ ਤਾਂ ਤਰੀਕਾ ਹੈਗਾ ਕਿ ਅਸੀਂ ਪੇਪਰ ਦੇ ਵਿੱਚ ਆਨਸਰ ਬਹੁਤ ਈਜ਼ੀਲੀ ਮਾਰਕ ਕਰ ਸਕਦੇ ਹਾਂ ਇਹ ਦੇ ਨਾਲ ਹੋਰ ਤਰੀਕਾ ਕੀ ਹੈ ਇੱਕ ਹੋਰ ਤਰੀਕਾ ਜਾਂ ਇਹੀ ਤਰੀਕਾ ਪਰ ਫਿਰ ਵੀ ਕਨਫਰਮ ਕਰ ਲੀਕਾ ਯਾਰ ਸਹੀ ਹੈ ਬੱਚੇ ਸਾਡਾ ਪ੍ਰਿੰਸੀਪਲ ਕਿੰਨਾ 30720 ਪ੍ਰਿੰਸੀਪਲ ਮੈਂ ਮਾਰਕਰ ਦਾ ਕਲਰ ਚੇਂਜ ਕਰ ਲਾ ਪ੍ਰਿੰਸੀਪਲ ਕਿੰਨਾ 30720 ਰੁਪਏ ਅਸੀਂ ਜਦੋਂ ਡਿਫਰੈਂਸ ਕੱਢਣਾ ਹੈ ਤਾਂ ਕਿਵੇਂ ਕੱਢਾਂਗੇ 3 ਸਾਲ ਦੇ ਕੇਸ ਤੇ ਡਿਫਰੈਂਸ A A A ਇੱਥੇ B ਇੱਥੇ B B ਇੱਥੇ C ਤਾਂ ਬੱਚੇ ਆਹੀ ਹੈ ਨਾ ਸਾਡਾ ਡਿਫਰੈਂਸ ਆ ਸਾਡਾ ਡਿਫਰੈਂਸ ਹੈ ਹੁਣ ਆ ਸਾਡਾ ਡਿਫਰੈਂਸ 1500 ਰੁਪਏ ਬਣਨਾ ਚਾਹੀਦਾ ਇਹ ਕੋਈ ਵੈਲਿਊ ਡੈਸੀਮਲ ਚ ਨਹੀਂ ਆਈ ਇਹ ਪੂਰੇ ਦਾ ਪੂਰਾ ਨੰਬਰ 1500 ਆ ਗਿਆ ਤਾਂ ਸਾਡਾ ਡਿਫਰੈਂਸ ਪੂਰੇ ਦਾ ਪੂਰਾ 1500 ਕਦੋਂ ਬਣੂਗਾ ਜਦੋਂ ਇਹ ਸਾਰੇ ਹੋਲ ਨੰਬਰ ਚ ਵੈਲਿਊਜ਼ ਆਉਣਗੀਆਂ ਪਰ ਹੋਲ ਨੰਬਰ ਚ ਬੀ ਜਾਂ ਸੀ ਹੋਲ ਨੰਬਰ ਚ ਤਾਂ ਉਦੋਂ ਆਊਗਾ ਨਾ ਜਦੋਂ ਸਾਡਾ ਪ੍ਰਿੰਸੀਪਲ ਕੁਝ ਇਹ ਜਿਹਾ ਹੋਵੇ ਜਿਹਦੇ ਤੇ ਰੇਟ ਆਫ ਇੰਟਰਸਟ ਲਾਈਏ ਤਾਂ ਏ ਹੋਲ ਨੰਬਰ ਚ ਆ ਜਾਏ ਏ ਦੇ ਉੱਤੇ ਰੇਟ ਆਫ ਇੰਟਰਸਟ ਲਾਈਏ ਬੀ ਹੋਲ ਨੰਬਰ ਚ ਆ ਜਾਏ ਬੀ ਦੇ ਉੱਤੇ ਰੇਟ ਆਫ ਇੰਟਰਸਟ ਲਾਈਏ ਸੀ ਵੀ ਤਾਂ ਇਹ じゃ ਕਿਹੜਾ ਰੇਟ ਆਫ ਇੰਟਰਸਟ ਹੈ ਫ੍ਰੈਕਸ਼ਨ ਦੇ ਵਿੱਚ ਦੇਖਾਂਗੇ ਜਿਹੜਾ 30720 ਨੂੰ ਡਿਵਾਈਡ ਕਰਦਾ ਜਾਊਗਾ ਤਾਂ ਬੱਚੇ 12.5% ਦੀ ਫ੍ਰੈਕਸ਼ਨ ਹੁੰਦੀ ਹੈ 1/8 15 2/3 ਕੱਢ ਕੇ ਮਾਰੋ ਕੁਝ ਨਹੀਂ ਲੱਗਦਾ ਸਾਡਾ 18 2/3 ਵੀ ਕੁਝ ਨਹੀਂ ਲੱਗਦਾ 20% ਹੁੰਦਾ 1/5 ਜੇ 1/5 ਲਾਵਾਂਗੇ 30720 ਇੱਕ ਵਾਰੀ ਤਾਂ 1/5 ਹੋ ਜਾਊਗਾ ਪਰ ਇਹ ਤੋਂ ਬਾਅਦ ਨਹੀਂ ਨਾ 1/5 ਹੋਣਾ ਕਿਉਂਕਿ ਦੂਜੀ ਵਾਰ ਨਹੀਂ ਹੋਣਾ ਤਾਂ ਡੈਸੀਮਲ 'ਚ ਜਾਊਗਾ b ਤੋਂ c ਵੀ ਡੈਸੀਮਲ 'ਚ ਜਾਊਗਾ ਸੋ ਉੱਥੇ ਮਸਲਾ ਖੜਾ ਹੋ ਜਾਊਗਾ 15 2/3 18 2/3 ਵੀ ਡੈਸੀਮਲ 'ਚ ਜਾਣਗੇ ਤਾਂ ਕੱਲਾ 12.5% ਹੈ ਨਾ ਜਿਹਦੀ ਫ੍ਰੈਕਸ਼ਨ 1/8 ਹੈ ਕਿ 30720 ਹੈ ਜਿਹੜਾ 8 ਤੇ ਡਿਵਾਈਡ ਹੁੰਦਾ ਫਿਰ ਇੱਕ ਵਾਰੀ ਹੋਰ 8 ਤੇ ਡਿਵਾਈਡ ਹੁੰਦਾ ਫਿਰ ਇੱਕ ਵਾਰੀ ਹੋਰ 8 ਤੇ ਡਿਵਾਈਡ ਹੁੰਦਾ ਇਹ 8 ਤੇ ਡਿਵਾਈਡ ਹੁੰਦਾ ਤਾਂ ਸਿਰਫ ਇਹੀ ਆਨਸਰ ਹੈ ਜਿਹੜਾ ਡਿਵਾਈਡ ਕਰਦਾ ਜਾਊਗਾ ਤੇ ਸਾਡਾ ਜਿਹੜਾ ਡਿਫਰੈਂਸ ਹੈ ਉਹ ਹੋਲ ਨੰਬਰ ਦੇ ਵਿੱਚ ਆ ਜਾਊਗਾ ਤਾਂ ਇਸ ਕੁਐਸਚਨ ਦੇ ਵਿੱਚ ਅਸੀਂ ਸੋਲਵ ਕੁਝ ਨਹੀਂ ਕਰਨਾ ਸਿਰਫ ਦਿਮਾਗ ਲਾਉਣਾ ਹੈ ਉਹ ਦਿਮਾਗ ਕਿਵੇਂ ਲਾਉਣਾ ਮੈਂ ਮਾੜਾ ਜਿਹਾ ਉਹ ਲਿਖ ਕੇ ਦੱਸਿਆਗਾ ਤਾਂ ਇਹ ਕੁਐਸਚਨ ਚ ਕੱਢਣ ਪਾਉਣ ਨੂੰ ਬੱਚੇ ਕੁਝ ਨਹੀਂ ਜੇ ਸਾਡਾ ਮਾਈਂਡ ਸ਼ਾਰਪ ਹੈ ਤਾਂ ਇਹ ਕੁਐਸਚਨ ਅਸੀਂ ਮੈਂ ਪਹਿਲਾਂ ਹੀ ਕਿਹਾ ਸੀ 3 ਤੋਂ 4 ਸੈਕਿੰਡ ਲਵਾਂਗੇ ਜੇ ਸਾਡਾ ਦਿਮਾਗ ਕੰਮ ਕਰ ਗਿਆ ਆਨਸਰ ਮਾਰਕ ਕਰਾਂਗੇ ਕਿਤੇ ਚਾਕਣ ਦੀ ਲੋੜ ਨਹੀਂ ਪੈਣੀ ਅਗਲੇ ਕੁਐਸਚਨ ਤੇ ਆਜੋ ਬੱਚੇ ਅਗਲਾ ਕੁਐਸਚਨ ਕੀ ਹੈ ਰੇਸ਼ਿਓ ਦਿੱਤੀ ਹੋਈ ਆ ਕਾਦੀ ਦ ਡਿਫਰੈਂਸ ਬੀਟਵੀਨ ਸੀਆਈ ਐਂਡ ਐਸਆਈ ਓਨ ਅ ਸਮ ਫੋਰ 3 ইয়ারਸ ਐਂਡ 2 ইয়ার্স ইজ 25:28 ਬੱਚੇ ਇਹਦੇ ਨਾਲ ਦਾ ਬਿਲਕੁਲ ਮਿਲਦਾ ਜੁਲਦਾ ਕੁਐਸਚਨ SSC ਦੇ ਪੇਪਰ ਚ ਆਇਆ ਹੋਇਆ ਮੈਂ ਬਸ ਉਹਦੀ ਸਟੇਟਮੈਂਟ ਆ ਰੇਸ਼ਿਓ ਬਦਲ ਕੇ ਲੈ ਕੇ ਆਇਆ ਸੇਮ ਕੁਐਸਚਨ SSC ਦੇ ਪੇਪਰ ਦੇ ਵਿੱਚ ਆਇਆ ਸੀਗਾ ਸਟੇਟਮੈਂਟ ਚ ਕੀ 기ਵਨ ਹੈ ਰੇਸ਼ਿਓ ਦਿੱਤੀ ਹੈ ਕਾਦੀ CI ਤੇ SI ਦੇ 3 ਸਾਲ ਦੇ ਡਿਫਰੈਂਸ ਦੀ ਤੇ 2 ਸਾਲ ਦੇ ਡਿਫਰੈਂਸ ਦੀ 25:28 ਐਗਜ਼ਾਮੀਨਰ ਕਹਿੰਦਾ ਰੇਟ ਆਫ ਇੰਟਰਸਟ ਦੱਸੋ ਬੱਚੇ ਬਹੁਤ ਸੌਖਾ ਕੁਐਸਚਨ ਹੈ 3 ਸਾਲ ਦਾ ਡਿਫਰੈਂਸ 25 ਰੁਪਏ 2 ਸਾਲ ਦਾ ਡਿਫਰੈਂਸ 8 ਰੁਪਏ ਇੰਨੀ ਗੱਲ ਕਲੀਅਰ ਹੋ ਗਈ ਬੱਚੇ ਜਿਹੜਾ 2 ਸਾਲ ਦਾ ਡਿਫਰੈਂਸ ਹੁੰਦਾ ਉਹ ਕੀ ਹੁੰਦਾ 2 ਸਾਲ ਦਾ ਡਿਫਰੈਂਸ ਤਾਂ ਹੁੰਦਾ ਆਹਾ ਇਹਦਾ ਮਤਲਬ b ਦੀ ਵੈਲਿਊ ਕੀ ਹੈ 8 ਰੁਪਏ 3 ਸਾਲ ਦਾ ਡਿਫਰੈਂਸ ਕੀ ਹੁੰਦਾ ਇਹ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਜਿਹੜਾ ਮੈਂ ਬਣਾਈ ਜਾਨਾ 3 ਸਾਲ ਦਾ ਡਿਫਰੈਂਸ ਹੁੰਦਾ ਆਹਾ ਤਾਂ ਬੱਚੇ ਜੇ b ਦੀ ਵੈਲਿਊ ਤੁਹਾਡੀ 8 ਰੁਪਏ ਹੈ ਜਿਹੜਾ ਕੁਸ਼ਚਨ ਦੇਖ ਰਹੇ ਆ ਆਪਾਂ ਤਾਂ 3 ਸਾਲ ਦੇ ਕੇਸ 'ਚ ਵੀ ਤਾਂ ਉਹਦੀ ਵੈਲਿਊ 8 ਰੁਪਏ ਹੀ ਹੋਊਗੀ ਇੱਥੇ 8 ਇੱਥੇ 8 8 3 ਸਾਲ ਦਾ ਕੁੱਲ ਡਿਫਰੈਂਸ 25 ਰੁਪਏ ਹੈ ਜਿਹਦੇ ਵਿੱਚੋਂ 8 8 8 24 ਰੁਪਏ ਤਾਂ ਆ ਚੁੱਕਿਆ ਇਹਦਾ ਮਤਲਬ c ਦੀ ਵੈਲਿਊ ਕੀ ਹੋਊਗੀ 25 ਬਣਾਉਣ ਦੇ ਲਈ 1 ਰੁਪਿਆ ਵੈਲਿਊ ਹੋਊਗੀ ਤਾਂ ਬੱਚੇ ਸਾਡਾ ਰੇਟ ਆਫ ਇੰਟਰਸਟ ਕੀ ਹੈ ਰੇਟ ਆਫ ਇੰਟਰਸਟ ਹੈ 1 ਰੁਪਏ ਦਾ ਇੰਟਰਸਟ 8 ਦੇ ਉੱਤੇ ਤਾਂ 1 ਰੁਪਏ ਦਾ ਇੰਟਰਸਟ 8 ਦੇ ਉੱਤੇ ਕਿੰਨਾ ਹੁੰਦਾ 1/8 1/8 ਦੀ ਪਰਸੈਂਟ ਵੈਲਿਊ 12.5% ਪਰਨਮ ਤਾਂ ਇਹ ਕੁਐਸਚਨ ਇੰਨਾ ਸੁੱਖਾ ਹੈ 12.5% ਪਰਨਮ SSC ਦੇ ਪੇਪਰ ਚ ਆਇਆ ਹੋਇਆ ਕੁਐਸਚਨ ਹੈ ਉੱਥੇ ਬਸ 25:8 ਦੀ ਜਗ੍ਹਾ ਕੁਝ ਹੋਰ ਵੈਲਿਊ ਸੀਗੀ ਬਹੁਤ ਸੌਖਾ ਕੁਐਸਚਨ ਹੈ ਰੇਸ਼ਿਓ ਦਿੱਤੀ ਹੋਈ ਹੈ ਕਹਿੰਦੇ 3 ਸਾਲ ਦਾ ਡਿਫਰੈਂਸ ਸਿੰਪਲ ਤੇ ਕੰਪਾਊਂਡ ਦਾ 3 ਸਾਲ ਦਾ ਡਿਫਰੈਂਸ ਤੇ 2 ਸਾਲ ਦਾ ਡਿਫਰੈਂਸ 25 ਰੇਸ਼ੋ 8 ਚ ਨੇ ਇਹਦਾ ਮਤਲਬ 3 ਸਾਲ ਦਾ ਡਿਫਰੈਂਸ ਅਸੀਂ 25 ਰੁਪਏ ਕਹਿ ਦਿੰਨੇ ਆ 2 ਸਾਲ ਦਾ 8 ਰੁਪਏ ਕਹਿ ਦਿੰਨੇ 2 ਸਾਲ ਦਾ ਡਿਫਰੈਂਸ ਤਾਂ ਕਲੀਅਰ ਹੈ ਕਿ B ਦੀ ਵੈਲਿਊ 8 ਰੁਪਏ ਆ ਗਈ 3 ਸਾਲ ਦੇ ਕੇਸ ਚ ਜੇ B ਦੀ ਵੈਲਿਊ 8 ਹੈ ਤਾਂ ਇੱਥੇ 8 60 ਕੁੱਲ 25 ਰੁਪਏ ਦਾ ਡਿਫਰੈਂਸ ਹੈ ਤਾਂ 8 8 8 24 ਹੋ ਗਿਆ 25 ਦੇ ਲਈ 1 ਰੁਪਿਆ ਹੋਰ ਚਾਹੀਦਾ ਤਾਂ C ਦੀ ਵੈਲਿਊ 1 ਰੁਪਿਆ ਤੇ C ਕੀ ਹੁੰਦਾ B ਦੇ ਉੱਤੇ ਇੰਟਰਸਟ ਲੱਗਦਾ ਤਾਂ ਰੇਟ ਆਫ ਇੰਟਰਸਟ ਕੀ ਹੈ 8 ਰੁਪਏ ਦੇ ਉੱਤੇ 1 ਰੁਪਏ ਦਾ ਇੰਟਰਸਟ ਤਾਂ 1/8 1.5% ਇੰਨਾ ਸੌਖਾ ਕੁਐਸਚਨ ਹੈ ਬੱਚੇ ਅਗਲੇ ਕੁਐਸਚਨ ਤੇ ਆਜੋ ਜੀ ਅਗਲਾ ਕੁਐਸਚਨ ਕੀ ਹੈ ਆਪਣਾ on a certain sum the difference between ci and si for the second year ਬੱਚੇ 2 years ਨਹੀਂ ਹੈਗਾ ਪਿਛਲੇ ਕੁਐਸਚਨ ਦੇ ਵਿੱਚ 3 years and 2 years ਹੈ ਇੱਥੇ ਸੈਕੰਡ ਇਅਰ ਹੈ ਕੱਲਾ ਇਜ਼ 3600 ਰੁਪਏ ਐਂਡ ਦਾ ਸੇਮ ਫੋਰ ਦਾ 3rd ਇਅਰ ਕੱਲਾ 3rd ਇਅਰ ਇਜ਼ 7740 ਉਹ ਕਹਿੰਦੇ ਫਾਈਂਡ ਦਾ ਸਮ ਪ੍ਰਿੰਸੀਪਲ ਦੱਸੋ ਕੀ ਹੈ ਅਸਿਊਮਿੰਗ ਦੈਟ ਇਨ ਕੇਸ ਆਫ ਕੰਪਾਊਂਡ ਇੰਟਰਸਟ ਕੰਪਾਊਂਡਿੰਗ ਇਜ਼ ਡਨ ਐਨੂਅਲੀ ਕੰਪਾਊਂਡ ਇੰਟਰਸਟ ਐਨੂਅਲ ਬੇਸਿਸ ਤੇ ਤਾਂ ਬੱਚੇ ਦੂਜੇ ਸਾਲ ਦਾ ਇੰਟਰਸਟ ਦਾ ਦੂਜੇ ਸਾਲ ਦਾ ਡਿਫਰੈਂਸ ਕੀ ਹੈ 3600 ਰੁਪਏ ਤਾਂ ਪਹਿਲੇ ਸਾਲ ਤਾਂ ਜਿਹੜਾ A ਰੁਪਏ ਲੱਗਦਾ ਲੱਗੀ ਜਾਵੇ ਉਹ 3600 ਰੁਪਏ ਡਿਫਰੈਂਸ ਹੈ ਤਾਂ ਇੱਥੇ B ਦੀ ਵੈਲਿਊ 3600 ਭਰ ਦਾਂਗੇ ਸੈਕਿੰਡ ইয়ার ਦਾ ਡਿਫਰੈਂਸ 3600 ਤੇ ਉਹ ਕਹਿੰਦੇ 3rd ইয়ার ਦਾ ਡਿਫਰੈਂਸ 7740 ਹੈ ਤਾਂ ਬੱਚੇ 3rd ইয়ার ਮੈਂ ਇਹਦੇ ਨਾਲ ਇੱਥੇ ਲੇਉਣ ਇੱਥੇ ਜੇ 3600 ਹੈ ਤਾਂ ਇੱਥੇ 36 36 ਦੋ ਵਾਰੀ ਆ ਜਾਊਗਾ ਤਾਂ ਆਹ ਬੱਚੇ 7740 ਕੀ ਹੈ ਕੱਲੇ 3rd ইয়ার ਦਾ ਡਿਫਰੈਂਸ ਤਿੰਨ ਸਾਲਾਂ ਦਾ ਡਿਫਰੈਂਸ ਨਹੀਂ ਹੈਗਾ ਵੀ ਆ ਵੀ ਜੋੜ ਲੀਏ ਕੱਲੇ 3rd ইয়ার ਦਾ ਡਿਫਰੈਂਸ ਹੈ ਤਾਂ ਇਹਦੀ ਵੈਲਿਊ 7740 ਹੈ ਜੀਦੇ ਵਿੱਚ 2b ਲਿਖਤੇ ਹਲੇ c ਲਿਖਣਾ ਤਾਂ 36 ਤੇ 36 7200 ਹੋ ਗਿਆ ਬੱਚੇ 7740 ਦੇ ਵਿੱਚੋਂ 7200 ਮਾਈਨਸ ਕਰੋ 540 ਰੁਪਏ ਆ ਗਿਆ ਤਾਂ ਇਹ 540 ਰੁਪਏ c ਦੀ ਵੈਲਿਊ ਆ ਗਈ c ਦੀ ਵੈਲਿਊ ਜਿਹੜੀ 540 ਰੁਪਿਆ ਆ ਗਈ ਉਹ ਕੀ ਹੈ 3600 ਰੁਪਏ ਦੇ ਉੱਤੇ 540 3600 ਦੇ ਉੱਤੇ 540 ਹੈ ਤਾਂ ਆਪਾਂ ਪ੍ਰਿੰਸੀਪਲ ਫਾਈਂਡ ਕਰਨਾ ਬੱਚੇ ਇੱਥੇ ਰੇਟ ਆਫ ਇੰਟਰਸਟ ਨਹੀਂ ਫਾਈਂਡ ਕਰਨਾ ਜੇ ਤਾਂ ਰੇਟ ਆਫ ਇੰਟਰਸਟ ਫਾਈਂਡ ਕਰਨਾ ਹੁੰਦਾ ਫੇਰ ਤਾਂ 540 3600 100 ਕਰ ਦਿੰਦੇ ਆਪਣਾ 15% ਆ ਜਾਂਦਾ ਪਰ ਇੱਥੇ ਆਪਾਂ ਕੀ ਕਰਨਾ ਹੈਗਾ 3600 ਦੇ ਉੱਤੇ ਜਿਹੜਾ 540 ਇੰਟਰਸਟ ਲੱਗ ਰਿਹਾ ਉਹ ਕਿਵੇਂ ਲੱਗ ਰਿਹਾ 540 3600 540 3600 ਕੀ ਹੈ ਬੱਚੇ 180 ਦੇ ਟੇਬਲ 'ਚ ਉੱਪਰ 3 ਥੱਲੇ 20 ਤਾਂ 3, 3, 3, 3 20 ਹੋ ਰਿਹਾ ਜੇ ਅਸੀਂ ਇੰਟਰਸਟ ਕੱਢ ਰਹੇ ਤਾਂ ਇੱਥੋਂ 3 20 ਇੱਥੋਂ 3 20 ਇੱਥੋਂ 3 20 ਪਰ ਜੇ ਪੁੱਠਾ ਜਾਣਾ ਤਾਂ 20 3 20 3 ਤਾਂ ਇੱਕ ਵਾਰੀ 20 3 ਇੱਕ ਵਾਰੀ ਹੋਰ 20/3 ਕਰਕੇ ਪ੍ਰਿੰਸੀਪਲ ਆਜੂ ਤਾਂ ਪ੍ਰਿੰਸੀਪਲ ਕਿ ਆਜੂ 3600 ਦਾ ਦੋ ਵਾਰੀ 20/3 ਕਰ ਦੋ ਤਾਂ 3 3 9 ਹੁੰਦਾ 9 ਦੇ ਟੇਬਲ ਚ ਕੱਟਿਆ 400 ਤਾਂ 400 ਆ ਵੀ 20 2 400 ਹੈ ਤਾਂ 400 400 ਹੋ ਗਿਆ 1 ਲੱਖ 60000 ਬੱਚੇ ਇਸ ਕੁਐਸਚਨ ਚ ਤੁਸੀਂ ਪ੍ਰਿੰਸੀਪਲ ਫਾਈਂਡ ਕਰਨਾ ਸੀ ਤਾਂ 160000 ਰੇਟ ਆਫ ਇੰਟਰਸਟ ਫਾਈਂਡ ਕਰਨਾ ਹੁੰਦਾ ਤਾਂ 3/20 15% ਆ ਗਿਆ ਸੀ ਪ੍ਰਿੰਸੀਪਲ ਫਾਈਂਡ ਕਰਨਾ ਤਾਂ ਪੁੱਠਾ ਚੱਲੋ 20/3 ਲੈ ਕੇ ਪ੍ਰਿੰਸੀਪਲ ਤੇ ਪਹੁੰਚ ਜਾਓ ਕਿੰਨਾ ਆ ਗਿਆ ਸੀ 1,60,000 ਇਹਦੀ ਵੈਲਿਊ ਆ ਜੂਗੀ ਬੱਚੇ ਤੁਹਾਡੀ 1 ਲੱਖ 60,000 ਇਹ ਬੱਚੇ ਤੁਹਾਡਾ ਇਸ ਕੁਐਸਚਨ ਦਾ ਆਨਸਰ ਹੈ ਅਗਲਾ ਕੁਐਸਚਨ ਦੇਖੋ ਵਟ ਇਜ਼ ਦਾ ਡਿਫਰੈਂਸ ਬੀਟਵੀਨ ਦਾ ਕੰਪਾਊਂਡ ਇੰਟਰਸਟ ਕਾ ਦਾ ਡਿਫਰੈਂਸ ਕੰਪਾਊਂਡ ਇੰਟਰਸਟ ਵੈਨ ਇੰਟਰਸਟ ਇਜ਼ ਕੰਪਾਊਂਡਡ 5 ਮੰਥਲੀ ਬੱਚੇ ਇਹ ਮੇਰੇ ਖਿਆਲ ਚ ਸਿਵਲਸ ਦੇ ਪੇਪਰ ਚ ਪਤਾ ਨਹੀਂ ਕਿਸੇ ਪੇਪਰ ਚ ਪਿੱਛੇ ਜੇ ਕੁਐਸਚਨ ਆਇਆ ਸੀਗਾ ਮਤਲਬ ਇੱਥੇ ਇੱਕ ਸਟੂਡੈਂਟ ਮੈਨੂੰ ਮਿਲੇ ਸੀਗਾ ਉਹ ਸਟੂਡੈਂਟ ਨੇ ਮੇਰੇ ਤੋਂ ਡਾਊਟ ਲਿਆ ਸੀਗਾ ਤਾਂ ਇਹ ਕਿਸੇ ਸਟੂਡੈਂਟ ਦਾ ਇੱਥੇ ਫਿਜ਼ੀਕਲੀ ਡਾਊਟਸ ਸੀਗਾ ਸਿਵਲਸ ਦੀ ਤਿਆਰੀ ਕਰਦੇ ਨੇ ਤਾਂ ਜਾਂ ਤਾਂ ਕੋਈ ਮੌਕ ਟੈਸਟ ਦੇ ਰਹੇ ਸੀ ਜਾਂ ਕਿਸੇ ਪੇਪਰ ਚ ਆਇਆ ਹੋਇਆ ਕੁਐਸਚਨ ਹੈ ਉਹ ਕਹਿੰਦੇ ਡਿਫਰੈਂਸ ਦੱਸੋ ਕਾ ਦਾ ਵੈਨ ਇੰਟਰਸਟ ਇਜ਼ ਕੰਪਾਊਂਡਡ 5 ਮੰਥਲੀ ਬੱਚੇ ਤੁਸੀਂ ਹਾਫ ਇਅਰਲੀ ਪੜਿਆ ਹਾਫ ਇਅਰਲੀ ਦਾ ਮਤਲਬ 6 ਮੰਥਲੀ ਤੁਸੀਂ ਕੁਆਟਰਲੀ ਪੜਿਆ ਯਾਨੀ ਕਿ 3 ਮੰਥਲੀ ਆ ਨਵੀਂ ਚੀਜ਼ ਆ ਗਈ 5 ਮੰਥਲੀ ਇਹਦਾ ਡਿਫਰੈਂਸ ਦੱਸਣਾ ਕਿਹਦੇ ਨਾਲ ਸਿੰਪਲ ਇੰਟਰਸਟ ਓਨ ਅ ਸਮ ਆਫ ਰੁਪੀਸ 12000 1 1/4 ইয়ার্স 12% ਪਰ એનਮ ਤਾਂ ਰੇਟ ਆਫ ਇੰਟਰਸਟ ਕਲੀਅਰ ਹੈ 12% ਪੂਰੇ ਸਾਲ ਦਾ ਪਰ એનਮ ਲਿਖਿਆ ਸਮਾਂ 1 1/4 ইয়ার্স ਆ ਤਾਂ ਬੱਚੇ 1 1/4 ইয়ার্স ਕੀ ਹੁੰਦਾ 5/4 5/4 ਚ ਕਿੰਨੇ ਮਹੀਨੇ ਹੋਗੇ 12 ਗੁਣਾ ਕਰਕੇ 15 ਮੰਥਸ ਤਾਂ ਬੱਚੇ ਸਮਾਂ ਜਿਹੜਾ 1 1/4 ইয়ার্স ਦਾ ਦਿੱਤਾ ਹੋਇਆ ਉਹ ਕੀ ਹੈ 15 ਮੰਥਸ ਰੇਟ ਆਫ ਇੰਟਰਸਟ ਕੀ ਹੈ 12% ਪਰ ਐਨਮ ਆਪਾਂ ਬੱਚੇ 5 ਮੰਥ ਲਈ ਇੰਟਰਸਟ ਲਉਣਾ ਤਾਂ 5 ਮੰਥਲੀ ਦਾ ਮਤਲਬ ਕਿ ਪੰਜ ਮਹੀਨੇ ਬਾਅਦ ਇੰਟਰਸਟ ਲੱਗੂਗਾ ਤੇ ਕੁੱਲ 15 ਮਹੀਨੇ ਦਾ ਸਮਾਂ ਹੈ ਤਾਂ ਇਹਦਾ ਮਤਲਬ ਤਿੰਨ ਵਾਰੀ ਇੰਟਰਸਟ ਲੱਗੂਗਾ ਇੰਨੀ ਗੱਲ ਤਾਂ ਸਾਰਿਆਂ ਨੂੰ ਸਮਝ ਆ ਗਈ ਬੱਚੇ ਕੁੱਲ ਸਮਾਂ 15 ਮਹੀਨਿਆਂ ਦਾ ਅਸੀਂ ਇੰਟਰਸਟ ਲਉਣਾ ਹੈ 5-5 ਮਹੀਨੇ ਬਾਅਦ ਤਾਂ ਇਹਦਾ ਮਤਲਬ ਇੰਟਰਸਟ ਕੀ ਹੈ ਤਿੰਨ ਵਾਰੀ ਲੱਗੂਗਾ ਤਾਂ ਜਿਹੜਾ 3 ਇਅਰਸ ਮੰਨ ਸਕਦੇ ਹੋ ਟਾਈਮ ਆ ਗਿਆ 3 ਇੰਟਰਸਟ ਲੱਗਣਾ ਕਿੰਨੇ ਪਰਸੈਂਟ ਹੈ 12% ਪਰ ਐਨੁਮ ਹੈ 15 ਮਹੀਨੇ ਦਾ ਕੀ ਬਣਿਆ ਜੇ 12 ਮਹੀਨੇ ਦਾ 12% ਤਾਂ 15 ਮਹੀਨੇ ਦਾ ਸੌਰੀ 15 ਮਹੀਨੇ ਕਾ ਨੂੰ 5 ਮਹੀਨੇ ਦਾ 5 ਮੰਥਲੀ ਇੰਟਰਸਟ ਲੱਗਣਾ ਤਾਂ 5 ਮਹੀਨੇ ਦਾ 5% ਤਾਂ ਬੱਚੇ ਇੰਟਰਸਟ ਲੱਗੂਗਾ 5% ਤਿੰਨ ਵਾਰੀ ਮੈਂ ਰਿਪੀਟ ਕਰ ਦਿੰਦਾ ਮੈਂ ਆ ਫੰਬਲ ਕਰ ਗਿਆ ਸੀਗਾ ਕਿ 5% ਕਿਵੇਂ ਆਇਆ ਬੱਚੇ 12% ਪਰ ਐਨੁਮ ਹੈ ਜੇ ਤਾਂ ਹਾਫ ਇਅਰਲੀ ਹੁੰਦਾ ਹਾਫ ਇਅਰਲੀ ਜਿਵੇਂ ਦੱਸਿਆ ਸੀ ਰੇਟ 1/2 ਹੋ ਜਾਊਗਾ 6% ਕਿਉਂਕਿ ਹਾਫ ਇਅਰਲੀ ਦਾ ਮਤਲਬ 6 ਮਨਸ 6% ਜੇ 12 ਮਹੀਨਿਆਂ ਦਾ 12% ਹੈ ਪਰ ਐਤ ਕੀ 5 ਮਨਥਲੀ ਹੈ ਤਾਂ 5% ਤਾਂ 20 12000 ਰੁਪਏ ਦੇ ਉੱਤੇ 5% ਦੇ ਹਿਸਾਬ ਨਾਲ ਤਿੰਨ ਵਾਰ ਇੰਟਰਸਟ ਲੱਗਣਾ ਤਾਂ ਅਸੀਂ ਕੰਪਾਊਂਡ ਇੰਟਰਸਟ ਤੇ ਸਿੰਪਲ ਇੰਟਰਸਟ ਦਾ ਡਿਫਰੈਂਸ ਦੱਸਣਾ ਤਾਂ 12000 ਰੁਪਏ ਪ੍ਰਿੰਸੀਪਲ 5% ਦੇ ਹਿਸਾਬ ਨਾਲ ਤਿੰਨ ਵਾਰ ਇੰਟਰਸਟ ਲਾ ਦੋ 5% ਹੁੰਦਾ ਬੱਚੇ 1/20 ਤਾਂ 12000 ਦਾ 1/20 600 ਇੱਥੇ ਵੀ 600 ਇੱਥੇ ਵੀ 600 600 ਦਾ 1/20 ਹੋ ਗਿਆ ₹3 ਇੱਥੇ ਆਜੂ ₹3 ਦੋ ਵਾਰੀ ਤੇ ₹3 ਦਾ 1/20 ਹੋ ਗਿਆ ₹1.5 ਤਾਂ ਬੱਚੇ ਤੁਹਾਡਾ ਡਿਫਰੈਂਸ ਕਿੰਨਾ ਆ ਗਿਆ ਮੈਂ ਮਾਰਕਰ ਦਾ ਕਲਰ ਚੇਂਜ ਕਰਕੇ ਦੱਸਾਂ ਡਿਫਰੈਂਸ ਆ ਗਿਆ ਤੁਹਾਡਾ ਸਿੰਪਲ ਤੇ ਕੰਪਾਊਂਡ ਦਾ 90 ਤੇ 1.5 91.50 ਰੁਪਏ ਤਾਂ ਬੱਚੇ ਇੱਥੇ ਦੇਖ ਲਓ ਕਿਸੇ ਬੱਚੇ ਦਾ ਮੇਰੇ ਤੋਂ ਪਹਿਲਾ ਆਨਸਰ ਆ ਗਿਆ ਹੋਵੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਲਗਾਤਾਰ ਕਮੈਂਟ ਕਰਦੇ ਜਾਓ ਆਪਣੇ ਤਿੰਨ ਚਾਰ ਕੁਐਸਚਨ ਹਲੇ ਅੱਜ ਦੀ ਕਲਾਸ ਦੇ ਪਏ ਨੇ ਤਾਂ ਇਹੇ ਕੁਐਸਚਨ ਮੈਂ ਪਤਾ ਵੀ ਕਰ ਦੂੰਗਾ ਖੈਰ ਕਿ ਕਿਹੜੇ ਪੇਪਰ 'ਚ ਆਇਆ ਸੀਗਾ ਇਹ ਕਿਸੇ ਸਟੂਡੈਂਟ ਨੇ ਮੇਰੇ ਤੋਂ ਡਾਊਟ ਪੁੱਛਿਆ ਸੀਗਾ ਤਿੰਨ ਚਾਰ ਦਿਨ ਪਹਿਲੇ ਹੀ ਹਲੇ ਸਿੰਪਲ ਦੀ ਕਲਾਸ ਹੋਈ ਨਹੀਂ ਸੀ ਹਫਤਾ ਤੱਕ ਹੋ ਗਿਆ ਇਸ ਗੱਲ ਨੂੰ ਕਿਸੇ ਸਟੂਡੈਂਟ ਦਾ ਇੱਥੇ ਡਾਊਟ ਸੀਗਾ ਤੇ ਉਹਨੇ ਕਿਸੇ ਪੇਪਰ 'ਚੋਂ ਦਿਖਾਇਆ ਸੀਗਾ ਇਹ ਕੁਐਸਚਨ ਤਾਂ ਮੈਂ ਜਾਂ ਤਾਂ ਉਸ ਸਟੂਡੈਂਟ ਨੂੰ ਪੁੱਛ ਲੂੰਗਾ ਮੈਂ ਪਰਸਨਲੀ ਜਾਣਦਾ ਕਿ ਕਿਹੜੇ ਕੁਐਸਚਨ ਕਿਹੜੇ ਪੇਪਰ ਦਾ ਡਾਊਟ ਸੀਗਾ ਇਹ ਕੁਐਸਚਨ ਕਿਸੇ ਪੇਪਰ 'ਚ ਆਇਆ ਹੋਇ ਆਪਣੇ ਚ ਵੀ ਆ ਸਕਦਾ ਤਾਂ ਖੁੱਲਾ ਸੱਦਾ ਇਹੀ ਹੁੰਦਾ ਕਿ ਜੇ ਕੋਈ ਪੇਪਰ ਕਿਉਂਕਿ ਨੈਪ ਤਹਿਸੀਲਦਾਰ ਦੇ ਪੇਪਰ ਤੋਂ ਬਾਅਦ ਸਾਡਾ ਜਿਹੜਾ ਅੰਦਾਜ਼ਾ ਲੱਗਿਆ ਕਿ ਯਾਰ ਕੈਟ ਲੈਵਲ ਦੇ ਕੁਐਸਚਨ ਪਾਤੇ ਤੇ ਕੈਟ ਲੈਵਲ ਦੇ ਕੁਐਸਚਨ ਨਹੀਂ ਪਾਤੇ ਕੈਟ ਦੇ ਪੇਪਰਾਂ ਚੋਂ ਚੱਕ ਕੇ ਕੁਐਸਚਨ ਪਾਤੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਯਾਰ ਕੈਟ ਦੇ ਪੇਪਰ ਜਿਹੜੇ ਸਾਡੇ ਸਿਲੇਬਸ ਨਾਲ ਸੰਬੰਧਿਤ ਕੁਐਸਚਨ ਨੇ ਉਹਨਾਂ ਚੋਂ ਕੁਛ ਦੀ ਤਾਂ ਤਿਆਰੀ ਕਰਦੇ ਜਾਈਏ SSC ਚ ਹਮੇਸ਼ਾ ਹੀ ਪਿਛਲੇ 4-5 ਸਾਲ ਦੇ ਵਿੱਚ SSC ਦੇ ਵਿੱਚੋਂ ਹਮੇਸ਼ਾ ਹੀ ਪੇਪਰ ਪਾਏ ਨੇਗੇ ਪੰਜਾਬ ਵਾਲਿਆਂ ਨੇ SSC ਦੇ ਕੁਐਸਚਨਸ ਦੀ ਵੀ ਪ੍ਰੈਕਟਿਸ ਕਰੀਏ ਪੰਜਾਬ ਦੇ ਪੇਪਰਾਂ ਦੇ ਕੁਐਸਚਨ ਤਾਂ ਪੰਜਾਬ ਦੇ ਪੇਪਰ ਅੱਜ ਦੁਬਾਰਾ ਰਿਪੀਟ ਹੋਏ ਨੇ ਤਾਂ ਪੰਜਾਬ ਦੇ ਵੀ PYQ ਕਰਦੇ ਜਾਈਏ ਤਾਂ ਆਪਾਂ ਜਿੱਥੋਂ ਵੀ ਕੋਈ ਚਾਂਸ ਹੈ ਕਿ ਸਾਡੇ ਕਿਸੇ ਅਗਲੇ ਸਮੇਂ ਦੇ ਵਿੱਚ ਹੋਣ ਵਾਲੇ ਪੇਪਰ 'ਚ ਕੋਈ ਕੁਐਸਚਨ ਆਉਣਾ ਹੈ ਜਿੱਥੋਂ ਵੀ ਆਉਣ ਦੇ ਚਾਂਸ ਨੇ ਅਸੀਂ ਉਹਦੀ ਪ੍ਰੈਕਟਿਸ ਕਰਾਂਗੇ ਤਾਂ ਆਹ ਪੇਪਰ ਕਿਸੇ ਪੁਰਾਣੇ ਪੇਪਰ ਦਾ ਕੁਐਸਚਨ ਹੈ ਅੱਗੇ ਆਜੋ ਜੀ ਅਗਲਾ ਕੁਐਸਚਨ ਇਫ ਦਾ ਕੰਪਾਊਂਡ ਇੰਟਰਸਟ ਓਨ ਅ ਸਰਟਨ ਸਮ ਐਟ 16 2/3% ਪਰ ਐਨਫੋਰ 3 ইয়ার্স ইজ 5080 এক্সামিনার ਕਹਿੰਦਾ ਕਿਸੇ ਪੈਸੇ ਦੇ ਉੱਤੇ 3 ਸਾਲ ਦਾ ਕੰਪਾਊਂਡ ਇੰਟਰਸਟ 5080 ਹੈ ਜਦੋਂ ਇੰਟਰਸਟ ਕੀ ਲੱਗਿਆ 16 2/3% ਦੇ ਹਿਸਾਬ ਨਾਲ ਦੈਨ ਫਾਈਂਡ ਦਾ ਕੰਪਾਊਂਡ ਇੰਟਰਸਟ ਫੋਰ 3 ইয়ার্স ਇਜ਼ ਹਾਊ ਮਚ ਗ੍ਰੇਟਰ ਦੈਨ ਦਾ ਸਿੰਪਲ ਇੰਟਰਸਟ ਐਟ ਦਾ ਸੇਮ ਰੇਟ ਫੋਰ 2 ইয়ার্স ਤਾਂ ਆਪਾਂ ਕੀ ਦੱਸਣਾ ਹੈ ਕਿ 3 ਸਾਲ ਦਾ ਕੰਪਾਊਂਡ ਇੰਟਰਸਟ ਹੈ ਜਿਹੜਾ ਆਪਾਂ ਦੱਸਣਾ 3 ਸਾਲ ਦਾ ਕੰਪਾਊਂਡ ਇੰਟਰਸਟ ਹੈ ਜਿਹੜਾ ਉਹ 2 ਸਾਲ ਦੇ ਸਿੰਪਲ ਇੰਟਰਸਟ ਤੋਂ ਕਿੰਨਾ ਜ਼ਿਆਦਾ ਹੈ ਤਾਂ ਕੰਪਾਊਂਡ ਇੰਟਰਸਟ ਤਾਂ 3 ਸਾਲ ਦਾ ਹੀ ਲੈਣਾ 5080 ਸਿੰਪਲ 2 ਸਾਲ ਦਾ ਲੈਣਾ ਬਸ ਇੰਨੀ ਕੁ ਗੱਲ ਹੈ ਤਾਂ ਬੱਚੇ 16 2/3% 16 2/3% ਹੁੰਦਾ 1/6 ਤਾਂ ਪ੍ਰਿੰਸੀਪਲ ਕੀ ਅਸਿਊਮ ਕਰਾਂਗੇ ਕਿਉਂਕਿ 3 ਸਾਲ ਦਾ ਕੇਸ ਹੈ 6 ਦੀ ਪਾਵਰ 3 216 ਤਾਂ ਪ੍ਰਿੰਸੀਪਲ ਅਸਿਊਮ ਕਰ ਲਿਆ 216 3 ਸਾਲ ਦਾ ਇੰਟਰਸਟ ਕਿੰਨਾ ਆ ਗਿਆ ਧਿਆਨ ਨਾਲ ਦੇਖਿਓ ਬੱਚੇ ਕੁਸ਼ਣ ਬਹੁਤ इजीली ਹੱਲ ਹੋ ਜਾਊਗਾ 3 ਸਾਲ ਦਾ ਇੰਟਰਸਟ ਆ ਗਿਆ 216 ਦਾ 1/6 ਮੈਂ 216 ਵੀ ਨਹੀਂ ਲਿਖਿਆ ਪੀ ਲਿਖਤਾ ਪਰ ਇੱਥੇ ਪਤਾ ਕਿ 36 ਆਊਗਾ ਇੱਥੇ 36 ਇੱਥੇ 36 ਫਿਰ 1/6 ਕਰਕੇ 6 ਇੱਥੇ ਆਹੀ 6 ਦੋ ਵਾਰੀ ਫਿਰ 6 ਦਾ 1/6 ਕਰਕੇ 1 ਇਹ ਸਾਡਾ 3 ਸਾਲ ਦਾ ਕੰਪਾਊਂਡ ਆ ਗਿਆ ਅਸੀਂ ਡਿਫਰੈਂਸ ਕਾਹਦਾ ਦੱਸਣਾ ਬੱਚੇ ਅਸੀਂ ਡਿਫਰੈਂਸ ਦੱਸਣਾ ਕੰਪਾਊਂਡ ਇੰਟਰਸਟ ਦਾ 3 ਸਾਲ ਦਾ ਜਿਹਦੀ ਕਿ ਵੈਲਿਊ ਵੀ 기ਵਨ ਹੈ ਤੇ ਸਿੰਪਲ ਇੰਟਰਸਟ 2 ਸਾਲ ਦਾ ਤਾਂ ਬੱਚੇ 3 ਸਾਲ ਦਾ ਕੰਪਾਊਂਡ ਇੰਟਰਸਟ ਕਿੰਨਾ ਹੈ ਆ ਸਾਰੇ ਦਾ ਸਾਰਾ 36 42 126 27 127 ਤੇ ਸਾਨੂੰ 127 ਦੀ ਹੀ ਵੈਲਿਊ ਦਿੱਤੀ ਹੈ ਤੇ 2 ਸਾਲ ਦਾ ਸਿੰਪਲ ਕਿੰਨਾ ਹੈ 36 ਤੇ 36 72 ਤੇ ਆਪਾਂ ਦੱਸਣਾ ਇਹਨਾਂ ਦਾ ਡਿਫਰੈਂਸ ਇਹਨਾਂ ਦਾ ਡਿਫਰੈਂਸ ਕਿੰਨਾ ਆ ਗਿਆ ਬੱਚੇ 55 ਆਪਾਂ 55 ਦੀ ਵੈਲਿਊ ਕੱਢਣੀ ਹੈ ਜਦੋਂ ਸਾਨੂੰ 127 ਦੀ ਵੈਲਿਊ ਦਿੱਤੀ ਹੋਈ ਆ 5080 ਉਦੋਂ 55 ਦੀ ਵੈਲਿਊ ਕੀ ਹੋ ਜੂਗੀ ਬੱਚੇ ਸਾਡਾ ਆਨਸਰ ਹੈ 55 ਦੀ ਵੈਲਿਊ ਹੋਰ ਕੁਛ ਨਹੀਂ ਹੋਊਗੀ 11 ਦਾ ਮਲਟੀਪਲ ਤਾਂ ਹੋਊਗੀ 55 ਆਪ 11 ਦਾ ਮਲਟੀਪਲ ਹੈ ਤਾਂ ਸਾਡੀ ਵੈਲਿਊ 11 ਦਾ ਮਲਟੀਪਲ ਹੋਊਗੀ ਤਾਂ 11 ਦਾ ਮਲਟੀਪਲ ਕਿਹੜਾ ਆਪਸ਼ਨ ਦੇਖਦੇ ਚੁੱਪ ਕਰਕੇ ਮਾਰਕ ਕਰ ਦਿਓ ਕੱਢਣ ਦੀ ਵੀ ਲੋੜ ਨਹੀਂ ਹੈਗੀ 11 ਦਾ ਆਪਸ਼ਨ ਮਲਟੀਪਲ ਜੇ ਇੱਕੋ ਹੀ ਆਪਸ਼ਨ ਹੈ ਤਾਂ ਤੁਹਾਡਾ ਆਨਸਰ ਆ ਗਿਆ ਨਹੀਂ ਤਾਂ 127 ਦੀ ਵੈਲਿਊ ਆਹ ਹੈ ਤਾਂ 1 ਦੀ ਵੈਲਿਊ ਕੀ ਹੋਗੀ 127 127 ਦਾ 4 508 ਪਿੱਛੇ ਜ਼ੀਰੋ 40 ਤਾਂ 55 ਦੀ ਵੈਲਿਊ ਵੀ 40 ਗੁਣਾ ਕਰਕੇ 2200 ਰੁਪਏ ਆਨਸਰ ਵੀ ਆ ਜਾਊਗਾ ਤੁਹਾਡਾ ਜੇ ਕੱਢਣਾ ਹੈਗਾ ਜਾਂ ਜੇ ਦੋ ਆਪਸ਼ਨ ਹੋਣ 11 ਦਾ ਮਲਟੀਪਲ ਯੂਸੂਅਲੀ ਨਹੀਂ ਹੁੰਦੇ ਤਾਂ ਇੱਕੋ ਹੀ ਆਪਸ਼ਨ ਹੈ ਸੀ ਚੁਪ ਕਰਕੇ 11 ਦਾ ਮਲਟੀਪਲ ਮਾਰਕ ਕਰ ਸਕਦੇ ਆ ਸਾਡਾ ਆਨਸਰ ਕੀ ਆ ਜਾਊਗਾ 2200 ਅਗਲਾ ਕੁਐਸਚਨ ਬੱਚੇ ਆਖਰੀ ਕੁਐਸਚਨ ਅੱਜ ਦੇ ਸੈਸ਼ਨ ਦਾ ਇਨਸਟਾਲਮੈਂਟਸ ਦਾ ਕੁਐਸਚਨ ਹੈ ਇਨਸਟਾਲਮੈਂਟਸ ਪਤਾ ਨਹੀਂ ਤੁਹਾਡੇ ਜੋ ਕਿੰਨੇ ਆਕ ਨੇ ਪੜ੍ਹੀਆਂ ਨੇ ਕਿੰਨੇ ਆਕ ਨੇ ਨਹੀਂ ਪੜ੍ਹੀਆਂ ਕੁਐਸਚਨ ਬਹੁਤ ਈਜ਼ੀ ਹੈ ਇਨਸਟਾਲਮੈਂਟ ਦਾ ਜਿੰਨਾ ਮਰਜੀ ਔਖਾ ਸੌਖਾ ਕੁਐਸਚਨ ਹੈ ਜਿਹੜੇ ਤਰੀਕੇ ਨਾਲ ਦੱਸਣ ਲੱਗ ਗਿਆ ਮੈਂ ਦਾਅਵੇ ਨਾਲ ਕਿੰਨਾ ਕਿਸੇ ਨੂੰ ਦੂਜੀ ਵਾਰ ਦੇਖਣ ਦੀ ਲੋੜ ਨਹੀਂ ਪੈਣੀ ਪਹਿਲੀ ਵਾਰ ਚ ਇੰਨਾ ਸਮਝ ਆਊ ਤੇ ਜਿਹੜਾ ਮਰਜੀ ਕੁਸ਼ਨ ਆ ਜੀ ਇਨਸਟਾਲਮੈਂਟਸ ਵਾਲੇ ਕੁਸ਼ਨ ਕਰਨ ਯੋਗ ਹੋ ਜਾਣਗੇ ਐਗਜ਼ਾਮੀਨਰ ਕਹਿੰਦਾ ਬੰਦੇ ਨੇ ਮੋਟਰਸਾਈਕਲ ਖਰੀਦਿਆ ਫਾਰ ਅ ਸਰਟਨ ਪ੍ਰਾਈਸ ਐਂਡ ਪ੍ਰੋਮਿਸ ਟੂ ਪੇ ਦਾ ਪ੍ਰਾਈਸ ਇਨ 3 ਇਕੁਅਲ ਐਨੂਅਲ ਇਨਸਟਾਲਮੈਂਟਸ ਆਫ ਰੁਪੀਸ 10800 ਬੰਦੇ ਨੇ ਮੋਟਰਸਾਈਕਲ ਖਰੀਦਿਆ ਤੇ ਉਹਨੇ ਇੱਕੋ ਵਾਰ ਚ ਸਾਰਾ ਪੈਸਾ ਨਹੀਂ ਫੜਾਤਾ ਉਹ ਕਹਿੰਦਾ ਮੈਂ ਜਿੰਨੇ ਦਾ ਵੀ ਜਿਵੇਂ ਵੀ ਮੋਟਰਸਾਈਕਲ ਆ ਮੈਂ 3 ਇਕੁਅਲ ਇਨਸਟਾਲਮੈਂਟਸ ਦੇ ਵਿੱਚ ਦੇ ਦੂੰਗਾ ਹਰ ਸਾਲ ਇੱਕ ਇਨਸਟਾਲਮੈਂਟ ਦੇ ਦੂੰਗਾ ਤੇ ਤਿੰਨਾਂ ਸਾਲਾਂ ਚ ਬਰਾਬਰ ਤਿੰਨੇ ਇਨਸਟਾਲਮੈਂਟਸ ਦੇ ਦੂੰਗਾ 10800 ਦੀ ਹਸਾਬ ਕਿਤਾਬ ਨਵੇੜ ਦੂੰਗਾ ਐਟ ਦਾ ਰੇਟ ਆਫ 20% ਪਰ ਐਨਮ ਫਾਈਂਡ ਦਾ ਸੀਪੀ ਆਫ ਦਾ ਮੋਟਰਸਾਈਕਲ ਤਾਂ ਦੱਸੋ ਮੋਟਰਬਾਈਕ ਮੋਟਰਸਾਈਕਲ ਕਿੰਨੇ ਦਾ ਲਿਆ ਉਹਨੇ ਤਾਂ ਬੱਚਾ 20% ਕੀ ਹੁੰਦਾ 1/5 20% ਕੀ ਹੁੰਦਾ 1/5 ਤਾਂ ਉਹ ਭਾਈ ਸਾਹਿਬ ਨੇ ਇੱਕ ਤਾਂ ਪਹਿਲੇ ਸਾਲ ਦੇ ਬਾਅਦ ਪੈਸੇ ਦੇਣੇ ਆ ਇੱਕ ਦੂਜੇ ਸਾਲ ਦੇ ਬਾਅਦ ਦੂਜੀ ਇਨਸਟਾਲਮੈਂਟ ਤੀਜੇ ਸਾਲ ਦੇ ਬਾਅਦ ਤੀਜੀ ਇਨਸਟਾਲਮੈਂਟ ਦੇਣੀ ਆ ਪਹਿਲੇ ਸਾਲ ਬਾਅਦ ਜਿਹੜੀ ਇਨਸਟਾਲਮੈਂਟ ਦੇਣੀ ਆ ਬੱਚੇ ਉਦੋਂ ਤਾਂ ਇੱਕੋ ਵਾਰੀ ਇੰਟਰਸਟ ਲੱਗਿਆ ਨਾ ਇੰਟਰਸਟ ਕਿਵੇਂ ਲੱਗਿਆ 5 ਤੋਂ 6 ਆ ਤਾਂ ਕਲੀਅਰ ਹੈ ਨਾ 1 ਰੁਪਏ ਦੇ ਉੱਤੇ 5 ਦੇ ਉੱਤੇ 1 ਰੁਪਏ ਦਾ ਇੰਟਰਸਟ ਲੱਗਿਆ ਤਾਂ 5 ਤੋਂ 6 ਬਣ ਗਿਆ ਬੱਚੇ ਜਿਹੜੀ ਉਹਨੇ ਪਹਿਲੇ ਸਾਲ ਇਨਸਟਾਲਮੈਂਟ ਦੇਣੀ ਹੈ ਉਹ ਕਿਵੇਂ ਦੇਣੀ ਹੈ ਉਹਦੇ ਤੇ ਤਾਂ ਇੱਕੋ ਵਾਰੀ ਇੰਟਰਸਟ ਲੱਗੂਗਾ ਤਾਂ 5 ਤੋਂ 6 ਜੇ ਮੋਟਰਸਾਈਕਲ 5 ਦਾ ਤਾਂ ਉਹਨੇ 6 ਰੁਪਏ ਦੇਣੇ ਆ ਜਿਹੜੀ ਉਹਨੇ ਬੱਚੇ ਦੂਜੇ ਸਾਲ ਇਨਸਟਾਲਮੈਂਟ ਦੇਣੀ ਹੈ ਦੂਜੇ ਸਾਲ ਇਨਸਟਾਲਮੈਂਟ ਕੀ ਹੈ ਦੋ ਵਾਰੀ ਇੰਟਰਸਟ ਲੱਗ ਜਾਊਗਾ ਤਾਂ ਦੋ ਵਾਰੀ ਕੀ ਬਣ ਗਿਆ 5² 6² 25 ਤੋਂ 36 ਜਿਹੜੀ ਬੱਚੇ ਉਹਨੇ ਤੀਜੇ ਸਾਲ ਇਨਸਟਾਲਮੈਂਟ ਲੈਣੀ ਹੈ ਮੋਟਰਸਾਈਕਲ ਲੈ ਇਹਨੂੰ ਤਿੰਨ ਸਾਲ ਹੋ ਗਏ ਤੀਜੇ ਸਾਲ ਇਨਸਟਾਲਮੈਂਟ ਦੇਣੀ ਹੈ ਤਾਂ ਤਿੰਨ ਵਾਰੀ ਇੰਟਰਸਟ ਲੱਗ ਜਾ 5³ ਤੋਂ 6³ 125 ਤੋਂ 216 ਦਮੈਡ ਸੈਕਸ਼ਨ ਦੇ ਵਿੱਚ ਕਮੈਂਟ ਕਰਿਓ ਇਨਸਟਾਲਮੈਂਟ ਵਾਲੇ ਕੁਐਸਚਨ ਸਮਝ ਆਇਆ ਕਿ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਿਓ ਤਾਂ ਆਹ ਬੱਚੇ ਤਿੰਨ ਇਨਸਟਾਲਮੈਂਟਸ ਦੇਣੀਆਂ ਨੇ ਉਹਨੇ ਤੇ ਇੰਟਰਸਟ ਕਿਵੇਂ ਲੱਗਣਾ ਜਿਹੜੀ ਪਹਿਲੀ ਇਨਸਟਾਲਮੈਂਟ ਦੇਣੀ ਹੈ ਉਹ ਪਹਿਲੇ ਸਾਲ ਬਾਅਦ ਦੇ ਦੇਣੀ ਹੈ ਮਤਲਬ ਮੋਟਰਸਾਈਕਲ ਲਈ ਨੂੰ ਇੱਕ ਸਾਲ ਹੋਇਆ ਤਾਂ ਇੱਕ ਸਾਲ ਦਾ ਇੰਟਰਸਟ ਸਿੱਧਾ 5 ਤੋਂ 6 ਦੂਜੀ ਇਨਸਟਾਲਮੈਂਟ 2 ਸਾਲਾਂ ਬਾਅਦ ਦੇਣੀ ਹੈ ਤਾਂ ਦੋਵਾਂ ਵਾਰ ਇੰਟਰਸਟ ਲੱਗ ਜਾਊ 5 ਸਕੁਅਰ ਤੋਂ 6 ਸਕੁਅਰ 25 ਤੋਂ 36 ਤੀਜੀ ਇਨਸਟਾਲਮੈਂਟ ਵੇਲੇ 3 ਸਾਲ ਹੋ ਜਾਣਗੇ ਤਾਂ 5 ਕਯੂਬ ਤੋਂ 6 ਕਯੂਬ ਆਹ ਹਾ ਇਨਸਟਾਲਮੈਂਟ ਉਹ ਦੇ ਰਿਹਾ ਹੈਗਾ ਪਰ ਇਨਸਟਾਲਮੈਂਟ ਤਾਂ ਕਹਿੰਦੇ ਸਾਰਿਆਂ ਬਰਾਬਰ ਨੇ ਇਨਸਟਾਲਮੈਂਟ ਸਾਰਿਆਂ ਹੀ 10800 ਨੇ ਤਾਂ ਇਹਦੀ ਵੈਲਿਊ ਵੀ 10800 ਹੈ ਇਹਦੀ ਵੈਲਿਊ ਵੀ 10800 ਹੈ ਇਹਦੀ ਵੈਲਿਊ ਵੀ 10800 ਹੈ ਤਾਂ ਮੋਟਰਸਾਈਕਲ ਦੀ ਕੀਮਤ ਕੀ ਹੈ ਬੱਚੇ ਜੇ 6 ਦੀ ਵੈਲਿਊ 10800 ਹੈ 1800 ਗੁਣਾ ਤਾਂ 5 ਦੀ ਵੈਲਿਊ ਵੀ 1800 ਗੁਣਾ ਹੋਗੀ ਇਧਰ ਜੇ 36 ਦੀ ਵੈਲਿਊ 10800 ਹੈ 36 ਦਾ 3 ਗੁਣਾ ਪਿੱਛੇ 00 300 ਗੁਣਾ ਤਾਂ 25 ਦਾ ਵੀ 300 ਗੁਣਾ 7500 ਜੇ 216 ਦੀ ਵੈਲਿਊ 10800 ਹੈ 5 ਗੁਣਾ 1080 ਪਿੱਛੇ ਜ਼ੀਰੋ ਮਤਲਬ 50 ਗੁਣਾ ਤਾਂ 125 ਦਾ ਵੀ 50 ਗੁਣਾ 125 ਦਾ 50 ਗੁਣਾ ਹੋ ਗਿਆ 6250 ਤਾਂ ਮੋਟਰਸਾਈਕਲ ਦੀ ਕੀਮਤ ਕੀ ਹੈ ਬੱਚੇ ਮੋਟਰਸਾਈਕਲ ਦੀ ਕੀਮਤ ਆ ਗਈ 9716622 22750 22750 ਰੁਪਏ ਦਾ ਮੋਟਰਸਾਈਕਲ ਹੈ ਆ ਚੱਕੋ ਜੀ ਫਰਸਟ ਆਪਸ਼ਨ ਆ ਗਿਆ 22750 ਤਾਂ ਇਹ ਬੱਚੇ ਆਪਣੀ ਕੰਪਾਊਂਡ ਇੰਟਰਸਟ ਦੀ ਕਲਾਸ ਸੀਗੀ ਇਹਦੇ ਨਾਲ ਇੱਕ ਜਾਣਕਾਰੀ ਵੈਸੇ ਸਾਰਿਆਂ ਨੂੰ ਮਿਲ ਗਈ ਹੋਣੀ ਆ ਪਰ ਮੈਨੂੰ ਵੀ ਅੱਜ ਆ ਕੇ ਪਤਾ ਲੱਗਿਆ ਕਿ ਕੱਲ ਜਿਹੜੀ ਰੀਜ਼ਨਿੰਗ ਦੀ ਕਲਾਸ ਹੋਈ ਆ ਦੁਪਹਿਰੇ 12 ਵਜੇ ਉਹ ਚੱਲਦੀ ਕਲਾਸ ਕਿਤੇ 50 ਮਿੰਟ ਬਾਅਦ ਬੰਦ ਹੋ ਗਈ ਤੁਸੀਂ ਡਾਈਸ ਐਂਡ ਡਾਈਸ ਐਂਡ ਕਯੂਬਸ ਪਤਾ ਨਹੀਂ ਕੀ ਕੁਝ ਕਰ ਰਹੇ ਸੀਗੇ ਡਾਈਸ ਦੇ ਨਾਲ ਹੋਰ ਕੀ ਪੜ੍ਹਦੇ ਹੋਣੇ ਜੋ ਵੀ ਪੜ੍ਹਦੇ ਸੀਗੇ ਤਾਂ ਉਹ ਬੱਚੇ ਚੱਲਦੀ ਕਲਾਸ ਬੰਦ ਹੋ ਗਈ ਸੀ ਤਾਂ ਉਹਦੇ ਵਿੱਚ ਜਿਹੜਾ ਤੁਹਾਡਾ ਪੈਂਡਿੰਗ ਰਹਿ ਗਿਆ ਉਹ ਮਤਲਬ ਟੈਕਨੀਕਲ ਇਸ਼ੂ ਹੋ ਗਿਆ ਸੀ نیٹ ਦੀ ਪ੍ਰੋਬਲਮ ਹੋ ਗਈ ਸੀ ਤਾਂ ਡਿਸਕਨੈਕਟ ਹੋ ਗਿਆ ਸੀਗਾ ਤਾਂ ਦੁਬਾਰਾ ਕਨੈਕਟ ਆਬਵੀਅਸਲੀ ਨਹੀਂ ਸੀ ਹੁਣ ਸੇਮ ਲਿੰਕ ਦੇ ਉੱਤੇ ਤਾਂ ਉਹ ਜਿਹੜਾ ਤੁਹਾਡਾ ਸਿਲੇਬਸ ਰਹਿ ਗਿਆ ਉਹ ਵੀ ਮੈਡਮ ਕੰਪਲੀਟ ਕਰਵਾਉਣਗੇ ਆਪਣਾ ਜਿਹੜਾ ਸ਼ੈਡਿਊਲ ਬਣਿਆ ਹੋਇਆ ਜਿਹੜਾ ਟਾਈਮ ਟੇਬਲ ਬਣਿਆ ਹੋਇਆ ਜਿਹਦੇ ਵਿੱਚ ਆਪਾਂ ਇਹ ਕਲਾਸਿਸ ਲਾ ਰਹੇ ਆ ਉਸੇ ਟਾਈਮ ਟੇਬਲ ਤੇ ਇਹ ਕਲਾਸਿਸ ਚੱਲਣਗੇ ਤਾਂ ਤੁਹਾਡਾ ਉਹ ਜਿਹੜਾ ਉਸ ਦਿਨ ਕਲਾਸ ਬੰਦ ਹੋ ਗਈ ਤੇ ਕੁਝ ਬਚ ਗਿਆ ਮੈਡਮ ਉਹ ਵੀ ਕੰਪਲੀਟ ਕਰਾਉਣਗੇ ਅੱਗੇ ਵੀ ਆਪਾਂ ਪੜਦੇ ਜਾਵਾਂਗੇ GS ਦੀਆਂ ਕਲਾਸਿਸ ਤੁਸੀਂ ਜੀਓਗ੍ਰਾਫੀ ਦੇਖ ਰਹੇ ਹੋ ਆਪਾਂ ਹਿਸਟਰੀ ਤੇ ਪੋਲੀਟੀ ਵੀ ਕਰਾਂਗੇ ਸਾਰਾ ਕੁਝ ਕਵਰ ਕਰਾਂਗੇ ਮੈਥ ਦੇ ਵਿੱਚ ਅੱਜ ਆਪਣੀ ਕੰਪਾਊਂਡ ਦੀ ਕਲਾਸ ਹੋਗੀ ਵੀਰਵਾਰ ਨੂੰ ਆਪਣੀ ਹੁਣ ਟਾਈਮ ਐਂਡ ਵਰਕ ਦੀ ਕਲਾਸ ਹੋਊਗੀ ਜਿਹੜੇ ਬੱਚੇ ਪਹਿਲਾਂ ਪੁੱਛਦੇ ਹੁੰਦੇ ਕਿ ਸਰ ਪਹਿਲਾਂ ਦੱਸ ਦੋ ਮੈਂ ਦੱਸ ਦਿੰਦਾ ਕਿ ਅਗਲੀ ਕਲਾਸ ਮੈਂ ਟਾਈਮ ਐਂਡ ਵਰਕ ਦੀ ਤੇ ਟਾਈਮ ਐਂਡ ਵਰਕ ਮੈਂ ਕੋਸ਼ਿਸ਼ ਕਰੂੰਗਾ ਦੋ ਕਲਾਸਾਂ ਚ ਕਰਾਵਾਂ ਕਿ ਇੱਕ ਚ ਮੈਂ ਕੱਲਾ ਟਾਈਮ ਐਂਡ ਵਰਕ ਕਰਾਦਾ ਇੱਕ ਦੇ ਵਿੱਚ ਮੈਂ ਪਾਈਪਸ ਐਂਡ ਸਿਸਟਮ ਤੇ ਚੇਨ ਰੂਲ ਕਰਾਦਾ ਮੈਂ ਕਿਸੇ ਤਰੀਕੇ ਨਾਲ ਆਪਾਂ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੀਜੇ ਹਫਤਾ ਆਪਣਾ ਚੱਲ ਰਿਹਾ ਹੈਗਾ ਇਹਦੇ ਨਾਲ ਨਾਲ ਅੱਜ ਵਾਲਾ ਸੈਸ਼ਨ ਜਿਹੜਾ ਇਹ ਖਬਰ ਹੋ ਗਿਆ ਇਹਦੀ ਮੈਂ ਪੀਡੀਐਫ ਮਤਲਬ ਬਹੁਤ ਛੇਤੀ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੂਗੀ ਟੈਲੀਗ੍ਰam ਚੈਨਲ ਆਪਣਾ ਇਸੇ ਨਾਮ ਤੋਂ ਸਕਸੈਸ ਟਰੀ ਪੰਜਾਬ ਜਿਹੜੇ ਸਟੂਡੈਂਟਸ ਨੇ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਬਾਈ ਬਣ ਕੇ ਸਬਸਕ੍ਰਾਈਬ ਕਰ ਲੋ ਘੰਟੀ ਘੰਟੀ ਵਾਲਾ ਜਿਹੜਾ ਆਈਕਨ ਦਾ ਬਣਾ ਹੁੰਦਾ ਉਹ ਦਬਕ ਕੇ ਰੱਖ ਲੋ ਟੈਲੀਗ੍ਰam ਚੈਨਲ ਲਾਈਕ ਕਰ ਲੋ ਜਿਹੜੇ ਸਟੂਡੈਂਟਸ ਨੂੰ ਲੱਗਦਾ ਕਿ ਸਾਡਾ ਸਿਲੇਬਸ ਹੀ ਨਹੀਂ ਤਿਆਰ ਹੈਗਾ ਉਹਨਾਂ ਨੂੰ ਤਾਂ ਮੇਰੀ ਸਲਾਹ ਹੈ ਕਿ ਜਿੱਥੇ ਵੀ ਜਿਹੜੇ ਵੀ ਟੀਚਰ ਨਾਲ ਟਿਊਨਿੰਗ ਬੈਠ ਰਹੀ ਹੈ ਜਿਹੜੇ ਟੀਚਰ ਤੇ ਭਰੋਸਾ ਹੈ ਉੱਥੇ ਜਾ ਕੇ ਬਾਈ ਬਣ ਕੇ ਸਿਲੇਬਸ ਕਰੋ ਸਕਸੈਸ ਟ੍ਰੀਚ ਅਵੇਲੇਬਲ ਆ ਕਿਤੇ ਵੀ ਤੁਸੀਂ ਸਿਲੇਬਸ ਆਨਲਾਈਨ ਜਾਂ ਆਫਲਾਈਨ ਕਰੋ 셀ਫ ਸਟਡੀ ਕਰੋ ਸਿਲੇਬਸ ਬਾਈ ਬਣ ਕੇ ਪੂਰਾ ਕਰੋ ਜਿਹੜੇ ਬੱਚੇ ਦਾ ਸਿਲੇਬਸ ਹੋ ਗਿਆ ਉਹ ਮਾਰੋ ਟੱਕਰਾ ਸਾਡੇ ਨਾਲ ਤਾਂ ਆਪਾਂ ਸਿਲੈਕਸ਼ਨ ਗਾਈਡ ਦਾ ਜਿਹੜਾ ਇਹ ਸੈਸ਼ਨ ਚੱਲਦਾ ਇਹਦੇ ਵਿੱਚ ਤਾਂ ਮੇਰਾ ਮੈਥ ਦਾ ਹਮੇਸ਼ਾ ਇਹ ਧਿਆਨ ਚ ਰਹੂਗਾ ਕਿ ਆਪਾਂ ਸਿਲੇਬਸ ਇੱਕ ਵਾਰ ਕਰ ਲਿਆ ਜਿਹੜੇ ਅੱਜਕੱਲ ਪੇਪਰ ਚ ਕੁਐਸਚਨ ਆ ਰਹੇ ਨੇ ਜਿਸ ਲੈਵਲ ਦੇ ਕੁਐਸਚਨ ਆ ਰਹੇ ਨੇ ਆਪਾਂ ਉਸ ਲੈਵਲ ਨੂੰ ਮੀਟ ਕਰ ਸਕੇ ਤਾਂ ਉਸ ਨੂੰ ਧਿਆਨ ਚ ਰੱਖ ਕੇ ਆਪਾਂ ਸਬਜੈਕਟ ਦੇ ਵਿੱਚ ਚੈਪਟਰ ਵਾਈਜ਼ ਤਿਆਰੀ ਕਰਾਂਗੇ ਮੈਂ ਰੈਂਡਮ ਕੁਐਸਚਨਸ ਨਹੀਂ ਕਰਵਾਉਂਗਾ ਮੈਂ ਚੈਪਟਰ ਵਾਈਜ਼ ਪ੍ਰੈਕਟਿਸ ਕਰਾਉਂਗਾ ਜਿਵੇਂ ਪਿਛਲੀ ਸਿੰਪਲ ਦੀ ਸੀ ਕੰਪਾਊਂਡ ਦੀ ਆ ਤਾਂ ਅਗਲਾ ਸੈਸ਼ਨ ਆਪਣਾ ਟਾਈਮ ਟੇਬਲ ਵਰਕ ਦਾ ਹੋਊਗਾ ਉਹਦੇ ਵਿੱਚ ਮਿਲਦੇ ਆ ਬੱਚੇ ਧੰਨਵਾਦ